ਹੈਲੋ 올 ਆਫ ਯੂ ਆਈ ਹੋਪ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਸੋ ਅੱਜ ਦੀ ਆਪਣੀ ਵੀਡੀਓ ਹੈਗੀ ਹੈ ਜੀ ਪੀਐਸਟੈਟ ਦੇ ਨਾਲ ਸੰਬੰਧਿਤ ਪੀਐਸਟੈਟ ਪੇਪਰ 2 ਦੀ ਜਿਹੜੇ ਸਟੂਡੈਂਟ ਤਿਆਰੀ ਕਰ ਰਹੇ ਨੇ ਜਾਂ ਪੀਐਸਟੈਟ ਪੇਪਰ 1 ਦੀ ਵੀ ਤਿਆਰੀ ਕਰ ਰਹੇ ਨੇ ਸੋ ਉਹਨਾਂ ਨੂੰ ਪ੍ਰੀਵੀਅਸ ਜਿਹੜੇ ਕੁਐਸਚਨ ਆ ਉਹ ਆਪਾਂ ਜਿਹੜੇ ਸੋਲਵਸ ਵੀਡੀਓ ਦੇ ਵਿੱਚ ਕਰਾਂਗੇ ਸੋਲਵ ਆਪਾਂ ਕਰਨ ਜਾ ਰਹੇ ਹਾਂ ਕਿ ਜਿਹੜਾ ਤੁਹਾਡੇ ਸਿਲੇਬਸ ਦਾ ਪੀਐਸਟੈਟ ਦੇ ਸਿਲੇਬਸ ਦਾ ਪੰਜਾਬੀ ਲੈਂਗੁਏਜ ਦਾ ਜੋ ਸਿਲੇਬਸ ਹੈ ਜੀ ਉਹਨਦੇ ਵਿੱਚ ਤੁਹਾਨੂੰ ਪਤਾ ਹੀ ਹੈ ਇੱਕ ਜਿਹੜਾ ਪੈਰਾਗ੍ਰਾਫ ਹੈ ਉਹ ਪੁੱਛਿਆ ਜਾਂਦਾ ਹਰ ਇੱਕ ਐਗਜ਼ਾਮ ਦੇ ਵਿੱਚ ਤੇ ਆਪਾਂ ਇਸ ਵੀਡੀਓ ਦੇ ਵਿੱਚ ਸਿਰਫ ਜਿੰਨੇ ਵੀ ਹੁਣ ਤੱਕ ਜਿਹੜੇ ਪੈਰੇ ਪੈਰਾ ਰਚਨਾ ਆਈ ਹੋਈ ਹੈ ਪੈਰਾਗ੍ਰਾਫ ਆਇਓ ਇਹਨੇ ਪੰਜਾਬੀ ਦੇ ਉਹਨਾਂ ਨੂੰ ਆਪਾਂ ਇਸ ਵੀਡੀਓ ਦੇ ਵਿੱਚ ਜਿਹੜੇ ਸੋਲਵ ਹੈ ਉਹ ਕਰਾਂਗੇ ਸੋ ਜੁਲਾਈ 2011 ਤੋਂ ਐਗਜ਼ਾਮ ਸਟਾਰਟ ਹੋਏ ਆ ਪੀਐਸ ਟੈਟ ਪੀਐਸ ਟੈਟ ਦੇ ਪੇਪਰ ਦੇ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਜੁਲਾਈ 2011 ਦਾ ਜਿਹੜਾ ਸੋਲਵ ਹੈ ਉਹ ਕਰਾਂਗੇ ਜੁਲਾਈ 2011 ਉਸ ਤੋਂ ਬਾਅਦ ਆਪਾਂ ਜੂਨ 2013 ਨੂੰ ਸੋਲਵ ਕਰਾਂਗੇ ਉਸ ਤੋਂ ਬਾਅਦ ਦਸੰਬਰ 2013 ਨੂੰ ਸੋਲਵ ਕਰਾਂਗੇ ਉਸ ਤੋਂ ਬਾਅਦ ਆਪਾਂ ਅਗਸਤ 2014 ਨੂੰ ਸੋਲਵ ਕਰਾਂਗੇ ਫਿਰ ਦਸੰਬਰ 2015 ਨੂੰ ਫਿਰ ਸਤੰਬਰ 2016 ਨੂੰ ਫਿਰ ਫਰਵਰੀ 2018 ਨੂੰ ਫਿਰ ਜਨਵਰੀ 2020 ਫਿਰ ਦਸੰਬਰ 2021 ਫਿਰ ਅਪ੍ਰੈਲ 2023 ਸੋ ਇਹ ਹੁਣ ਤੱਕ ਦੇ ਜਿਹੜੇ ਐਗਜ਼ਾਮ ਹੈ ਉਹ ਹੋ ਚੁੱਕੇ ਨੇ ਇਹਨਾਂ ਨੂੰ ਆਪਾਂ ਜਿਹੜੇ ਸੋਲਵ ਹੈ ਉਹ ਜੀ ਕਰਾਂਗੇ 10 ਵਾਰ एग्जाम ਹੋ ਚੁੱਕੇ ਨੇ ਤੇ ਦਾਸ ਹੀ ਆਪਾਂ ਜਿਹੜੇ ਪੈਰਾ ਰਚਨਾ ਉਹਨਾਂ ਨੂੰ ਆਪਾਂ ਜਿਹੜਾ ਸੋਲਵ ਹੈ ਜੀ ਇਸ ਵੀਡੀਓ ਦੇ ਵਿੱਚ ਕਰਾਂਗੇ ਇੱਕ ਹੀ ਵੀਡੀਓ ਹੈ ਸਿਰਫ ਪੈਰਾ ਰਚਨਾ ਦੇ ਨਾਲ ਸੰਬੰਧਿਤ ਹੈ ਬਾਕੀ ਪੋਇਮ ਦੇ ਨਾਲ ਸੰਬੰਧਿਤ ਮੈਂ ਅਲੱਗ ਤੋਂ ਵੀਡੀਓ ਅਪਲੋਡ ਕੀਤੀ ਹੈ ਪੈਂਡਾਗੋਜੀ ਦੇ ਜਿਹੜੇ ਕੁਐਸਚਨ ਆਏ ਹੋਏ ਨੇ ਹੁਣ ਤੱਕ ਉਹਨਾਂ ਨੂੰ ਮੈਂ ਅਲੱਗ ਤੋਂ ਸੋਲਵ ਕਰਵਾਇਆ ਸੋ ਅਲੱਗ-ਅਲੱਗ ਇਸ ਕਰਕੇ ਕੀਤਾ ਹੈ ਤਾਂ ਜੋ ਜਿਹੜੇ ਪੈਰਾ ਰਚਨਾ ਉਹਨਾਂ ਦੇ ਅਲੱਗ ਵੀਡੀਓ ਬਣ ਜਾਵੇ ਸੌਖਾ ਹੋ ਜਾਂਦਾ ਵੈ ਕਿ ਕਿਹੜੇ ਕਿ ਕਿਸ ਤਰ੍ਹਾਂ ਦੇ ਪੈਰਾ ਰਚਨਾ ਆ ਰਹੇ ਨੇ ਪੋਇਮ ਕਿਸ ਤਰ੍ਹਾਂ ਦੀਆਂ ਆ ਰਹੀਆਂ ਨੇ ਪੈਡਾਗੋਜੀ ਦੇ ਕੁਐਸਚਨ ਕਿਸ ਤਰ੍ਹਾਂ ਆ ਰਹੇ ਨੇ ਸੀਡੀਪ ਦੇ ਨਾਲ ਸੰਬੰਧਨ ਮੈਂ ਵੀਡੀਓ ਅਪਲੋਡ ਕਰ ਚੁੱਕੀ ਹਾਂ ਇੱਕ ਹੀ ਵੀਡੀਓ ਅਪਲੋਡ ਕੀਤੀ ਹੈ ਤੇ ਸਾਰੇ ਦੇ ਸਾਰੇ ਜਿਹੜੇ ਕੁਐਸਚਨ ਹੈ ਪ੍ਰੀਵੀਅਸ ਕੁਐਸਚਨ ਉਹ ਤੁਹਾਨੂੰ ਮਿਲ ਜਾਣਗੇ ਇੱਕ ਵੀਡੀਓ ਦੇ ਵਿੱਚ ਹੀ ਸਿੰਗਲ ਵੀਡੀਓ ਦੇ ਵਿੱਚ ਹੀ ਐਸਐਸਟੀ ਆਪਾਂ ਜਲਦੀ ਜਿਹੜੇ ਸੋਲਵ ਹੈ ਉਹ ਕਰ ਲੈਣੇ ਹਾਂ ਸੋ ਮੇਰਾ ਨਾਮ ਹੈਗਾ ਜੀ ਮਨਜਿੰਦਰ ਕੌਰ ਤੇ ਆਪਾਂ ਕਰ ਰਹੇ ਹਾਂ ਜੀ ਅੱਜ ਜਿਹੜਾ ਸੋਲਵ ਪੈਰਾ ਰਚਨਾ ਤੇ ਸਟਾਰਟ ਕਰਦੇ ਹਾਂ ਜੀ ਆਪਾਂ ਆਪਣੇ ਜਿਹੜਾ ਪ੍ਰੀਵੀਅਸ ਜਿਹੜੇ ਕੁਐਸਚਨ ਹੈ ਜਿਹੜੇ ਪੈਰਾ ਰਚਨਾ ਆਏ ਹੋਏ ਨੇ ਜੁਲਾਈ 2011 ਤੋਂ ਆਪਾਂ ਜਿਹੜਾ ਸਟਾਰਟ ਹੈ ਜੀ ਉਹ ਕਰਦੇ ਹਾਂ ਸੋ ਸਕਰੀਨ ਤੇ ਹੈਗਾ ਜੀ ਤੁਹਾਡਾ ਜੁਲਾਈ 2011 ਦਾ ਫਰਸਟ ਪੈਰਾਗ੍ਰਾਫ ਸੋ ਇੱਕ ਜਿਹੜੀ ਤੋਂ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੁਸੀਂ ਜ਼ਰੂਰ ਕਰਨਾ ਆਪਣੇ ਫਰੈਂਡਸ ਦੇ ਨਾਲ WhatsApp ਗਰੁੱਪ ਦੇ ਵਿੱਚ ਜ਼ਰੂਰ ਸ਼ੇਅਰ ਕਰ ਦੇਣਾ ਵੀਡੀਓ ਦਾ ਲਿੰਕ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਦੀ ਨਾਲ ਬੈਲ ਆਈਕਨ ਦਾ ਬਟਨ ਜ਼ਰੂਰ ਪ੍ਰੈਸ ਕਰ ਦਿਓ ਤਾਂ ਜੋ ਜਦੋਂ ਵੀ ਮੈਂ ਨਵੀਆਂ ਵੀਡੀਓ ਅਪਲੋਡ ਕਰਾਂ ਤਾਂ ਉਹਨਾਂ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕਣ ਸੋ ਸਟਾਰਟ ਕਰਦੇ ਹਾਂ ਜੀ ਸਕਰੀਨ ਦੇ ਉੱਪਰ ਹੈ ਜੀ ਸੋ ਆਪਾਂ ਫਰਸਟ ਸਟਾਰਟ ਕਰਨ ਲੱਗੇ ਹਾਂ ਜੀ ਜੁਲਾਈ 2011 ਦਾ ਜਿਹੜਾ ਪੈਰਾਗ੍ਰਾਫ ਹੈ ਫਰਸਟ ਪੈਰਾਗ੍ਰਾਫ ਹੈ ਤੇ ਕੰਟੀਨਿਊ ਹੀ ਆਪਾਂ ਸਾਰੇ ਜਿਹੜੇ ਪੈਰਾਗ੍ਰਾਫ ਹੈ 10 ਦੇ 10 ਉਹਨਾਂ ਨੂੰ ਕਵਰ ਕਰਾਂਗੇ ਸੋ ਫਰਸਟ ਸਕਰੀਨ ਦੇ ਉੱਪਰ ਹੈ ਜੀ ਪੈਰਾਗ੍ਰਾਫ ਤੇ ਇਹਨੂੰ ਆਪਾਂ ਰੀਡ ਕਰਦੇ ਹਾਂ ਹੀਠ ਲਿਖੇ ਪੈਰੇ ਨੂੰ ਪੜ੍ਹ ਕੇ ਉੱਤਰ ਦਿਓ ਸੋ ਇਹਨੂੰ ਆਪਾਂ ਜਿਹੜਾ ਰੀਡ ਹੈ ਉਹ ਕਰ ਰਹੇ ਹਾਂ ਸੋ ਹੀਠ ਲਿਖੇ ਪੈਰੇ ਨੂੰ ਪੜ੍ਹ ਕੇ ਉੱਤਰ ਦਿਓ ਕੁਐਸਚਨ ਨੰਬਰ 31 ਤੋਂ ਲੈ ਕੇ 38 ਤੱਕ ਹੋਣਗੇ ਇੱਕ ਪੈਰਾ ਦਿੱਤਾ ਹੁੰਦਾ ਤੁਹਾਨੂੰ ਇਸ ਤਰੀਕੇ ਦੇ ਨਾਲ ਤੇ ਉਹਦੇ ਵਿੱਚ ਜਿਹੜੇ ਤੁਹਾਨੂੰ ਜਿਹੜੇ ਕੁਐਸਚਨ ਹੈ ਉਹ ਪੁੱਛੇ ਜਾਂਦੇ ਨੇ ਤੇ ਸਾਰੇ ਦੇ ਸਾਰੇ ਆਨਸਰ ਜਿਹੜੇ ਪੈਰੇ ਦੇ ਵਿੱਚ ਹੀ ਹੁੰਦੇ ਨੇ ਕੁਝ ਕੁ ਜਿਹੜੇ ਕੁਐਸਚਨ ਹੈ ਉਹ ਤੁਹਾਡੀ ਜਿਹੜੀ ਹੈ ਆ ਤੁਹਾਨੂੰ ਕਿੰਨੀ ਕੋ ਨੌਲੇਜ ਹੈ ਉਹਦੇ ਲਈ ਹੁੰਦੇ ਨੇ ਦੋ ਦੋ ਕੁਐਸਚਨ ਹੁੰਦੇ ਹੀ ਨੇ ਬਾਕੀ ਸਾਰੇ ਦੇ ਸਾਰੇ ਜਿਹੜੇ ਪੈਰੇ ਦੇ ਵਿੱਚੋਂ ਹੀ ਹੁੰਦੇ ਨੇ ਤੁਸੀਂ ਪੈਰੇ ਨੂੰ ਧਿਆਨ ਦੇ ਨਾਲ ਰੀਡ ਕਰਨਾ ਹੈ ਉਸ ਤੋਂ ਬਾਅਦ ਕੁਐਸਚਨ ਰੀਡ ਕਰਨੇ ਨੇ ਉਸ ਤੋਂ ਬਾਅਦ ਦੁਬਾਰਾ ਜਦ ਤੁਸੀਂ ਫਿਰ ਪੈਰੇ ਨੂੰ ਰੀਡ ਕਰੋਗੇ ਤਾਂ ਆਟੋਮੈਟਿਕ ਹੀ ਜਿਹੜੇ ਤੁਹਾਡੇ ਆਪਣੇ ਆਪ ਹੀ ਜਿਹੜੇ ਤੁਹਾਡੇ ਜਿਹੜੇ ਅਨਸਰ ਆ ਉਸੇ ਹੀ ਜਿਹੜੇ ਟਿੱਕਾ ਉਹ ਹੋ ਜਾਣਗੇ ਸੋ ਫਰਸਟ ਆਪਾਂ ਪੜ੍ਹਦੇ ਹਾਂ ਜੀ ਪੈਰਾ ਪੈਸੇ ਦੀ ਇਸ ਦੁਨੀਆ ਦੇ ਵਿੱਚ ਆਦਮੀ ਅਨਿਖੜਵੇਂ ਦੇ ਅਜਿਹੇ ਗੇੜ ਵਿੱਚ ਪੈਂਦਾ ਹੈ ਕਿ ਉਹ ਪੈਸੇ ਦੀ ਦੁਨੀਆ ਦੇ ਵਿੱਚ ਗਵਾਚ ਜਾਂਦਾ ਹੈ ਪਰ ਜਿੱਥੇ ਦਸਾਂ ਨੌਆਂ ਦੀ ਕਿਰਤ ਕਰਨਾ ਤੇ ਵਣ ਛਕਣਾ ਜੀਵਨ ਦਾ ਉਦੇਸ਼ ਸੀ ਉਥੇ ਹੁਣ ਦੂਜਿਆਂ ਦੀ ਕਮਾਈ ਉਤੇ ਪਲਣਾ ਉਹਨਾਂ ਦਾ ਲਹੂ ਚੂਸਣਾ ਤੇ ਹਰ ਜਾਇਜ ਨਜਾਇਜ਼ ਢੰਗ ਨਾਲ ਪੈਸਾ ਕਮਾਉਣਾ ਹਰ ਵਿਅਕਤੀ ਦਾ ਧਰਮ ਬਣ ਗਿਆ ਹੈ ਇਸ ਲਈ ਜੋ ਕੇ ਜਮਾਨੇ ਵਿੱਚ ਭ੍ਰਿਸ਼ਟਾਚਾਰ ਕੀ ਹੈ ਇਹ ਨਿਖੇੜਨਾ ਬੜਾ ਕਠਿਨ ਹੈ ਖਾਸੋਹੀਨੀ ਗੱਲ ਤਾਂ ਇਹ ਹੈ ਕਿ ਮਹਾਨ ਭ੍ਰਿਸ਼ਟਾਚਾਰੀ ਤੇ ਬੇਈਮਾਨ ਲੋਕ ਬਾਹਾਂ ਖੜੀਆਂ ਕਰ ਕਰ ਸਟੇਜਾਂ ਤੇ ਲੋਕ ਸਮੂਹਾ ਅੱਗੇ ਭ੍ਰਿਸ਼ਟਾਚਾਰੀ ਨੂੰ ਨਿੰਦਦੇ ਅਤੇ ਭ੍ਰਿਸ਼ਟਾਚਾਰੀ ਚਾਰ ਨੂੰ ਪਾਣੀ ਪੀਂਪੀ ਕੋਸਦੇ ਹਨ ਪਰ ਉਹ ਆਪਣੇ ਆਪ ਨੂੰ ਭ੍ਰਿਸ਼ਟਾਚਾਰੀ ਨਹੀਂ ਮੰਨਦੇ ਆਪਣੇ ਕਾਲੇ ਧਨ ਨੂੰ ਆਪਣੀ ਅਕਲ ਦੀ ਕਮਾਈ ਦਿਮਾਗ ਦੀ ਕਰਾਮਾਤ ਦੱਸਦੇ ਹਨ ਜਿਸ ਪਾਸੇ ਵੀ ਨਿਗਾ ਮਾਰਦੇ ਹਾਂ ਸਾਨੂੰ ਪਤਾ ਲੱਗਦਾ ਹੈ ਕਿ ਕਾਰਾਂ ਕੋਠੀਆਂ ਜ਼ਮੀਨ ਜਾਇਦਾਦ ਜੋਕੇ ਜੋਗ ਵਿੱਚ ਮਿਹਨਤ ਤੇ ਦਸਾਂ ਨਹਾਂ ਦੀ ਕਿਰਤ ਨਾਲ ਤਾਂ ਨਹੀਂ ਨਾਲ ਤਾਂ ਬੰਦੇ ਨਹੀਂ ਇਸ ਲਈ ਚੋਰੀਆਂ ਜਾਰੀਆਂ ਤੇ ਠੱਗੀਆਂ ਦੀ ਲੋੜ ਹੈ ਭ੍ਰਿਸ਼ਟਾਚਾਰੀ ਨੂੰ ਖੁਸ਼ਹਾਲ ਵੇਖ ਕੇ ਹਰ ਬੰਦੇ ਦਾ ਜੀ ਲਲਚਾ ਜਾਂਦਾ ਹੈ ਕਿ ਉਹ ਵੀ ਹੱਥ ਪੈਰ ਮਾਰ ਲਵੇ ਸੋ ਇਹ ਇੱਕ ਪੈਰਾ ਹੈ ਜੀ ਠੀਕ ਹੈ ਉਹਦੇ ਵਿੱਚ 31 ਤੋਂ ਲੈ ਕੇ 38 ਤੱਕ ਜਿਹੜੇ ਕੁਐਸਚਨ ਨੇ ਤੇ ਹੁਣ ਆਪਾਂ ਕੁਐਸਚਨ ਨੂੰ ਰੀਡ ਕਰਾਂਗੇ ਤੇ ਨਾਲ ਨਾਲ ਆਪਾਂ ਅਨਸਰ ਹੈ ਜਿਹੜੇ ਉਹਨਾਂ ਨੂੰ ਕਵਰ ਆ ਉਹ ਕਰਾਂਗੇ ਫਰਸਟ ਕੁਐਸਚਨ ਹੈਗਾ ਜੀ ਸਕਰੀਨ ਦੇ ਉੱਪਰ ਹੈ ਅਜੋਕੀ ਦੁਨੀਆ ਦੇ ਵਿੱਚ ਕਿਹੜੀ ਰੁਚੀ ਪ੍ਰਦਾਨ ਹੈ ਸੋ ਇਹਦਾ ਜੇਕਰ ਆਪਾਂ ਗੱਲ ਕਰੀਏ ਆਪਾਂ ਅਜੋਕੀ ਅਜੋਕੀ ਦੁਨੀਆ ਦੇ ਵਿੱਚ ਕਿਹੜੀ ਰੁਚੀ ਪ੍ਰਦਾਨ ਤਾਂ ਇਹਦਾ ਜਿਹੜਾ ਆਨਸਰ ਹੈ ਜੀ ਜਿਵੇਂ ਪੈਸੇ ਖਰਚਣਾ ਦੂਜਿਆਂ ਦਾ ਖੂਨ ਚੂਸ ਕੇ ਪੈਸੇ ਕਮਾਉਣਾ ਫੈਸ਼ਨ ਲੋਕ ਦਿਖਾਵਾ ਠੀਕ ਹੈ ਅਜੇ ਆ ਪੈਸੇ ਖਰਚਣਾ ਕਿਤੇ ਨਹੀਂ ਆਇਆ ਫੈਸ਼ਨ ਕਿਤੇ ਨਹੀਂ ਆ ਲੋਕ ਦਿਖਾਵਾ ਕਿਤੇ ਨਹੀਂ ਆ ਪਰ ਦੂਜਿਆਂ ਦਾ ਖੂਨ ਚੂਸ ਕੇ ਪੈਸਾ ਜਿਹੜਾ ਕਮਾਉਣਾ ਇਹ ਆਇਆ ਹੋਇਆ ਤੁਸੀਂ ਦੇਖੋਗੇ ਅ ਸੈਕਿੰਡ ਸੈਕਿੰਡ ਨਹੀਂ ਜੀ ਇਹ ਆਇਆ ਹੋਇਆ ਵਾ 34th ਲਾਈਨ ਦੇ ਵਿੱਚ ਜੇਕਰ ਤੁਸੀਂ ਦੇਖੋਗੇ ਲਹੂ ਚੂਸਨਾ ਤੇ ਲਹੂ ਚੂਸਨਾ ਹਣ ਤੇ ਇਹ ਅਨਸਰ ਵਿੱਚ ਹੀ ਪਿਆ ਸੀਗਾ ਸੋ ਇਦਾਂ ਹੀ ਤੁਸੀਂ ਜਿਹੜਾ ਪੈਰਾ ਪੜ੍ਹਨਾ ਹੈ ਕੁਐਸਚਨ ਪੜ੍ਹਨੇ ਦੋਸਤੋ ਬਾਅਦ ਤੁਸੀਂ ਅਨਸਰ ਦੇਣਾ ਤੇ ਜਿਹੜਾ ਅਨਸਰ ਪਹਿਰੇ ਦੇ ਵਿੱਚ ਪਿਆ ਉਹਨੇ ਤੇ ਬਸ ਤੁਸੀਂ ਟਿਕ ਕਰ ਦੇਣਾ ਸੋ ਜੋ ਕੀ ਦੁਨੀਆ ਦੇ ਵਿੱਚ ਕਿਹੜੀ ਰੁਚੀ ਪ੍ਰਦਾਨ ਹੈ ਸੋ ਪੈਸੇ ਦੂਜਿਆਂ ਦਾ ਖੂਨ ਚੂਸ ਕੇ ਪੈਸੇ ਕਮਾਉਣਾ ਨੈਕਸਟ ਜੇਕਰ ਆਪਾਂ ਗੱਲ ਕਰੀਏ ਮਨੁੱਖ ਪੈਸੇ ਕਮਾਉਂਦਾ ਕਮਾਉਂਦਾ ਕਿੱਥੇ ਪਹੁੰਚ ਪਹੁੰਚ ਗਿਆ ਹੈ ਸੋ ਜਿਹੜਾ ਮਨੁੱਖ ਹੈ ਜੀ ਉਹ ਪੈਸੇ ਕਮਾਉਂਦਾ ਕਮਾਉਂਦਾ ਕਿੱਥੇ ਪਹੁੰਚ ਗਿਆ ਸੋ ਜੇਕਰ ਆਪਾਂ ਗੱਲ ਕਰੀਏ ਸਮਾਨ ਤੇ ਕਿਤੇ ਨਹੀਂ ਲਿਖਿਆ ਕਲਬਾ ਵਿੱਚ ਕਿਤੇ ਨਹੀਂ ਲਿਖਿਆ ਹਸਪਤਾਲ ਕਿਤੇ ਨਹੀਂ ਆਇਆ ਪਹਿਰੇ ਦੇ ਵਿੱਚ ਜੇਕਰ ਪਹਿਰੇ ਦੇ ਵਿੱਚ ਆਇਆ ਤਾਂ ਉਹ ਆਇਆ ਜੀ ਪੈਸੇ ਦੀ ਦੁਨੀਆ ਦੇ ਵਿੱਚ ਗਵਾ ਚੁੱਕਿਆ ਹੈ ਠੀਕ ਹੈ ਡੀ ਆਪਸ਼ਨ ਰਹੂਗੀ ਅੰਦੀ ਸੈਕਿੰਡ ਲਾਈਨ ਜੇਕਰ ਤੁਸੀਂ ਦੇਖੋਗੇ ਪੈਸੇ ਦੀ ਇਸ ਦੁਨੀਆ ਦੇ ਵਿੱਚ ਆਦਮੀ ਅਨਿਖਣਵੇਂ ਦੇ ਅਜਿਹੇ ਗੇੜ ਵਿੱਚ ਪੈਂਦਾ ਹੈ ਕਿ ਉਹ ਪੈਸੇ ਦੀ ਦੁਨੀਆ ਦੇ ਵਿੱਚ ਗਵਾਚ ਜਾਂਦਾ ਹੈ ਠੀਕ ਹੈ ਜੀ ਉਹ ਪੈਸੇ ਦੀ ਦੁਨੀਆ ਦੇ ਵਿੱਚ ਕੀ ਹੈ ਗਵਾਚ ਜਾਂਦਾ ਹੈ ਸੋ ਇਹ ਜਿਹੜੀ ਆਪਸ਼ਨ ਜਿਹੜੀ ਬਿਲਕੁਲ ਜਿਹੜੀ ਕਰੈਕਟ ਆਪਸ਼ਨ ਰਹੇਗੀ ਜੇਕਰ ਮੈਂ ਗੱਲ ਕਰਾਂ 32 ਦੀ ਬਿਲਕੁਲ ਜਿਹੜੀ ਕਰੈਕਟ ਆਪਸ਼ਨ ਹੈ ਪੈਸੇ ਦੀ ਦੁਨੀਆ ਵਿੱਚ ਜਿਹੜਾ ਗਵਾਚ ਹੈ ਉਹ ਗਿਆ ਸੋ ਨੈਕਸਟ ਜੇਕਰ ਆਪਾਂ ਗੱਲ ਕਰੀਏ 33 ਦੀ ਅ ਪਹਿਲਾ ਮਨੁੱਖ ਦਾ ਜਿਹੜਾ ਉਦੇਸ਼ ਆ ਉਹ ਕੀ ਸੀ ਸੋ ਪਹਿਲਾ ਜਿਹੜਾ ਮਨੁੱਖ ਦਾ ਉਦੇਸ਼ ਕੀ ਸੀਗਾ ਸੋ ਵੇਲੇ ਰਹਿਣਾ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਦਸਾਂ ਨੌਹਾਂ ਦੀ ਕੀਰਤ ਕਰਨਾ ਹੁਕਮ ਚਲਾਉਣਾ ਵੇਲੇ ਰਹਿਣਾ ਪੈਰੇ ਦੇ ਵਿੱਚ ਕਿਤੇ ਵੀ ਨਹੀਂ ਆਇਆ ਚੜ੍ਹਦੀਆਂ ਕਲਾ ਦੇ ਵਿੱਚ ਰਹਿਣਾ ਵੀ ਪੈਰੇ ਦੇ ਵਿੱਚ ਨਹੀਂ ਆਇਆ ਹੁਕਮ ਚਲਾਉਣਾ ਵੀ ਕਿਤੇ ਨਹੀਂ ਆਇਆ ਜੇਕਰ ਆਇਆ ਉਹ ਆਇਆ ਜੀ ਦਸਾਂ ਨੌਹਾਂ ਦੀ ਕੀਰਤ ਕਰਨਾ ਸੋ ਦਸਾਂ ਨੌਹਾਂ ਦੀ ਜਿਹੜੀ ਕਿਰਤ ਹੈ ਉਹ ਕਰਨਾ ਇਹ ਪੈਰੇ ਦੇ ਵਿੱਚ ਆਇਆ ਜੀ ਦਸਾਂ ਨੌਹਾਂ ਦੀ ਕਿਰਤ ਕਰਨਾ ਤੇ ਜੇਕਰ ਆਪਾਂ ਪੈਰੇ ਦੀ ਗੱਲ ਕਰੀਏ ਤੇ ਇਹਨੂੰ ਪਹਿਲੇ ਨੂੰ ਆਪਾਂ ਰੀਡ ਕਰਦੇ ਹਾਂ ਜੀ ਸੋ ਦਸਾਂ ਨੌਹਾਂ ਦੀ ਜਿਹੜੀ ਕਿਰਤ ਹੈ ਉਹ ਕਰਨਾ ਸੋ ਇਹ ਲਿਖਿਆ ਜੀ ਥਰਡ ਨੰਬਰ ਹੈ ਜਿਹੜਾ ਪੈਰੇ ਦੀ ਜਿਹੜੀ ਲਾਈਨ ਹੈ ਦੇ ਵਿੱਚ ਲਿਖਿਆ ਜੀ ਪਹਿਲਾਂ ਜਿੱਥੇ ਦਸਾਂ ਨੌਹਾਂ ਦੀ ਕਿਰਤ ਕਰਨਾ ਤੇ ਵਣ ਛਕਣਾ ਜੀਵਨ ਦਾ ਉਦੇਸ਼ ਸੀ ਸੋ ਦਸਾਂ ਪਹਿਲਾਂ ਹੈ ਨਾ ਪਹਿਲਾ ਉਦੇਸ਼ ਹੀ ਦਸਾਂ ਨੌਹਾਂ ਦੀ ਕਿਰਤ ਕਰਨਾ ਸੋ ਇਹ ਬਿਲਕੁਲ ਜਿਹੜੀ கரੈਕਟ ਆਪਸ਼ਨ ਪਈ ਹੈ ਜੀ 33 ਨੰਬਰ ਦੀ ਠੀਕ ਹੈ ਇਸੇ ਤਰੀਕੇ ਦੇ ਨਾਲ ਜਿਹੜਾ ਤੁਸੀਂ ਪਿਆਰਾ ਰੀਡ ਕਰਨਾ ਹੈ ਤੇ ਕੁਐਸਚਨ ਜਿਹੜੇ ਸੋਲਵ ਹੈ ਉਹ ਕਰਨੇ ਸੋ ਨੈਕਸਟ ਆ ਜੁਦੀ ਨੈਕਸਟ ਕੁਐਸਚਨ ਹੈ ਜੀ ਆਪਣੇ ਸਕਰੀਨ ਦੇ ਉੱਪਰ ਸਟੇਜਾਂ ਦੇ ਚੜਕੇ ਭ੍ਰਿਸ਼ਟਾਚਾਰ ਨੂੰ ਕੌਣ ਨਿੰਦਦਾ ਹੈ ਇਹ ਵੀ ਆਮ ਜਨਤਾ ਨਹੀਂ ਕਿਤੇ ਵੀ ਆਇਆ ਦੇਵਤੇ ਨਹੀਂ ਕਿਤੇ ਲਿਖਿਆ ਆਇਆ ਸਰਕਾਰ ਨਹੀਂ ਕਿਤੇ ਪਹਿਰੇ ਦੇ ਵਿੱਚ ਲਿਖਿਆ ਆਇਆ ਜੇਕਰ ਲਿਖਿਆ ਆਇਆ ਤਾਂ ਉਹ ਆਇਆ ਜੀ ਭ੍ਰਿਸ਼ਟਾਚਾਰੀ ਤੇ ਅਤੇ ਬਈਮਾ ਸੋ ਸਟੇਜਾਂ ਤੇ ਚੜ ਕੇ ਭ੍ਰਿਸ਼ਟਾਚਾਰ ਨੂੰ ਜਿਹੜਾ ਕੌਣ ਨਿੰਦਦਾ ਹੈ ਭ੍ਰਿਸ਼ਟਾਚਾਰੀ ਅਤੇ ਬੇਈਮਾਨੀ ਦੇ ਨਿ। ਜੇਕਰ ਆਪਾਂ ਪਹਿਲੇ ਦੀ ਗੱਲ ਕਰੀਏ ਤਾਂ ਪੈਰਾ ਸਕਰੀਨ ਦੇ ਉੱਪਰ ਹੈ ਤੇ ਇੱਥੇ ਹੀ ਜਿਹੜਾ ਲਿਖਿਆ ਹੋਇਆਗਾ ਦੇਖੋਗੇ ਤੁਸੀਂ। ਹਾ ਸ਼ੋਹੀਨੀ ਗੱਲ ਤਾਂ ਇਹ ਹੈ ਕਿ ਮਹਾਨ ਭ੍ਰਿਸ਼ਟਾਚਾਰੀ ਤੇ ਬੇਈਮਾਨ ਲੋਕ ਵਾਹਾਂ ਖੜੀਆਂ ਕਰ ਕਰ ਸਟੇਜਾਂ ਤੇ ਲੋਕ ਸਮੂਹ ਹਾ ਅੱਗੇ ਭ੍ਰਿਸ਼ਟਾਚਾਰੀ ਨੂੰ ਨਿੰਦਦੇ ਅਤੇ ਭ੍ਰਿਸ਼ਟਾਚਾਰ ਨੂੰ ਪਾਣੀ ਪੀਪੀ ਕੋਸਦੇ ਹਨ। ਠੀਕ ਹੈ ਜੀ ਭ੍ਰਿਸ਼ਟਾਚਾਰੀ ਤੇ ਬੇਈਮਾਨ ਇਹ ਸਟੇਜਾਂ ਦੇ ਉੱਪਰ ਚੜਦੇ ਨਹੀਂ ਹਨ। ਤਾਂ ਇਹ ਬਿਲਕੁਲ ਜਿਹੜੀ ਜੇਕਰ ਆਪਾਂ ਗੱਲ ਕਰੀਏ ਤਾਂ ਬਿਲਕੁਲ ਜਿਹੜੀ கரੈਕਟ ਆਪਸ਼ਨ ਹੈ ਜੀ ਬੀ ਆਪਸ਼ਨ ਬਿਲਕੁਲ கரੈਕਟ ਹੈ ਸਟੇਜਾਂ ਦੇ ਚੜ੍ਹ ਕੇ ਭ੍ਰਿਸ਼ਟਾਚਾਰ ਨੂੰ ਕੌਣ ਨਿੰਦਦਾ ਭ੍ਰਿਸ਼ਟਾਚਾਰੀ ਅਤੇ ਬਈ ਨੈਕਸਟ ਆ ਗਿਆ ਜੀ ਸਕਰੀਨ ਦੇ ਉੱਪਰ ਕੁਐਸਚਨ ਹੈ ਜੀ ਆਪਣਾ 35 ਨੰਬਰ ਭ੍ਰਿਸ਼ਟਾਚਾਰੀ ਆਪਣੀ ਕਮਾਈ ਬਾਰੇ ਕੀ ਸੋਚਦੇ ਆ ਸੋ ਭ੍ਰਿਸ਼ਟਾਚਾਰੀ ਆਪਣੇ ਕਮਾਈ ਬਾਰੇ ਕੀ ਸੋਚਦੇ ਨੇ ਹਕ ਸੱਚ ਦੀ ਕਮਾਈ ਅਕਲ ਦਿਮਾਗ ਦੀ ਕਰਾਮਾਤ ਖੂਨ ਪਸੀਨੇ ਦੀ ਕਮਾਈ ਪਰਮਾਤਮਾ ਦਾ ਵਰਦਾਨ ਪਰਮਾਤਮਾ ਦਾ ਵਰਦਾਨ ਕਿਤੇ ਨਹੀਂ ਲਿਖਿਆ ਆ ਖੂਨ ਪਸੀਨੇ ਦੀ ਕਮਾਈ ਕਿਤੇ ਨਹੀਂ ਲਿਖਿਆ ਆ ਹੱਕ ਸੱਚ ਦੀ ਕਮਾਈ ਕਿਤੇ ਵੀ ਨਹੀਂ ਲਿਖਿਆ ਆ ਜੇਕਰ ਲਿਖਿਆ ਆ ਤਾਂ ਬੀ ਆਪਸ਼ਨ ਬਿਲਕੁਲ கரੈਕਟ ਹੈ ਜੀ ਅਕਲ ਦਿਮਾਗ ਦੀ ਜਿਹੜੀ ਕਰਾਮਾਤ ਹੈ ਉਹ ਸਮਝਦੇ ਨੇ ਤੇ ਜੇਕਰ ਆਪਾਂ ਪਹਿਰੇ ਦੇ ਵਿੱਚ ਚੱਲੀਏ ਤਾਂ ਪਹਿਰੇ ਦੇ ਵਿੱਚ ਵੀ ਤੁਹਾਨੂੰ ਮੈਂ ਦਿਖਾ ਦਿੰਨੀ ਆ ਕਿਤੇ ਲਿਖਿਆ ਹੋਇਆ ਆ ਲਿਖਿਆ ਹੋਇਆ ਜੀ ਅਕਲ ਦੀ ਕਮਾਈ ਦਿਮਾਗ ਦੀ ਕਰਾਮਾਤ ਠੀਕ ਆ ਇੱਥੋਂ ਜਿਹੜੀ ਆ கரੈਕਟ ਬਿਲਕੁਲ ਜਿਹੜਾ ਆਨਸਰ ਹੈ ਤੁਸੀਂ ਜਿਹੜਾ ਚੱਕ ਜਿਹੜਾ ਤੁਸੀਂ ਦੇਖ ਕੇ ਜਿਹੜੀ ਟਿੱਕਾ ਉਹ ਤੁਸੀਂ ਕਰ ਸਕਦੇ ਆ ਜੋ ਨੈਕਸਟ ਜੇਕਰ ਮੈਂ ਗੱਲ ਕਰਾਂ ਤੇ ਨੈਕਸਟ ਸਕਰੀਨ ਦੇ ਉੱਪਰ ਆ ਜਾਂਦਾ ਜੀ ਇਹ ਵਾਲਾ ਅਕਲ ਦਿਮਗ ਦੀ ਕਰਮਾਤੋਲਾ ਜਿਹੜੀ 99 ਦਾ ਗੇੜੇ-ਹੇੜ ਲਿਖਿਆਂ ਵਿੱਚੋਂ ਕੀ ਹੈ ਇਹ ਤੁਹਾਡੀ ਕਾਮਨ ਸੈਂਸ ਤੇ ਜਿਹੜਾ ਡਿਪੈਂਡ ਕਰਦਾ ਕੁਐਸਚਨ 99 ਦਾ ਗੇੜੇ-ਹੇੜ ਲਿਖਿਆਂ ਦੇ ਵਿੱਚੋਂ ਕੀ ਹੈ ਇਹ ਮੁਹਾਵਰਾ ਹੈ ਵਿਸ਼ੇਸ਼ਣ ਵਿਸ਼ੇਸ਼ਣ ਹੈ ਵਾਕਾਂਸ਼ ਆਖਾਂ ਨਾ ਨੜੀ 99 ਦਾ ਗੇੜ ਕੀ ਹੈ ਸੋ ਜੇਕਰ ਆਪਾਂ 99 ਦੇ ਗੇੜ ਦੀ ਗੱਲ ਕਰੀਏ ਤਾਂ 99 ਦਾ ਜਿਹੜਾ ਗੇੜ ਹੈ ਜੀ ਇਹ ਕੀ ਹੈ ਮੁਹਾਵਰਾ ਹੈ ਠੀਕ ਹੈ ਮੁਹਾਵਰਾ ਹੈ 99 ਦਾ ਗੇੜ ਕੀ ਹੈ ਮੁਹਾਵਰਾ ਹੈ ਸੋ ਇੱਕoje ਜਿਹੜੇ ਕੁਐਸਚਨ ਹੁੰਦੇ ਨੇ 2 3 ਇਹ ਇਦਾਂ ਦੇ ਜਿਹੜੇ ਕੁਐਸਚਨ ਆ ਉਹ ਹੁੰਦੇ ਨੇ ਆ ਜਿਹੜੇ ਤੁਹਾਡੇ ਜਿਹੜੇ ਕਾਮਨ ਸੈਂਸ ਤੇ ਜਿਹੜੇ ਡਿਪੈਂਡ ਆ ਉਹ ਕਰਦੇ ਆ ਇਹ ਪੈਰੇ ਹੁੰਦੇ ਪੈਰੇ ਦੇ ਵਿੱਚੋਂ ਹੀ ਨੇ ਬਟ ਇੰਦੇ ਚ ਤੁਹਾਡਾ ਜਿਹੜਾ ਕੋਈ ਜੁ ਤੁਹਾਡੀ ਤੁਹਾਡਾ ਜਿਹੜੇ ਸੌਖੇ ਜੇ ਤੁਹਾਨੂੰ ਜਿਹੜੇ ਕੁਐਸਚਨ ਹੀ ਪੁੱਛੇ ਜਾਂਦੇ ਨੇ ਜਿਵੇਂ ਕਿ 99 ਦਾ ਗੇੜ ਮਹਾਵਰਾ ਹੈ ਆ ਖਾਨੇ ਕੀ ਹੈ ਤਾਂ ਇਦਾਂ ਦੇ ਕੁਐਸਚਨ ਹੁੰਦੇ ਜਿਵੇਂ ਇੱਕ ਨੈਕਸਟ ਆਪਾਂ ਜਿਹੜਾ ਪੜਾਂਗੇ ਅ ਨੈਕਸਟ ਜਿਵੇਂ ਆ ਗਿਆ ਨਿਗਾਹ ਨਿਗਾਹ ਦਾ ਕੀ ਅਰਥ ਹੈ ਠੀਕ ਹੈ ਅੱਖਾਂ ਨਜ਼ਰ ਦ੍ਰਿਸ਼ਟੀ ਦ੍ਰਿਸ਼ ਠੀਕ ਹੈ ਨਿਗਾਹ ਆਪਾਂ ਜਿਹਨੂੰ ਕਹਿ ਦਿੰਨੇ ਤਾਂ ਇਹਦਾ ਕੀ ਅਰਥ ਹੈ ਸੋ ਇਹ ਵੀ ਕਾਮਨ ਸੈਂਸ ਤੇ ਜਿਹੜਾ ਡਿਪੈਂਡ ਕਰਦਾ ਤਾਂ ਇਹਦਾ ਜਿਹੜੀ ਕਰੈਕਟ ਜਿਹੜੀ ਆਪਸ਼ਨ ਹੈ ਜੀ ਉਹ ਆ ਜਾਂਦੀ ਹੈ ਨਜ਼ਰ ਨੈਕਸਟ ਵੀ ਇੱਕ ਜਿਹੜਾ ਕੁਐਸਚਨ ਹੋਰ ਆ ਜਾਂਦਾ ਏ ਆ ਜਾਂਦਾ ਜੀ ਪੈਰੇ ਦਾ ਟੁਕਮਾ ਸਰਲੇ ਕੀ ਹੈ ਹੁਣ ਜਿਹੜਾ ਤੁਸੀਂ ਸਾਰਾ ਜਿਹੜਾ ਇਹ ਪੈਰਾ ਇਹਨੂੰ ਪੜਿਆ ਏ ਇਹ ਇਹਦਾ ਸਰਲੇ ਕੀ ਹੈ ਬੇਈਮਾਨੀ ਬੇਈਮਾਨੀ ਹੈ ਝੂਠ ਬੋਲਣਾ ਹੈ ਹਿਰਾ ਫੇਰੀ ਹੈ ਭ੍ਰਿਸ਼ਟਾਚਾਰ ਹੈ ਤਾਂ ਸਭ ਤੋਂ ਜੇਕਰ ਆਪਾਂ ਕਰੈਕਟ ਆਪਸ਼ਨ ਦੀ ਗੱਲ ਕਰੀਏ ਤਾਂ ਉਹ ਕੀ ਆਊਗਾ ਜੀ ਭ੍ਰਿਸ਼ਟਾਚਾਰ ਠੀਕ ਹੈ ਭ੍ਰਿਸ਼ਟਾਚਾਰ ਠੀਕ ਹੈ ਜੀ ਪੈਰੇ ਦਾ ਟੁਕਮਾ ਸਰਲੇ ਕੀ ਹੋ ਸਕਦਾ ਤਾਂ ਇਹ ਆ ਗਿਆ ਜੀ ਭ੍ਰਿਸ਼ਟਾਚਾਰ ਸੋ ਪੈਰੇ ਦਾ ਟੁਕਮਾ ਸਰਲੇ ਕੀ ਹੋ ਸਕਦਾ ਭ੍ਰਿਸ਼ਟਾਚਾਰ ਹੋ ਸਕਦਾ ਠੀਕ ਹੈ ਜੀ 38 ਦੀ ਜੇਕਰ ਆਪਾਂ ਗੱਲ ਕਰੀਏ ਤਾਂ ਡੀ ਆਪਸ਼ਨ ਬਿਲਕੁਲ ਜਿਹੜੀ ਕਰੈਕਟ ਹੈ ਸੋ ਇਸ ਸੀਗਾ ਜੀ ਜੁਲਾਈ 2011 ਦਾ ਜਿਹੜਾ ਕੁਐਸਚਨ ਸੀਗੇ ਜਿਹੜੇ ਪੈਰੇ ਦੇ ਵਿੱਚ ਜਿਹੜੇ ਪੁੱਛੇ ਗਏ ਨੇ 8 ਸੀਗੇ ਜੇਕਰ ਆਪਾਂ ਗੱਲ ਕਰੀਏ ਤਾਂ 8 ਕੁਐਸਚਨ ਸੀਗੇ ਹੁਣ ਨੈਕਸਟ ਜਿਹੜਾ ਆਪਾਂ ਜਿਹੜਾ ਕਵਰ ਹੈ ਉਹ ਕਰਾਂਗੇ ਜੀ ਪੈਰਾਗ੍ਰਾਫ ਨੰਬਰ 2 ਜੂਨ 2013 ਦੇ ਵਿੱਚ ਜਿਹੜੇ ਕੁਐਸਚਨ ਹੈ ਜੀ ਉਹ ਪੁੱਛੇ ਗਏ ਨੇ ਇਹਨਾਂ ਨੂੰ ਆਪਾਂ ਜਿਹੜਾ ਕਵਰ ਹੈ ਉਹ ਕਰਾਂਗੇ ਸੋ ਸਟਾਰਟ ਕਰਦੇ ਹਾਂ ਜੀ ਆਪਾਂ ਪੈਰਾਗ੍ਰਾਫ ਨੰਬਰ 2 ਜੂਨ 2013 ਦਾ ਸਭ ਤੋਂ ਪਹਿਲਾਂ ਆਪਾਂ ਰੀਡ ਕਰਦੇ ਹਾਂ ਕਿਉਂਕਿ ਥੋੜਾ ਜਿਹਾ ਵੱਡਾ ਏ ਇਹ ਪੈਰਾ ਤੇ ਕੁਝ ਜਿਹੜੇ ਕੁਐਸਚਨ ਵੀ ਆਪਾਂ ਉਸ ਤੋਂ ਬਾਅਦ ਜਿਹੜੇ ਸੋਲਵ ਕਰਾਂਗੇ ਸੋ ਰੀਡ ਕਰਦੇ ਹਾਂ ਜੀ ਹੇਠਾਂ ਲਿਖੇ ਪੈਰੇ ਨੂੰ ਧਿਆਨ ਦੇ ਨਾਲ ਪੜੋ ਅਤੇ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ ਪ੍ਰਸ਼ਨ ਨੰਬਰ 38 ਤੋਂ ਲੈ ਕੇ 45 ਤੱਕ ਹੋਣਗੇ ਸੋ ਦੁੱਧ ਪੀ ਕੇ ਬਾਪੂ ਜੀ ਨੇ ਆਪਣੇ ਪਰਨੇ ਨਾਲ ਪਾਣੀ ਵਾਲੀ ਗਠੜੀ ਚੱਕੀ ਤੇ ਬੈਠਕ ਤੋਂ ਬਾਹਰ ਆ ਕੇ ਹੱਥ ਧੋ ਲਏ ਨਥੇ ਨੂੰ ਵੀ ਉਹਨਾਂ ਨੇ ਹੱਥ ਤੋਂ ਉੰਦੇ ਲਈ ਕਿਹਾ ਉਹ ਦੋਵੇਂ ਗਲਾਸ ਚੁੱਕ ਕੇ ਬਾਹਰ ਲੈ ਆਇਆ ਕੋਣ ਨਥਾ ਹਨ ਤੇ ਚੌਕੇ ਚ ਭਾਂਡੇ ਮਾਂਜਣ ਵਾਲੀ ਥਾਂ ਰੱਖਣ ਵਿੱਚੋਂ ਹੱਥ ਧੋ ਕੇ ਪਰਤਾ ਆ ਉਹਨਾਂ ਦੇ ਲਈ ਜਿਵੇਂ ਇੱਥੇ 1 ਮਿੰਟ ਵੀ ਪਾਰੂ ਹੋ ਰਿਹਾ ਸੀਗਾ ਲੈ ਹੁਣ ਮਨ ਚ ਇਤਕਾਗਰ ਕਰਕੇ ਸੁਣ ਬਾਪੂ ਜੀ ਨੇ ਉਸ ਦੇ ਆਉਣ ਤੋਂ ਪਹਿਲਾਂ ਹੀ ਕੁਝ ਪੁਰਾਣੀ ਅਖਬਾਰ ਕੁਝ ਹੱਥ ਨਾਲ ਲਿਖਿ ਹੋਏ ਕਾਗਜ਼ ਤੇ ਇੱਕ ਪੋਥੀ ਕੱਢ ਕੇ ਅਸਨ ਉਤੇ ਰੱਖ ਲਈ ਸੀ ਉਧਰ ਇਸ਼ਾਰਾ ਕਰਦਿਆਂ ਹੋਇਆ ਉਹ ਬੋਲੇ ਇਹ ਸਾਰੇ ਅਖਬਾਰ ਤੇ ਸ਼੍ਰੋਮਣੀ ਕਮੇਟੀ ਦੇ ਮਤੇ ਮੈਂ ਜਤੋ ਦੇ ਮੋਰਚੇ ਵੇਲੇ ਦੇ ਸਾਹਮਣੇ ਹੋਈ ਹੈ ਇਹਨਾਂ ਵਿੱਚ ਮੋਰਚੇ ਦਾ ਸਾਰਾ ਹਾਲ ਦਰਜ ਹੈ ਤੂੰ ਜਦੋਂ ਇਮਤਿਹਾਨ ਦੇ ਲਏਂਗਾ ਫਿਰ ਇਹ ਪੜ ਲੈ ਫਿਲਹਾਲ ਮੈਂ ਤੈਨੂੰ ਕੁਝ ਗੱਲਾਂ ਅੱਜ ਜ਼ੁਬਾਨੀ ਸੁਣਾ ਦੇਣ ਠੀਕ ਹੈ ਕੁਝ ਗੱਲਾਂ ਜ਼ੁਬਾਨੀ ਸੁਣਾ ਦੇਣਾ ਕੁਝ ਰੁੱਕ ਕੇ ਉਹ ਆਪਣੇ ਖੱਦਰ ਦੇ ਪਰਨੇ ਨਾਲ ਇੰਜ ਮੂੰਹ ਕੋਜ ਰੋਕੇ ਉਹਨਾਂ ਆਪਣੇ ਖੱਦਰ ਦੇ ਪਰਨੇ ਨਾਲ ਇੰਜ ਮੂੰਹ ਪੂੰਝਿਆ ਜਿਵੇਂ ਉਹ ਮੂੰਹ ਨੂੰ ਪਵਿੱਤਰ ਕਰਕੇ ਇਹ ਵਰਤਾਰਾ ਸੁਣਾਉਣਾ ਚਾਹੁੰਦੇ ਹੋਣ ਫਿਰ ਉਹ ਆਪਣੇ ਸੁਭਾਅ ਅਨੁਸਾਰ ਗੱਲ ਸ਼ੁਰੂ ਕਰਕੇ ਬੜੇ ਠਰਮੇ ਨਾਲ ਤੇ ਰਾਜ ਨਾਲ ਜਿਹੜਾ ਆ ਸੁਣਾਉਣ ਲੱਗ ਪਏ ਜੈਤੋ ਦਾ ਮੋਰਚਾ ਕੋਈ 2 ਸਾਲ ਚੱਲਦਾ ਰਿਹਾ ਸੀ ਇਹ ਅਗਸਤ 1923 ਦੇ ਵਿੱਚ ਸ਼ੁਰੂ ਹੋਇਆ ਗੁਰਦੁਆਰਾ ਗੰਗਸਰ ਵਿਖੇ ਜਿਹੜਾ ਅਖੰਡ ਅਖੰਡ ਪਾਠ ਹਾਕਮਾਂ ਦੀ ਮੌਤਤਾ ਕਰਕੇ ਖੰਡਿਤ ਹੋਇਆ ਸੀ ਉਨੇ ਸਿੱਖ ਸੰਗਤਾਂ ਨੇ ਮਨਾ ਅੰਦਰ ਰੋਸ਼ ਤੇ ਜਿਹੜਾ ਜੋਸ਼ ਆ ਉਹ ਪੈਦਾ ਕਰ ਦਿੱਤਾ ਸ਼ੋਮਣੀ ਅਕਾਲੀ ਦਲ ਨੇ ਪੂਰ ਅਮਨ ਸਤਿਅਗ੍ਰਾਹ ਦਾ ਜਿਹੜਾ ਫੈਸਲਾ ਹੈ ਉਹ ਕੀਤਾ 1 ਸਤੰਬਰ ਨੂੰ 25 ਸਿੰਘਾਂ ਦਾ ਜਥਾ ਜੈਤੋ ਪਾੜ ਰੱਖਣ ਵਾਸਤੇ ਵੀ ਆਇਆ ਪਰ ਮੋਰਚੇ ਵਾਸਤੇ 25 ਸਿੰਘਾਂ ਦਾ ਪਹਿਲਾ ਜਥਾ ਅਸਲ ਵਿੱਚ 15 ਸਤੰਬਰ ਨੂੰ ਜੈਤੋ ਭੇਜਿਆ ਭੇਜਿਆ ਸੀ ਇਸ ਪਿਛੋਂ 5-6 ਮਹੀਨੇ 5-6 ਮਹੀਨੇ 25-25 ਦੇ ਜਥੇ ਲਗਾਤਾਰ ਆਉਂਦੇ ਰਹੇ ਜਿਹੜੇ ਇਹ 25-25 ਸਿੰਘਾਂ ਦੇ ਜਥੇ ਆਉਂਦੇ ਉਹਨਾਂ ਨੇ ਬੜੇ ਤਸੀਹੇ ਝੱਲੇ ਇਹਨਾਂ ਨੂੰ ਜੈਤੋ ਜਿਸ ਥਾਂ 'ਤੇ ਉੱਤੇ ਕਾਇਦ ਰੱਖਿਆ ਸੀ ਉਹ ਨਰਕਕੁੰਡ ਵਰਗੀ ਸੀ ਉੱਥੇ ਕਈ ਵਾਰੀ ਮੈਨੂੰ ਵੀ ਜਾਣਾ ਪਿਆ ਇਹੀ ਵਾਰਤਾ ਤੈਨੂੰ ਥੋੜੀ-ਬਹੁਤ ਸੁਣਾਈ ਹੈ ਜਦੋਂ ਉੱਥੇ 25-25 ਦੇ ਤਿੰਨ ਜਥੇ ਇਕੱਠੇ ਹੋ ਜਾਂਦੇ ਉਦੋਂ ਤਿੰਨਾਂ ਨੂੰ ਗੱਡੀ ਵਿੱਚ ਤੂੜ ਕੇ ਬਾਵਲਕਾ ਟੀਪੀਏਸ ਦਿੱਤਾ ਜਾਂਦਾ ਇਹ ਥਾਂ ਇੱਥੋਂ ਬਹੁਤ ਦੂਰ ਹੈ ਉਧਰ ਦਿੱਲੀ ਵਾਲੇ ਪਾਸੇ ਉਥੇ ਰਿਆਸਤ ਨਾਬਾ ਦਾ ਰਾਜ ਹੈ ਹੁਣ ਵੀ ਪਰ ਹੈ ਰਿਆਸਤ ਦੀ ਦਖਣੀ ਹਾਤੀ ਤਿੰਨ ਜਥੇ ਇਕੱਠੇ ਹੁਣ ਤਾਈ ਪਹਿਲੇ ਤੇ ਦੂਜੇ ਜਥੇ ਨੂੰ ਕਈ ਕੀ ਹਫਤੇ ਜਤੋ ਦੇ ਉਸੇ ਨਰਕਕੁੰਡ ਵਿੱਚ ਰਹਿਣਾ ਪੈਂਦਾ ਸੀਗਾ ਇਸ ਲਈ ਸਿੱਖਾਂ ਨੂੰ ਬਹੁਤ ਸੀਏ ਚੱਲਣੇ ਪੈਂਦੇ ਸੀਗੇ ਜਿਹੜੇ 500 ਸਿੰਘਾਂ ਦੇ ਸ਼ਹੀਦੀ ਜਥੇ ਦੀ ਕਹਾਣੀ ਮੈਂ ਤੈਨੂੰ ਸੁਣਾਉਣੀ ਚਾਹੁੰਦਾ ਹੈ ਉਹ 9 ਫਰਵਰੀ 1924 ਨੂੰ ਜਥੇਦਾਰ ਉਦਮ ਸਿੰਘ ਨਾਗ ਨਾਗੋਕੇ ਦੀ ਅਗਵਾਈ ਹੇਠ ਅਮਰਸਰੋ ਚੱਲਿਆ ਸੀ ਪਰ ਉਦਮ ਸਿੰਘ ਨੂੰ ਪੁਲਿਸ ਨੇ ਪੁਲਿਸ ਨੇ ਅਮਰitsar ਗਫਤਾਰ ਕਰ ਲਿਆ ਉਸ ਪਿੱਛੇ ਜਥੇ ਦੀ ਅਗਵਾਈ ਭਾਈ ਸੁਲਤਾਨ ਸਿੰਘ ਤੇ ਸਰਦਾਰ ਜਗ ਸਿੰਘ ਮੀਤ ਨੂੰ ਸੌਂਪੀ ਗਈ ਸੋ ਇਹ ਸੀ ਕਿ ਜੀ ਆਪਣੇ ਜਿਹੜਾ ਪੈਰਾਗ੍ਰਾਫ ਤੇ ਹੁਣ ਆਪਾਂ ਇਹਦੇ ਵਿੱਚੋਂ ਜਿਹੜੇ ਕੁਐਸਚਨ ਹੈ ਉਹਨਾਂ ਨੂੰ ਸੋਲਵ ਕਰਾਂਗੇ ਸਾਰੇ ਦੇ ਸਾਰੇ ਆਨਸਰ ਵਿੱਚੋਂ ਹੀ ਤੁਹਾਨੂੰ ਮਿਲਣਗੇ ਸੋ ਫਰਸਟ ਕੁਐਸਚਨ ਹੈ ਜੀ ਸ਼ੋਮਨੀ ਅਕਾਲੀ ਦਲ ਨੇ ਪੂਰ ਅਮਨ ਸੱਤਿਆਗ੍ਰਾਂਧ ਦਾ ਫੈਸਲਾ ਕੇਸ ਲਈ ਕੀਤਾ ਸੀ ਜਿਹੜਾ ਸੱਤਿਆਗ੍ਰਾਂਧ ਜਿਹੜਾ ਚੱਲਿਆ ਸੀਗਾ ਸ਼ੋਮਨੀ ਅਕਾਲੀ ਦਲ ਨੇ ਕਿਉਂ ਹੋਇਆ ਸੀਗਾ ਮਤਲਬ ਇਹਨੂੰ ਕਿਉਂ ਸਟਾਰਟਿੰਗ ਇਹਦੀ ਹੋਈ ਸੀ ਕਿਸ ਕਾਰਨ ਹੋਈ ਸੀ ਜੈਤੋਜਨ ਲਈ 1923 ਵਿੱਚ ਜੈਤੋਜਨ ਲਈ 2 ਸਾਲ ਜੈਤੋਜਨ ਲਈ ਬਿਲਕੁਲ ਨਹੀਂ ਜੀ ਸੀ ਆਪਸ਼ਨ ਬਿਲਕੁਲ ਕਰੈਕਟ ਹੈ ਜੀ ਖੰਡੇ ਤੋਂ ਹੋਏ ਪਾੜ ਦੇ ਲਈ ਜੋ ਆਪਾਂ ਇਹਦਾ ਜਿਹੜਾ ਕਲਰ ਇੱਕ ਰੂ ਚੇਂਜ ਕਰ ਲੀਏ ਸੋ ਜੇਕਰ ਆਪਾਂ ਗੱਲ ਕਰੀਏ ਤਾਂ ਖੰਡਿਤ ਹੋਏ ਪਾਠ ਦੇ ਲਈ ਜਿਹੜਾ ਇਹ ਵਾਲਾ ਜਿਹੜਾ ਹੈ ਸੀਗਾ ਜੀ ਆ ਇਹ ਸਤਿਆਗ੍ਰਹਿ ਜਿਹੜਾ ਉਹ ਚੱਲਿਆ ਸੀਗਾ ਠੀਕ ਹੈ ਜੀ ਤੇ ਇਹਦਾ ਜੇਕਰ ਆਪਾਂ ਗੱਲ ਕਰੀਏ ਪੈਰੇ ਦੇ ਵਿੱਚ ਕਿੱਥੇ ਪਿਆ ਹੈ ਇਹ ਵਾਲੀ ਲਾਈਨ ਠੀਕ ਹੈ ਤਾਂ ਉਹ ਰਹੀ ਹੈ ਲਾਈਨ ਆ ਜਿਹੜੀ ਜੇਕਰ ਆਪਾਂ ਗੱਲ ਕਰੀਏ ਤਾਂ ਲਾਸਟ ਤੇ ਲਿਖਿਆ ਆ ਰਿਹਾ ਜੀ ਗੁਰਦੁਆਰਾ ਗੰਸਰ ਵਿਖੇ ਜੇ ਵਿਖੇ ਜਿਹੜਾ ਅਖੰਡ ਪਾਠ ਠੀਕ ਹੈ ਨੈਕਸਟ ਪੈਰੇ ਤੇ ਆਜੋ ਜਿਹੜਾ ਅਖੰਡ ਪਾਠ ਹਾਕਮਾਂ ਦੀ ਮੂਰਖਤਾ ਕਰਕੇ ਖੰਡਿਤ ਹੋਇਆ ਸੀ ਠੀਕ ਹੈ ਉਹਨਾਂ ਨੇ ਸਿੱਖ ਸੰਗਤ ਦੇ ਦਮਾਣਾ ਅੰਦਰ ਜਿਹੜਾ ਰੋਸ ਤੇ ਜੋਸ਼ ਪੈਦਾ ਕਰ ਦਿੱਤਾ ਤੇ ਸ਼ੋਮਨੀ ਅਕਾਲੀ ਦਲ ਨੇ ਪੂਰ ਅਮਨ ਜਿਹੜਾ ਸਤਿਅਗ੍ਰਹਿ ਦਾ ਫੈਸਲਾ ਹੈ ਉਹ ਕੀਤਾ ਸੀ ਠੀਕ ਹੈ ਇਹ ਰਿਹਾ ਜੀ ਠੀਕ ਹੈ ਤਾਂ ਕਿਉਂ ਹੋਇਆ ਸੀ ਕਿਉਂਕਿ ਜਿਹੜਾ ਪਾਠ ਹੈ ਉਹ ਜਿਹੜਾ ਖੰਡਿਤ ਹੈ ਉਹ ਹੋਇਆ ਸੀਗਾ ਖੰਡਿਤ ਹੋਏ ਪਾਠ ਦੇ ਲਈ ਸ਼ੋਮਨੀ ਅਕਾਲੀ ਦਲ ਨੇ ਜਿਹੜਾ ਸਤਿਅਗ੍ਰਹਿ ਦਾ ਫੈਸਲਾ ਹੈ ਉਹ ਕੀਤਾ ਸੀ ਠੀਕ ਹੈ ਸੋ ਇੰਦੀ ਬਿਲਕੁਲ ਜਿਹੜੀ கரੈਕਟ ਆਪਸ਼ਨ ਦੀ ਗੱਲ ਕਰੀਏ ਤਾਂ ਇਹ ਸੀ ਆਪਸ਼ਨ ਰਹੇਗੀ ਨੈਕਸਟ ਜੇ ਅਗਰ ਆਪਾਂ ਕੁਐਸਚਨ ਦੀ ਗੱਲ ਕਰੀਏ ਤਾਂ ਸਕਰੀਨ ਹੈ ਜਦ ਜਥੇ ਇਕੱਠੇ ਹੋ ਜਾਂਦੇ ਤਾਂ ਉਹਨਾਂ ਨੂੰ ਕਿਸ ਥਾਂ ਦੇ ਜਿਹੜਾ ਭੇਜਿਆ ਜਾਂਦਾ ਸੀ ਜਦ ਜਿਹੜੇ ਜਥੇ ਆ ਜੀ ਉਹ ਇਕੱਠੇ ਹੋ ਜਾਂਦੇ ਤਾਂ ਉਹਨਾਂ ਨੂੰ ਕਿਹੜੀ ਥਾਂ ਦੇ ਉੱਪਰ ਜਿਹੜਾ ਭੇਜਿਆ ਉਹ ਦਿੱਤਾ ਜਾਂਦਾ ਸੀ ਦਿੱਲੀ ਵੀ ਨਹੀਂ ਨਾਭਾ ਵੀ ਨਹੀਂ ਰਿਆਸਤ ਦੀ ਦੱਖਣੀ ਬਾਵਲ ਕਾਟ ਹੀ ਆਇਆ ਸੀ ਬਾਵਲ ਕਾਟ ਹੀ ਆਪਾਂ ਪੈਰੇ ਦੇ ਵਿੱਚ ਜਿਹੜਾ ਪੜ ਕੇ ਆਏ ਆ ਬੀ ਆਪਸ਼ਨ ਬਿਲਕੁਲ ਇੰਦੀ கரੈਕਟ ਹੈ ਦਾ ਪੈਰੇ ਦੇ ਵਿੱਚ ਕਿੱਥੇ ਲਿਖਿਆ ਜੀ ਬਾਵਲ ਕਾਟੀ ਸੈਕਿੰਡ ਨੰਬਰ ਦੇ ਪੈਰੇ ਦੇ ਵਿੱਚ ਬਾਵਲ ਕਾਟੀ ਲਿਖਿਆ ਜੀ ਏਰੀਆ ਬਾਵਲ ਕਾਟੀ ਸੋ ਇਸੇ ਤਰੀਕੇ ਦੇ ਨਾਲ ਜਦੋਂ ਉੱਥੇ 25 25 ਦੇ 3 ਜਥੇ ਇਕੱਠੇ ਹੋ ਜਾਂਦੇ ਤਾਂ ਉਦੋਂ ਤਿੰਨਾਂ ਨੂੰ ਗੱਡੀ ਵਿੱਚ ਤੂੜ ਕੇ ਜਿਹੜਾ ਸੀਗਾ ਉਹ ਬਾਵਲ ਕਾਟੀ ਜਿਹੜਾ ਭੇਜ ਦਿੱਤਾ ਜਾਂਦਾ ਸੀ ਠੀਕ ਹੈ ਜੀ ਬਾਵਲ ਕਾਟੀ ਭੇਜ ਦਿੱਤਾ ਜਾਂਦਾ ਸੀ ਸੋ ਇਹ ਹੈਗੀ ਜੀ ਬਿਲਕੁਲ ਜਿਹੜੀ ਕਰੈਕਟ ਆਪਸ਼ਨ ਬਾਵਲ ਕਾਟੀ ਨੈਕਸਟ ਜਿਹੜਾ ਸਕਰੀਨ ਦੇ ਉੱਪਰ ਆ ਗਿਆ ਜੀ ਇਦਾਂ ਹੀ ਜਿਹੜੇ ਤੁਸੀਂ ਸਾਰੇ ਦੇ ਸਾਰੇ ਜਿਹੜੇ ਕੁਐਸਚਨ ਆ ਉਹ ਲੱਭਣੇ ਆ। ਸੋ ਨਾਗਿਕੋ ਦੀ ਅਗਵਾਈ ਹੇਠ ਅਮਰਸਰਾ ਕੌਣ ਚੱਲਿਆ ਸੀ? ਭਾਈ ਸੁਲਤਾਨ ਸਿੰਘ। ਨਾਗੋ ਕੇ ਸੜਾ ਜੈਕਸਨ ਮੀਤ ਕਿਤੇ ਵੀ ਲਿਖਿਆ ਨਹੀਂ ਆਇਆ। ਸੋ ਉਦਮ ਸਿੰਘ। ਠੀਕ ਆ ਉਦਮ ਸਿੰਘ ਦੀ ਅਗਵਾਈ ਦੇ ਵਿੱਚ ਚੱਲਿਆ ਸੀਗਾ ਉਦਮ ਸਿੰਘ। ਸੋ ਸਾਰਾ ਕੁਸ਼ੇ ਜਿਹੜਾ ਵਿੱਚ ਹੀ ਪਿਆ ਹੁੰਦਾ ਵਾ। ਤੇ ਲਾਸਟ ਦੇ ਤੁਸੀਂ ਜੇਕਰ ਪੜ੍ਹੋਗੇ ਤਾਂ ਲਿਖਿਆ ਹੋਇਆ ਜੀ ਦੇਖੋ ਨਾ ਜਿਹੜੇ 500 ਸਿੰਘਾਂ ਦੇ ਸ਼ਹੀਦੀ ਜਥੇ ਦੀ ਕਹਾਣੀ ਮੈਂ ਤੁਹਾਨੂੰ ਸੁਣਾਉਣੀ ਚਾਹੁੰਦਾ ਉਹ 9 ਫਰਵਰੀ 1924 ਨੂੰ ਜਥੇਦਾਰ ਉਦਮ ਸਿੰਘ ਨਾਇਕ ਕੋਦੀ ਅਗਵਾਈ ਹੇਠ ਅੰਮਰ ਸੱਚਦਿਆ ਸੀ ਸੋ ਜਥੇਦਾਰ ਉਦਮ ਸਿੰਘ ਠੀਕ ਹੈ ਜੀ ਨਾਗੋ ਕੀ ਸੋ ਇਹਦੇ ਆਨਸਰ ਤਾਂ ਨੈਕਸਟ ਆਪਣਾ ਜਿਹੜਾ ਆ ਗਿਆ ਜੀ ਕੁਐਸਚਨ ਨੰਬਰ 41 41 ਜਿਹੜਾ ਕੁਐਸਚਨ ਹੈ ਜੀ ਸਕਰੀਨ ਦੇ ਉੱਪਰ ਹੈ ਲੈ ਹੁਣ ਮਨ ਚਿੱਤ ਇਕਾਗਰ ਕਰਕੇ ਸੁਣ ਲੈ ਹੁਣ ਮਨ ਚਿੱਤ ਇਕਾਗਰ ਕਰਕੇ ਸੁਣ ਇਹ ਸ਼ਬਦ ਕੌਣ ਕੌਣ ਕਿਸ ਨੂੰ ਕਹਿ ਰਿਹਾ ਹੈ ਸੋ 41 ਦੀ ਜੇਕਰ ਆਪਾਂ ਗੱਲ ਕਰੀ ਤੇ ਆਪਸ਼ਨ ਬਿਲਕੁਲ கரੈਕਟ ਹੈ ਬਾਪੂ ਜੀ ਨੱਥੇ ਨੂੰ ਲੈ ਹੁਣ ਮਨ ਚਿੱਤ ਇਕਾਗਰ ਕਰਕੇ ਸੁਣੇ ਸ਼ਬਦ ਕੌਣ ਕਿਸ ਨੂੰ ਕਹਿ ਰਿਹਾ ਸੋ ਜੇਕਰ ਆਪਾਂ ਗੱਲ ਕਰੀਏ ਤਾਂ ਇਹ ਫਰਸਟ ਜਿਹੜਾ ਬਾਪੂ ਜੀ ਨੱਥੇ ਨੂੰ ਕਿਹਾ ਸੀ ਨਾ ਠੀਕ ਹੈ ਜੀ ਕਿਉਂਕਿ ਉਹਨਾਂ ਨੇ ਅਖਬਾਰ ਦੀ ਕਟਿੰਗ ਤੇ ਉਹਨਾਂ ਨੇ ਜਿਹੜੀ ਉਹ ਹਿਸਟਰੀ ਜਿਹੜੀ ਉਹ ਇਹ ਕਟਣਾ ਕੱਟੀ ਸੀ ਜਤੋਂ ਮੋਰਚੀ ਵਾਲੀ ਉਹਨਾਂ ਨੇ ਸੁਣਾਈ ਸੀ ਹਨਾ ਤਾਂ ਉਹਨਾਂ ਨੇ ਕਿਹਾ ਸੀਗਾ ਕਿ ਲੈ ਹੁਣ ਮਨਚਿੱਤਰ ਕਾਗਰ ਕਰਕੇ ਸੁਣ ਤਾਂ ਇਹ ਵੀ ਜੇਕਰ ਆਪਾਂ ਗੱਲ ਕਰੀਏ ਬਾਪੂ ਜੀ ਨੇ ਨੱਥੇ ਨੂੰ ਕਿਹਾ ਸੀ ਇਹ ਵਰੀ ਪੂਰੀ ਸਿ ਪੂਰੀ ਸਟੇਟਮੈਂਟ ਹੀ ਹੋ ਰਹੀ ਹੈ ਹਨਾ ਲੈ ਹੁਣ ਮਨਚਿੱਤਰ ਕਰਕੇ ਕਰਕੇ ਸੁਣ ਬਾਪੂ ਜੀ ਨੇ ਉਸ ਦੇ ਆਉਣ ਤੋਂ ਪਹਿਲਾਂ ਹੀ ਕੋਈ ਅਖਬਾਰ ਤੇ ਵਗੈਰਾ ਕੱਢ ਲਿਆ ਮਤਲਬ ਬਾਪੂ ਜੀ ਹੀ ਜਿਹੜੇ ਕਹਿ ਰਹੇ ਸੀਗੇ ਠੀਕ ਹੈ ਇਹਦੀ ਆਪਸ਼ਨ ਆਪਣੀ ਬਿਲਕੁਲ ਕਰੈਕਟ ਹੈ ਨੈਕਸਟ ਆ ਗਿਆ ਜੀ ਸਕਰੀਨ ਦੇ ਉੱਪਰ ਆਪਣਾ ਇਹ ਹੋ ਗਿਆ ਨੈਕਸਟ ਆ ਗਿਆ ਜੀ ਆਪਣਾ 42 ਜੈਤੋ ਪਾਠ ਰੱਖਣ ਲਈ ਕਿੰਨੇ ਸਿੰਨਾਂ ਦਾ ਜਥਾ ਗਿਆ ਸੀ ਬਿਲਕੁਲ ਜੀ 25 ਹੈ ਕਿਤੇ ਵੀ 100 100 ਨਹੀਂ ਲਿਖਿਆ ਆ ਕਿਤੇ ਵੀ 150 ਨਹੀਂ ਲਿਖਿਆ ਆ ਪਹਿਲੇ ਦੇ ਵਿੱਚ ਕਿਤੇ ਵੀ 200 ਨਹੀਂ ਲਿਖਿਆ ਆ ਜੇਕਰ ਲਿਖਿਆ ਆ ਤਾਂ 25 ਲਿਖਿਆ ਆ ਠੀਕ ਹੈ 25 ਲਿਖਿਆ ਆਇਆ ਜੀ ਤੇ 25 ਹੀ ਆ ਤੁਸੀਸ கரੈਕਟ অপਸ਼ਨ ਹੈ ਜੀ ਆ ਰਹੇ 1 ਸਤੰਬਰ ਨੂੰ 25 ਸਿੰਗਾ ਦਾ ਜਥਾ ਜੈਤੋ ਪਾਠ ਕਰਨ ਵਾਸਤੇ ਆਇਆ ਸੀ ਉਸ ਬਾਅਦ ਜਿਹੜਾ ਪਹਿਲਾ ਜਿਹੜਾ ਜਥਾ ਸੀ ਉਹ ਅਸਲ ਦੇ ਵਿੱਚ ਪਹੁੰਚਿਆ ਸੀ 15 ਸਤੰਬਰ ਨੂੰ ਕਿ ਹਮ ਹਰ ਇੱਕ ਜੇਤੇ ਜਿਹੜਾ ਅਪ ਗੱਲ ਕਰੀਏ ਤਾਂ 25 25 ਲਿਖਿਆ ਆ ਜਥਾ ਕਿਤੇ 200 ਨਹੀਂ ਲਿਖਿਆ ਆ ਕਿਤੇ 150 ਨਹੀਂ ਲਿਖਿਆ ਆ ਕਿਤੇ 100 ਨਹੀਂ ਲਿਖਿਆ 25 ਲਿਖਿਆ ਆ ਤਾਂ 25 ਬਿਲਕੁਲ கரੈਕਟ অপਸ਼ਨ ਹੈ ਠੀਕ ਹੈ ਜੀ ਅ ਨੈਕਸਟ ਆਜੋ ਜੀ ਹੁਣ ਆ ਗਿਆ ਜੀ ਨੈਕਸਟ ਜਿਹੜਾ ਕੁਐਸਚਨ ਹੈ ਕਿਹੜੇ ਗੁਰਦੁਆਰੇ ਵਿੱਚ ਅਖੰਡ ਪਾਠ ਜਿਹੜਾ ਖੰਡਿਤ ਹੋਇਆ ਸੀ ਅਖੰਡ ਪਾਠ ਜਿਹੜਾ ਖੰਡਿਤ ਹੋਇਆ ਕਿੱਥੋਂ ਹੋਇਆ ਜੈਤੋ ਵਿਖੇ ਹੋਇਆ ਅੰਮ੍ਰਿਤਸਰ ਵਿਖੇ ਹੋਇਆ ਗੰਗਸਰ ਵਿਖੇ ਹੋਇਆ ਪਟਨਾ ਸਾਹਿਬ ਵਿਖੇ ਹੋਇਆ ਆ ਕਿਤੇ ਅੰਮ੍ਰਿਤਸਰ ਨੇ ਲਿਖਿਆ ਆ ਪਟਨਾ ਸਾਹਿਬ ਸਾਹਿਬਸ ਵਿਖੇ ਨਹੀਂ ਲਿਖਿਆ ਆ ਕਿਤੇ ਵੀ ਜੈਤੋ ਤੇ ਗੰਗਸਰ ਲਿਖਿਆ ਆ ਹਨ ਆ ਬਟ ਕਿੱਥੇ ਖੰਡਿਤ ਹੋਇਆ ਪਾਠ ਤਾਂ ਜੇਕਰ ਆਪਾਂ ਪਹਿਲੇ ਦਿਨ ਅਕੋਰਡਿੰਗ ਦੇਖੀਏ ਤਾਂ ਗੰਗਸਰ ਵਿਖੇ ਜਿਹੜਾ ਖੰਡਿਤ ਆ ਉਹ ਪਾਠ ਆ ਹੋਇਆ ਹੈ ਇਹ ਵੀ ਪੈਰੇ ਦੇ ਵਿੱਚ ਲਿਖਿਆ ਹੋਇਆ ਹੈ ਤੇ ਕਿੱਥੇ ਲਿਖਿਆ ਹੋਇਆ ਜੇਕਰ ਆਪਾਂ ਚੱਲੀਏ ਫਸਟ ਨੰਬਰ ਵਾਲਾ ਜਿਹੜਾ ਪੈਰਾ ਸੀ ਆਪਣੇ ਉੱਥੇ ਆਪਾਂ ਚੱਲੀਏ ਤਾਂ ਤੁਸੀਂ ਦੇਖੋਗੇ ਲਿਖਿਆ ਜੀ ਗੁਰਦੁਆਰਾ ਗੰਗਸਰ ਵਿਖੇ ਜਿਹੜਾ ਅਖੰਡ ਪਾਠ ਸੈਕਿੰਡ ਨੰਬਰ ਪਹਿਲੇ ਤੇ ਚੱਲੀਏ ਜਿਹੜਾ ਅਖੰਡ ਪਾਠ ਹਾਕਮਾਂ ਦੀ ਮੂਰਤੀਤਾ ਕਰਕੇ ਖੰਡਿਤ ਹੋਇਆ ਸੀ ਠੀਕ ਹੈ ਤਾਂ ਮਤਲਬ ਜੇਕਰ ਮੈਂ ਗੱਲ ਕਰਾਂ ਤੇ ਗੰਗਸਰ ਵਿਖੇ ਜਿਹੜਾ ਸੀਗਾ ਇਹ ਸੀਗਾ ਜੀ ਖੰਡੇਤ ਹੋਇਆ ਸੀ ਪਾਠ ਗੰਗਸਰ ਵਿਖੇ ਤੇ ਇਹਦੀ ਜਿਹੜੀ ਬਿਲਕੁਲ ਜਿਹੜੀ கரੈਕਟ ਜਿਹੜੀ অপਸ਼ਨ ਹੈ ਜੇ ਉਹ ਆਉਗੀ ਗੰਗਸਰ ਵਿਖੇ ਠੀਕ ਹੈ ਜੀ 43 ਨੰਬਰ ਦਾ ਅਨਸਰ ਆ ਗਿਆ ਜੀ ਗੰਗਸਰ ਵਿਖੇ ਨੈਕਸਟ ਆ ਗਿਆ ਜੀ ਆਪਣੇ ਕੋਲ ਜਿਹੜਾ ਕੁਐਸਚਨ ਹੈ ਜੀ ਉਹ 44 ਨੰਬਰ ਸਕਰੀਨ ਦੇ ਉੱਪਰ ਜਿਹੜਾ ਸ਼ੋ ਹੈ ਉਹ ਹੋ ਰਿਹਾ ਸੋ ਬਾਪੂ ਜੀ ਨੇ ਪਾਣੀ ਦੀ ਗੜਵੀ ਕਿਸ ਨਾਲ ਚੁੱਕੀ ਸੀ ਸੋ ਬਾਪੂ ਜੀ ਸੀ ਜਿਹੜੇ ਉਹਨਾਂ ਨੇ ਜਿਹੜੀ ਪਾਣੀ ਦੀ ਗੜਵੀ ਕਿਸ ਨਾਲ ਚੁੱਕੀ ਸੀ ਤੌਲੀਏ ਦੇ ਨਾਲ ਕੱਪੜੇ ਨਾਲ ਪਰਨੇ ਨਾਲ ਪੋਨੇ ਨਾਲ ਜੇਕਰ ਆਪਾਂ ਪੈਰੇ ਦੇ ਅਕੋਰਡਿੰਗ ਦੇਖੀਏ ਤਾਂ ਡੀ ਆਪਸ਼ਨ ਬਿਲਕੁਲ ਕਰੈਕਟ ਹੈ ਜੀ ਉਹਨਾਂ ਨੇ ਪਾਣੀ ਦੀ ਗੜਵੀ ਚੱਕੀ ਸੀ ਗੜਵੀ ਚੱਕੀ ਸੀ ਉਹਨਾਂ ਨੇ ਪਰਨੇ ਦੇ ਨਾਲ ਪੈਰੇ ਦੇ ਵਿੱਚ ਹੀ ਅਨਸਰ ਅਨਸਰ ਆ ਉਹ ਪਿਆਵਾ ਸਟਾਰਟਿੰਗ ਦੇ ਵਿੱਚ ਜੇਕਰ ਤੁਸੀਂ ਦੇਖੋਗੇ ਬਾਪੂ ਦੁੱਧ ਪੀ ਕੇ ਬਾਪੂ ਜੀ ਨੇ ਆਪਣੇ ਪਰਨੇ ਨਾਲ ਪਾਣੀ ਵਾਲੀ ਗੱਠੜੀ ਚੱਕੀ ਸੀ ਠੀਕ ਹੈ ਸਾਹਮਣੇ ਹੀ ਅਨਸਰ ਪਿਆਵਾ ਪੈਰੇ ਦੇ ਵਿੱਚੋਂ ਹੀ ਤੁਹਾਨੂੰ ਸਾਰੇ ਦੇ ਸਾਰੇ ਜਿਹੜੇ ਅਨਸਰ ਹੈ ਜੀ ਉਹ ਮਿਲ ਜਾਣਗੇ ਨੈਕਸਟ ਆ ਗਿਆ ਜੀ ਆਪਣੇ ਸਕਰੀਨ ਦੇ ਉੱਪਰ ਲਾਸਟ ਜਿਹੜਾ ਕੁਐਸਚਨ ਹੈ ਜੀ 45 ਜੱਤੋ ਵਿੱਚ ਕੈਦੀਆਂ ਦੀ ਥਾਂ ਕਹੋ ਜੀ ਸੀ ਸੋ ਜੱਤੋ ਦੇ ਵਿੱਚ ਜਿਹੜੇ ਕੈਦੀ ਸੀ ਜਨ ਕਿਆਦ ਕਰ ਲਿਆ ਜਾਂਦਾ ਸੀ ਜਿਹੜੇ ਜੱਥੇ ਜਾ ਰਹੇ ਸੀ ਤਾਂ ਉਹਨਾਂ ਦੀ ਥਾਂ ਕਹੋ ਜੀ ਸੀ ਪਾਣੀ ਦੇ ਕੁੰਡ ਵਰਗੀ ਕਿਤੇ ਨਹੀਂ ਲਿਖਿਆ ਆਇਆ ਹਾਵਣ ਕੁੰਡ ਵਰਗੀ ਕਿਤੇ ਵੀ ਨਹੀਂ ਲਿਖਿਆ ਆਇਆ ਜਲ ਕੁੰਡ ਵਰਗੀ ਸੀ ਥਾਂ ਕਿਤੇ ਨਹੀਂ ਲਿਖਿਆ ਆਇਆ ਜੇਕਰ ਪੈਰੇ ਦੇ ਵਿੱਚ ਲਿਖਿਆ ਆਇਆ ਤਾਂ ਉਹ ਆਇਆ ਨਰਕ ਕੁੰਡ ਵਰਗੀ ਜਿਹੜੀ ਥਾਂ ਹੈ ਉਹ ਸੀ ਜੀ ਸੋ ਨਰਕਕੁੰਡ ਵਰਗੀ ਥਾਂ ਸੀ ਜੇਕਰ ਤੁਸੀਂ ਦੇਖੋ ਸੈਕਿੰਡ ਨੰਬਰ ਪੈਰੇ ਦੇ ਵਿੱਚ ਹੀ ਲਿਖਿਆ ਆਇਆ ਵਾ ਇਹ ਕਾ ਲਿਖਿਆ ਆਇਆ ਨਰਕਕੁੰਡ ਵਰਗੀ ਸੀ ਥਾਂ ਹਨਾ ਇਹਨਾਂ ਨੂੰ ਜੈਤੋ ਜਿਸ ਥਾਂ ਉੱਤੇ ਰੱਖਿਆ ਸੀ ਉਹ ਨਰਕਕੁੰਡ ਵਰਗੀ ਸੀ ਠੀਕ ਹੈ ਜੀ ਆ ਇੱਥੇ ਵੀ ਨਰਕਕੁੰਡੀ ਲਿਖਿਆ ਆਇਆ ਠੀਕ ਹੈ ਸੋ ਇਹ ਜਿਹੜੀ ਪਲੇਸ ਸੀ ਜੀ ਇਹ ਨਰਕਕੁੰਡ ਵਰਗੀ ਸੀ ਠੀਕ ਹੈ ਨਰਕਕੁੰਡ ਵਰਗੀ ਸੀ ਠੀਕ ਹੈ ਜੀ ਜੈਤੋ ਵਿੱਚ ਕੈਦੀਆਂ ਦੀ ਥਾਂ ਕਹੋ ਜੀ ਸੀ ਜੈਤੋ ਦੇ ਵਿੱਚ ਕੈਦੀਆਂ ਦੀ ਜਿਹੜੀ ਥਾਂ ਸੀ ਉਹ ਨਰਕਕੁੰਡ ਵਰਗੀ ਸੀ ਸੋ ਇੰਗਲਿਸ਼ ਵਾਲੀ ਆਪਣਾ ਜਿਹੜਾ ਇਹ ਵਾਲਾ ਵੀ ਜਿਹੜਾ ਪੈਰਾਗ੍ਰਾਫ ਹੈ ਉਹ ਕੰਪਲੀਟ ਹੋ ਗਿਆ ਜੀ ਜੂਨ 2013 ਦੇ ਵਾਲਾ ਦੋ ਕੰਪਲੀਟ ਹੋ ਗਿਆ ਹੁਣ ਆਪਾਂ 3 ਦੇ ਵਾਲ ਜਿਹੜਾ ਜਾਵਾਂਗੇ ਸੋ ਸਟਾਰਟ ਕਰਨ ਜਾ ਰਹੇ ਹਾਂ ਜੀ ਆਪਾਂ ਪੈਰਾਗ੍ਰਾਫ ਨੰਬਰ 3 ਤੇ ਦਸੰਬਰ 2013 ਦੇ ਵਿੱਚ ਜੋ ਐਗਜ਼ਾਮ ਹੋਇਆ ਸੀ ਹੁੰਦੇ ਨਾਲ ਸੰਬੰਧਿਤ ਹੈ ਜੀ ਪੈਰਾਗ੍ਰਾਫ ਨੰਬਰ 3 ਤੇ ਇਹਨੂੰ ਆਪਾਂ ਇੱਕ ਰੀਡ ਕਰਦੇ ਹਾਂ ਸੋ ਉਸ ਤੋਂ ਬਾਅਦ ਇਹਦੇ ਕੁਐਸਚਨ ਹੱਲ ਕਰਾਂਗੇ ਹੇਠ ਲਿਖੀ ਵਾਰਤਕ ਟੁਕੜੀ ਨੂੰ ਪੜੋ ਅਤੇ ਅਤੇ ਪ੍ਰਸ਼ਨਾਂ ਦੇ ਉੱਤਰ ਦਿਓ 31 ਤੋਂ ਲੈ ਕੇ 37 ਤੱਕ ਹੋਣਗੇ ਇਹਦੇ ਕੁਐਸਚਨ ਸਾਡੀ ਲੋਕਤੰਤਰੀ ਕੁਵਵਸਥਾ ਜਿਸ ਆਧਾਰ ਤੇ ਕੰਮ ਕਰ ਰਹੀ ਹੈ ਉਸ ਦੀਆਂ ਜੜ੍ਹਾਂ ਵਿੱਚ ਇਹ ਵਿਸ਼ਵਾਸ ਕਾਰਸ਼ੀਲ ਹੈ ਕਿ ਨੀਤੀਆਂ ਸਿਧਾਂਤਾਂ ਅਤੇ ਕਦਰਾਂ ਕੀਮਤਾਂ ਦੇ ਆਧਾਰ ਤੇ ਰਾਜਨੀਤਿਕ ਜਿਹੜੇ ਸੰਗਠਨ ਹੈ ਉਹ ਬਣਨਗੇ ਅਤੇ ਉਹ ਉਹਨਾਂ ਦੇ ਅਨੁਸਾਰ ਲੋਕ ਬਰਾਬਰਤਾ ਦੇ ਹਿੱਤ ਵਿੱਚ ਆਪਣੀਆਂ ਗਤੀਵਿਧੀਆਂ ਨੂੰ ਨਿਰਧਾਰਤ ਕਰਨਗੇ ਇਹ ਦਰੁਸਤ ਹੈ ਕਿ ਅੱਜ ਦੇਸ਼ ਵਿੱਚ ਅਜੇ ਸੰਗਠਨਾਂ ਦੀ ਕਮੀ ਨਹੀਂ ਜਿਹੜੇ ਨੀਤੀਆਂ ਤੇ ਨਹੀਂ ਸਭਾ ਵਿਅਕਤੀ ਦੀਆ ਬਿਲਾਸ਼ਾ ਦੇ ਆਧਾਰ ਤੇ ਟਿਕੇ ਹੋਏ ਹਨ ਨੀਤੀਆਂ ਦੀ ਗੱਲ ਦਰਸਲ ਅਜਿਹੇ ਸੰਗਠਨ ਵੀ ਕਰਦੇ ਹਨ ਹਾਲਾਂਕਿ ਪਿਛਲੀ ਅੱਧੀ ਸਦੀ ਵਿੱਚ ਰਾਜਨੀਤਿਕ ਦਲਾਨੀ ਨੀਤੀਆਂ ਅਦਰਸ਼ਾਂ ਦੇ ਅਜੇ ਉਦਾਹਰਨ ਸਾਹਮਣੇ ਨਹੀਂ ਲਿਆਉਂਦੇ ਜਿਹੜੇ ਲੋਕਤੰਤਰੀਕ ਵਿਵਸਥਾ ਦੇ ਮਜ਼ਬੂਤ ਅਤੇ ਤੰਦਰੁਸਤ ਹੋਣ ਦੇ ਸੰਕੇਤ ਦਿੰਦੇ ਹੋਣ ਫਿਰ ਵੀ ਇਹ ਆਸਤਾ ਹਮੇਸ਼ਾ ਰਹੀ ਸਾਡੀ ਰਾਜਨੀਤੀ ਦੀ ਦਿਸ਼ਾ ਤੈਅ ਕਰਨ ਵਿੱਚ ਨੀਤੀਆਂ ਅਤੇ ਨੈਤਿਕਤਾ ਕੋਈ ਨਾ ਕੋਈ ਭੂਮਿਕਾ ਜ਼ਰੂਰ ਨਿਭਾਏਗੀ ਕერ ਇਹ ਖੁਸ਼ ਫੈਮੀ ਸੀ ਪਰ ਹੁਣ ਅਸੀਂ ਅਜੇ ਖੁਸ਼ ਫੈਮੀ ਨੂੰ ਪਾਲਣ ਦਾ ਮੌਕਾ ਵੀ ਨਹੀਂ ਦਿਸ ਰਿਹਾ ਪਰੰਤੂ ਅੱਜ ਇਹ ਸਵਾਲ ਪੁੱਛਣ ਦਾ ਮੌਕਾ ਹੈ ਕਿ ਮੌਕਾ ਪ੍ਰਸਤੀ ਨੂੰ ਰਾਜਨੀਤੀ ਵਿੱਚ guna ਕਦੋਂ ਮੰਨਿਆ ਜਾਵੇ ਨੀਤੀਆਂ ਸਾਡੀ ਰਾਜਨੀਤੀ ਦਾ ਆਧਾਰ ਕਦੋਂ ਬਣਨਗੀਆਂ ਨੈਕਸਟ ਹੈ ਜੀ ਇਹ ਆਪਣੇ ਆਪ ਵਿੱਚ ਬਦਕਿਸਮਤੀ ਹੀ ਹੈ ਕਿ ਸਿਧਾਂਤਾਂ ਤੇ ਨੀਤੀਆਂ ਦੇ ਆਧਾਰਤ ਰਾਜਨੀਤੀ ਦੀ ਗੱਲ ਕਰਨਾ ਦੀ ਗੱਲ ਕਰਨਾ ਇੱਕ ਅਜੀਬ ਸ਼ੈਲ ਲੱਗਦਾ ਹੈ ਸਾਡੀ ਰਾਜਨੀਤੀ ਦੇ ਪਿਛਲੇ ਕੁਝ ਦਹਾਕਿਆਂ ਦਾ ਇਤਿਹਾਸ ਨਿਰੰਤਰ ਹੋ ਰਹੇ ਪਤਨ ਦਾ ਬਿਰਤਾਂਤ ਹੈ ਇਹ ਠੀਕ ਹੈ ਕਿ ਵਿਅਕਤੀ ਦੇ ਵਿਚਾਰ ਕਦੇ ਵੀ ਬਦਲ ਸਕਦੇ ਹਨ ਪਰ ਰੋਜ਼ਾਨਾ ਵਸਤਰਾਂ ਦੀ ਤਰ੍ਹਾਂ ਵਿਚਾਰ ਬਦਲਣ ਨੂੰ ਕਿਸ ਆਧਾਰ ਤੇ ਦਰੁਸਤ ਠਹਿਰਾਇਆ ਜਾ ਸਕਦਾ ਹੈ ਸੱਚ ਤਾਂ ਇਹ ਹੈ ਕਿ ਅੱਜ ਸਾਡੀ ਰਾਜਨੀਤੀ ਵਿੱਚ ਠੀਕ ਤੇ ਗਲਤ ਦੀ ਪਰਿਭਾਸ਼ਾ ਹੀ ਬਦਲ ਪਰਿਭਾਸ਼ਾ ਹੀ ਬਦਲ ਗਈ ਹੈ ਉਹ ਸਭ ਠੀਕ ਹੋ ਜਾਂਦਾ ਹੈ ਜਿਸ ਵਿੱਚ ਆਪਣੇ ਰਾਜਨੀਤਿਕ ਹਿੱਤਾਂ ਦੀ ਪੂਰਤੀ ਹੁੰਦੀ ਹੋਵੇ ਅਤੇ ਜੇ ਵਿਰੋਧੀ ਆਪਣੇ ਹਿੱਤਾਂ ਦੀ ਪੂਰਤੀ ਲਈ ਲਈ ਉਹੀ ਕਰਦਾ ਹੈ ਜਿਹੜਾ ਐਸੀ ਕਰਦੇ ਹਨ ਉਦੋਂ ਇਹ ਗਲਤ ਸਿੱਧ ਹੋ ਜਾਂਦਾ ਹੈ ਇਹ ਇੱਕ ਮੱਧ ਭਾਗੀ ਸਿੰਚਾਈ ਹੈ ਕਿ ਅੱਜ ਕਦਰਾਂ ਕੀਮਤਾਂ ਤੇ ਸਿਧਾਂਤਾਂ ਤੋਂ ਬਿਨਾ ਰਾਜਨੀਤੀ ਮਹਿਜ ਸੱਤਾ ਹਾਸਲ ਕਰਨ ਲਈ ਹੁੰਦੀ ਹੈ ਦਲ ਬਦਲਣ ਦੀ ਰਾਜਨੀਤੀ ਇਸੇ ਰੁਝਾਨ ਦੀ ਇੱਕ ਮਿਸਾਲ ਹੈ ਅਤੇ ਟਿਕਟ ਨਾ ਮਿਲਣ ਤੇ ਪਾਰਟੀ 'ਚੋਂ ਬਾਗੀਆਂ ਦਾ ਸੁਰ ਦੂਜੀ ਮਿਸਾਲ ਹੈ ਇਥੇ ਤਾਂ ਸਾਡੇ ਅਜੇ ਹੀ ਵੀ ਉਦਾਹਰਣ ਹਨ ਜਦੋਂ ਕੁਰਸੀ ਲਈ ਸਮੂਹਿਕ ਦਲ ਬਦਲ ਹੋਏ ਹਨ ਫਿਲਹਾਲ ਜਦੋਂ ਕਦੇ ਵੀ ਅਜਿਹਾ ਹੋਇਆ ਰਾਜਨੀਤੀ ਵਿੱਚ ਨੈਤਿਕਤਾ ਦੀ ਗੱਲ ਸੁਲਗੁੱਠੀ ਪਰ ਕੋਈ ਅਜਿਹੀ ਗੱਲ ਕਦੇ ਵੀ ਕਿਸੇ ਪਰਮਾਨਿਕ ਸਿੱਟੇ ਤੇ ਨਹੀਂ ਪਹੁੰਚੀ ਬਾਦਕਿਸਮਤੀ ਤਾਂ ਇਹ ਹੈ ਕਿ ਅਸੀਂ ਇਹ ਵੀ ਸਿੱਧ ਨਹੀਂ ਕਰ ਸਕੇ ਕਿ ਨੈਤਿਕਤਾ ਵੀ ਹੋਣੀ ਰਾਜਨੀਤੀ ਲੋਕਤੰਤਰ ਲਈ ਸ਼ਰਾਫ ਹੈ ਜੋ ਹੋਇਆ ਵਿੰਗਾ ਟੇਡਾ ਹੀ ਸੀ ਰਾਜਨੀਤੀ ਦੇ ਖੇਡ ਵਿੱਚ ਨੈਤਿਕਤਾ ਨੂੰ ਅੰਗੂਠਾ ਦਿਖਾਉਣ ਵਾਲੇ ਨੇਤਾ ਤਾਂ ਹਮੇਸ਼ਾ ਸਨਮਾਨਿਤ ਹੀ ਹੋਏ ਸਵਾਲ ਪੈਦਾ ਹੁੰਦਾ ਕਿ ਇਸ ਸੁਮੂੱਚੀ ਪ੍ਰਕਿਰਿਆ ਵਿੱਚ ਸ਼ਹਿਰੀ ਨਾਗਰਿਕ ਦੀ ਭੂਮਿਕਾ ਕੀ ਰਹੀ ਹੈ ਕਿ ਉਸਨੇ ਕਦੇ ਵੀ ਸਵਾਰਥੀ ਅਤੇ ਪ੍ਰਿਸ਼ਟ ਪ੍ਰਿਸ਼ਟ ਅਗਵਾਈ ਨੂੰ ਵੰਗਾਰਿਆ ਹੈ ਕਿ ਉਸਨੇ ਕਦੀ ਇਹ ਮਹਿਸੂਸ ਕੀਤਾ ਹੈ ਕਿ ਗਲਤ ਦੇ ਵਿਰੁੱਧ ਖੜੇ ਹੋਣਾ ਉਸਦਾ ਫਰਜ਼ ਹੈ ਅਤੇ ਬਿਹਤਰ ਭੋਖ ਦੀ ਸ਼ਰਤ ਵੀ ਇਹ ਅਤੇ ਅੱਜ ਇਹ ਕਈ ਸਵਾਲ ਤੁਸੀਂ ਆਪਣੇ ਆਪ ਤੋਂ ਵੀ ਪੁੱਛ ਸਕਦੇ ਹੋ ਪੁੱਛੋ ਸਵੈ ਨੂੰ ਤਲਾਸ਼ੋ ਆਪਣੀ ਸ਼ਕਤੀ ਨੂੰ ਪਛਾਨੀਏ ਸ਼ਕਤੀ ਦੇ ਵਿਸ਼ਵਾਸ ਵਿੱਚ ਵੀ ਸ਼ਕਤੀ ਹੈ ਜੇਕਰ ਸਾਡੇ ਵਿੱਚ ਵਿਸ਼ਵਾਸ ਹੀ ਨਹੀਂ ਹੈ ਤਾਂ ਐਸੀ ਅੱਗੇ ਕਿਵੇਂ ਵੱਧ ਸਕਦੇ ਹਾਂ ਆਤਮ ਵਿਸ਼ਵਾਸ ਦੇ ਖੇਤਰ ਵਿੱਚ ਸ਼ੱਕ ਤੇ ਸੰਦੇਹ ਆਦ ਲਫ਼ਜ਼ਾਂ ਦੀ ਗੁਜਾਇਸ਼ ਨਹੀਂ ਹੈ ਉਥੇ ਪ੍ਰਸ਼ਨਵਾਚਕ ਚਿੰਨ ਤਾਂ ਹੁੰਦਾ ਹੀ ਨਹੀਂ ਹੈ ਸੋ ਇਸ ਈਗਾ ਜੀ ਪੈਰਾ ਤੇ ਹੁਣ ਆਪਾਂ ਜਿਹੜੇ ਕੁਐਸਚਨ ਆ ਉਹ ਸੋਲਵ ਆ ਜਿਹੜੇ ਉਹ ਕਰਾਂਗੇ ਸੋ ਕੁਝ ਜਿਹੜੇ ਕੁਐਸਚਨ ਹੁੰਦੇ ਆ ਜੀ ਉਹਨਾਂ ਨੂੰ ਤੁਸੀਂ ਪੈਰੇ ਨੂੰ ਪੜਿਆ ਤੇ ਉਸ ਤੋਂ ਬਾਅਦ ਆਪਣੀ ਜਿਹੜੀ ਕਾਮਨ ਸੈਂਸ ਦਾ ਜਿਹੜਾ ਯੂਜ਼ ਕਰਦੇ ਹੋਏ ਤੁਸੀਂ ਆਨਸਰ ਆ ਉਹ ਦੇਣੀ ਹੁੰਦੀ ਨੇ ਕੁਝ ਐਗਜ਼ੈਕਟ ਹੀ ਪੈਰੇ ਦੇ ਵਿੱਚ ਜਿਹੜੇ ਆ ਉਹ ਪਏ ਹੁੰਦੇ ਨੇ ਆ ਕੰਪਲੀਟ ਦੀ ਕੰਪਲੀਟ ਲਾਈਨ ਹੀ ਪਈ ਹੁੰਦੀ ਆ ਜਾਂ ਥੋੜਾ ਮੋਟਾ ਫਰਕ ਹੁੰਦਾ ਬਟ ਕੁਝ ਜਿਹੜੇ ਕੁਐਸਚਨ ਹੁੰਦੇ ਨੇ ਉਹ ਇੱਕ ਜਿਹੜੇ ਕਾਮਨ ਸੈਂਸ ਤੇ ਤੁਹਾਡੀ ਤੇ ਜਿਹੜੀ ਡਿਪੈਂਡ ਆ ਉਹ ਕਰਦੇ ਨੇ ਸੋ ਨੰਨਾ ਨੂੰ ਆਪਾਂ ਕੁਐਸਚਨ ਨੂੰ ਜਿਹੜਾ ਰੀਡ ਆ ਉਹ ਆਪਾਂ ਕਰਦੇ ਹਾਂ ਦਲ ਆਧਾਰਤ ਰਾਜਨੀਤੀ ਤੰਤਰ ਤੋਂ ਸਾਡੀ ਕੀ ਮੁਰਾਦ ਹੈ ਦਲ ਆਧਾਰਤ ਰਾਜਨੀਤੀ ਤੰਤਰ ਤੋਂ ਸਾਡੀ ਕੀ ਮੁਰਾਦ ਹੈ ਸੋ 31 ਨੰਬਰ ਦੀ ਜੇਕਰ ਆਪਾਂ ਪੈਰੇ ਦੇ ਅਕੋਰਡਿੰਗ ਗੱਲ ਕਰੀਏ ਤਾਂ ਡੀ ਆਪਸ਼ਨ ਬਿਲਕੁਲ ਕਰੈਕਟ ਹੈ ਜੀ ਸੰਗਠਨ ਦੀਆਂ ਸਰਗਰਮੀਆਂ ਵਿੱਚ ਲੋਕ ਕਲਿਆਣ ਤੇ ਧਿਆਨ ਜਿਹੜਾ ਉਹ ਕੇਂਦ੍ਰਿਤ ਦਿੱਤਾ ਜਾਵੇ ਸੋ ਡੀ ਆਪਸ਼ਨ ਬਿਲਕੁਲ ਕਰੈਕਟ ਹੈ ਨੈਕਸਟ ਆ ਗਿਆ ਜੀ ਸਕਰੀਨ ਦੇ ਉੱਪਰ ਜਿਹੜਾ ਕੁਐਸਚਨ ਹੈ ਜੀ ਇਸ ਵਾਰਤਕ ਦੇ ਪੈਰੇ ਵਿੱਚ ਕਿਹੜੀ ਖੁਸ਼ ਫਹਿਮੀ ਵੱਲ ਇਸ਼ਾਰਾ ਕੀਤਾ ਗਿਆ ਹੈ ਸੋ ਇਸ ਵਾਰਤਕ ਦਾ ਜਿਹੜਾ ਪੈਰਾ ਇਹਦੇ ਵਿੱਚ ਕਿਹੜੀ ਖੁਸ਼ ਫਹਿਮੀ ਵੱਲ ਇਸ਼ਾਰਾ ਕੀਤਾ ਗਿਆ ਸੋ 32 ਦੀ ਗੱਲ ਕਰੀਏ ਤਾਂ ਸੀ ਆਪਸ਼ਨ ਬਿਲਕੁਲ ਕਰੈਕਟ ਹੈ ਜੀ ਨੈਤਿਕਤਾ ਤੋਂ ਪ੍ਰੇਰਿਤ ਰਾਜਨੀਤੀ ਨੈਕਸਟ ਹੈ ਜੀ ਕੁਐਸਚਨ ਹੈ ਜੀ 33 ਨੰਬਰ ਸਕਰੀਨ ਦੇ ਉੱਪਰ ਕੁਐਸਚਨ ਹੈ ਲੋਕਤੰਤ੍ਰਿਕ ਵਿਵਸਥਾ ਵਿੱਚ ਲੋਕਤੰਤ੍ਰਿਕ ਵਿਵਸਥਾ ਵਿੱਚ ਆਸਾਂ ਪੂਰੀਆਂ ਨਾ ਹੋ ਸਕਣ ਲਈ ਜਵਾਬ ਦੇ ਹੈ ਸੋ ਲੋਕਤੰਤ੍ਰਿਕ ਵਿਵਸਥਾ ਦੇ ਵਿੱਚ ਲੋਕਤੰਤ੍ਰਿਕ ਵਿਵਸਥਾ ਦੇ ਵਿੱਚ ਆਸਾਂ ਪੂਰੀਆਂ ਨਾ ਹੋ ਸਕਣ ਲਈ ਜਵਾਬ ਦੇ ਹੈ ਕੀ ਜਵਾਬ ਦੇ ਹੈ ਜੀ ਏ ਆਪਸ਼ਨ ਬਿਲਕੁਲ ਜਿਹੜੀ ਕਰੈਕਟ ਹੈ ਜੀ ਰਾਜਨੀਤੀ ਵਿੱਚ ਮੌਕਾ ਪ੍ਰਸਤੀ ਦਾ ਬੋਲ ਵਾਲਾ ਸੋ ਲੋਕਤੰਤ੍ਰਿਕ ਵਿਵਸਥਾ ਵਿੱਚ ਆਸਾਂ ਪੂਰੀਆਂ ਨਾ ਹੋ ਸਕਣ ਲਈ ਜਵਾਬ ਦੇ ਹੈ ਰਾਜਨੀਤੀ ਵਿੱਚ ਮੌਕਾ ਪ੍ਰਸਤੀ ਦਾ ਬੋਲਬਾਲਾ ਨੈਕਸਟ ਆ ਗਿਆ ਜੀ ਕੁਐਸਚਨ ਹੈ ਸਕਰੀਨ ਤੇ ਦਲ ਬਦਲੀ ਬਦਲਣ ਦੀ ਰਣਨੀਤੀ ਦਾ ਐਲਾਨ ਕਰਦੀ ਹੈ ਦਲ ਬਦਲਣ ਦੀ ਰਣਨੀਤੀ ਦਾ ਐਲਾਨ ਕਰਦੀ ਹੈ ਸੋ 34 ਦੀ ਬੀ ਆਪਸ਼ਨ ਬਿਲਕੁਲ கரੈਕਟ ਹੈ ਜੀ ਸਤਾ ਪ੍ਰਾਪਤੀ ਪ੍ਰਮੁੱਖ ਉਦੇ ਮੁਨ ਪ੍ਰਮੁੱਖ ਮਨੋਰਥ ਹੈ ਨੈਕਸਟ ਕੁਐਸਚਨ ਹੈ ਜੀ ਸਕਰੀਨ ਦੇ ਉੱਪਰ ਸਮੂਹਿਕ ਦਾਲਾ ਬਦਲੀ ਕਰਨ ਤੇ ਕਿਹੜੀ ਪ੍ਰਕਿਰਿਆ ਵੇਖਣ ਨੂੰ ਮਿਲਦੀ ਹੈ ਸੋ ਸਮੂਹਿਕ ਦਾਲਾ ਬਦਲੀ ਕਰਨ ਤੇ ਸਮੂਹਿਕ ਦਾਲਾ ਬਦਲੀ ਕਰਨ ਤੇ ਕਿਹੜੀ ਪ੍ਰਕਿਰਿਆ ਵੇਖਣ ਨੂੰ ਮਿਲਦੀ ਹੈ ਸੋ 35 ਦੀ ਆਪਸ਼ਨ ਏ ਬਿਲਕੁਲ ਕਰੈਕਟ ਹੈ ਜੀ ਕਾਰਜ ਦੀ ਨੈਤਿਕਤਾ ਤੇ ਪ੍ਰਸ਼ਨ ਕੀਤਾ ਗਿਆ ਸੋ ਕਾਰਜ ਦੀ ਨੈਤਿਕਤਾ ਤੇ ਪ੍ਰਸ਼ਨ ਕੀਤਾ ਗਿਆ ਨੈਕਸਟ ਕੁਐਸਚਨ ਹੈਗਾ ਜੀ ਸਕਰੀਨ ਦੇ ਉੱਪਰ ਨੈਤਿਕਤਾ ਵੀ ਹੋਣੀ ਰਾਜਨੀਤੀ ਨੂੰ ਸ਼ਰਾਫ ਕਿਉਂ ਮੰਨਿਆ ਗਿਆ ਨੈਤਿਕਤਾ ਵੀ ਹੋਣੀ ਰਾਜਨੀਤੀ ਨੂੰ ਨੈਤਿਕਤਾ ਵਿਹੂ ਨੀ ਰਾਣੀਤੀ ਨੂੰ ਸ਼ਰਾਫ ਕਿਉਂ ਨਹੀਂ ਮੰਨਿਆ ਗਿਆ ਸੋ 30 ਸੀ 36th অপਸ਼ਨ ਸੀ ਬਿਲਕੁਲ கரੈਕਟ ਹੈ ਜੀ ਨੈਤਿਕਤਾ ਦੀ ਪਰਵਾਹ ਨਾ ਕਰਨਾ ਫਾਇਦੇਮੰਦ ਸਿੱਧ ਹੋਇਆ ਨੈਕਸਟ ਕੁਐਸਚਨ ਹੈ ਸਕਰੀਨ ਦੇ ਉੱਪਰ ਨੈਕਸਟ ਤੇ ਲਾਸਟ ਹੈ ਜੀ ਸੋ ਠੀਕ ਅਤੇ ਗਲਤ ਦੀ ਪਰਿਭਾਸ਼ਾ ਬਦਲਣ ਦਾ ਭਾਵ ਹੈ ਠੀਕ ਅਤੇ ਗਲਤ ਦੀ ਠੀਕ ਅਤੇ ਗਲਤ ਦੀ ਪਰਿਭਾਸ਼ਾ ਬਦਲਣ ਦਾ ਭਾਵ ਹੈ 37 ਦਾ ਡੀ অপਸ਼ਨ ਬਿਲਕੁਲ கரੈਕਟ ਹੈ ਜੀ ਦੂਜੇ ਦੇ ਠੀਕ ਨੂੰ ਗਲਤ ਅਤੇ ਆਪਣੇ ਗਲਤ ਨੂੰ ਠੀਕ ਦਰਸਾਉਣਾ ਸੋ ਦੂਜੇ ਦੇ ਠੀਕ ਨੂੰ ਗਲਤ ਅਤੇ ਆਪਣੇ ਗਲਤ ਨੂੰ ਠੀਕ ਦਰਸਾਉਣਾ ਠੀਕ ਹੈ ਨੀ ਪਰਵਾਸ਼ਾ ਠੀਕ ਹੈ ਤੇ ਗਲਤ ਦੀ ਪਰਵਾਸ਼ਾ ਬਦਲਣ ਦਾ ਭਾਗ ਕੀ ਹੈ ਜੀ ਦੂਜੇ ਦੇ ਠੀਕ ਨੂੰ ਗਲਤ ਤੇ ਆਪਣੇ ਗਲਤ ਨੂੰ ਠੀਕ ਦਰਸਾਉਣਾ ਸੋ ਇਸ ਜਿਹੜੇ ਕੁਐਸਚਨ ਹੈਗੇ ਜੀ ਇਹ ਹੈਗੇ ਸੀਗੇ ਜੀ ਦਸੰਬਰ 2013 ਵਾਲੇ ਹੁਣ ਨੈਕਸਟ ਆਪਾਂ ਜਿਹੜੇ ਪੈਰੇ ਦੇ ਉੱਪਰ ਜਾ ਰਹੇ ਹਾਂ ਜਿੰਦੇ ਬਾਅਦ ਆਪਾਂ ਪੜਾਂਗੇ ਉਸ ਸਕਰੀਨ ਦੇ ਉੱਪਰ ਹੈ ਜੀ ਤੁਹਾਡੇ ਸੋ ਪੈਰਾ ਪੈਰਾਗ੍ਰਾਫ ਨੰਬਰ 4 ਆਪਾਂ ਕਰਾਂਗੇ 4 ਕਰਾਂਗੇ ਆਪਾਂ ਅਗਸਤ 2014 ਦੇ ਵਾਲਾ ਪਹਿਲਾਂ ਆਪਾਂ ਪੈਰੇ ਨੂੰ ਰੀਡ ਕਰਾਂਗੇ ਉਸ ਤੋਂ ਬਾਅਦ ਆਪਾਂ ਜਿਹੜੇ ਕੁਐਸਚਨ ਆ ਉਹ ਸੋਲਵ ਕਰਾਂਗੇ ਸੋ ਫਰਸਟ ਹੈਗਾ ਜੀ ਸਕਰੀਨ ਦੇ ਉੱਪਰ ਹੈ ਜੀ ਪੈਰਾ ਪਹਿਲਾਂ ਤਾਂ ਇਹਨੂੰ ਰੀਡ ਕਰਦੇ ਹਾਂ ਜੀ ਆ ਵਾਰਤਕ ਨੂੰ ਪੜੋ ਅਤੇ ਹੇਠ ਲਿਖੇ ਪ੍ਰਸ਼ਨਾਂ ਦੇ ਜਿਹੜੇ ਉੱਤਰ ਹੈ ਉਹ ਦਿਓ ਸੋ ਵਾਰਤਕ ਨੂੰ ਸਭ ਤੋਂ ਪਹਿਲਾਂ ਆਪਾਂ ਜਿਹੜਾ ਰੀਡ ਆ ਉਹ ਕਰਦੇ ਹਾਂ ਵਾਰਤਕ ਨੂੰ ਪੜ੍ਹੋ ਅਤੇ ਹੇਠਲੀ ਕਿਹੇ ਪ੍ਰਸ਼ਨਾਂ ਦੇ ਉੱਤਰ ਦਿਓ 31 ਤੋਂ ਲੈ ਕੇ 37 ਤੱਕ ਸੋ ਪੈਰਾ ਪੜ੍ਹ ਰਹੇ ਹਾਂ ਜੀ ਪਹਿਲਾਂ ਅੱਜ ਅਨੁਸ਼ਾਸਨਹੀਣਤਾ ਦੀਆਂ ਖਬਰਾਂ ਦੇਸ਼ ਦੇ ਕੋਨੇ-ਕੋਨੇ 'ਚ ਸੁਣਾਈ ਦਿੰਦੀਆਂ ਹਨ ਆ ਖਬਰਾਂ ਰਸਾਲਿਆਂ ਦੇ ਸਫੇ ਵਿਦਿਆਰਥੀਆਂ ਦੀ ਅਨੁਸ਼ਾਸਨਹੀਣਤਾ ਦੀਆਂ ਕਹਾਣੀਆਂ ਦੇ ਨਾਲ ਭਰੇ ਹੋਏ ਹਨ ਅੱਜ ਇਹ ਮੰਨਿਆ ਜਾਂਦਾ ਹੈ ਕਿ ਅੱਜਕੱਲ੍ਹ ਸਕੂਲਾਂ ਵਿੱਚ ਅਨੁਸ਼ਾਸਨਹੀਣਤਾ ਬਹੁਤ ਵੱਧ ਗਈ ਹੈ ਦਰਸਲ ਕਿਸੇ ਵੀ ਰਾਸ਼ਟਰ ਲਈ ਅਨੁਸ਼ਾਸਨਹੀਣਤਾ ਮੰਦਭਾਗੀ ਗੱਲ ਹੈ। ਵਿਸ਼ੇਸ਼ ਕਰਕੇ ਉਸ ਦੇ ਪਵਿੱਖ ਦੇ ਨਾਗਰਿਕਾਂ ਵਿੱਚ ਕਿਉਂਕਿ ਦੇਸ਼ ਦਾ ਪਵਿੱਖ ਉਹਨਾਂ ਤੇ ਨਿਰਭਰ ਹੁੰਦਾ ਹੈ। ਉਹਨਾਂ ਦੀ ਅਨੁਸ਼ਾਸਨਹੀਣਤਾ ਦੇ ਨਾਲ ਰਾਸ਼ਟਰ ਦੀ ਤਰੱਕੀ ਦਾ ਪੈਂਡਾ ਵਿਖੜਾ ਹੋ ਸਕਦਾ ਹੈ। ਦੇਸ਼ ਵਿੱਚ ਹਫੜਾ ਦਫੜੀ ਪੈਦਾ ਹੋ ਸਕਦੀ ਹੈ। ਪਰੰਤੂ ਸਾਡਾ ਅਨੁਸ਼ਾਸਨਹੀਣਤਾ ਤੋਂ ਕੀ ਬੋਧ ਹੈ? ਨੈਕਸਟ ਆ ਗਿਆ ਜੀ ਸਕਰੀਨ ਦੇ ਉੱਪਰ ਸਰਲ ਅਰਥਾਂ ਦੇ ਵਿੱਚ ਅਨੁਸ਼ਾਸਨ ਦਾ ਅਰਥ ਨਿਯੰਤਰਣ ਅਤੇ ਵਿਵਸਥਾ ਸਮਝਿਆ ਜਾਂਦਾ ਹੈ। ਸਮਝਿਆ ਜਾਂਦਾ ਹੈ। ਇਹ ਅਨੁਸ਼ਾਸਨਹੀਨਤਾ ਦਾ ਆਧਾਰ ਹੁੰਦਾ ਹੈ। ਨਿਯੰਤਰਣ ਅਤੇ ਵਿਵਸਥਾ ਦੇ ਤਾਲਮਿਲ ਦੀ ਕਾਰ। ਇਸ ਦ੍ਰਿਸ਼ਟੀ ਤੋਂ ਵੇਖਿਆ ਜਾਵੇ ਤਾਂ ਜੋ ਸਭ ਤੋਂ ਜ਼ਿਆਦਾ ਨਿਯੰਤਰਿਤ ਅਨੁਸ਼ਾਸਿਤ ਮਸ਼ੀਨਾਂ ਹੁੰਦੀਆਂ ਹਨ। ਮਸ਼ੀਨ ਦਾ ਚੱਲਣਾ ਤੇ ਬੰਦ ਹੋਣਾ 스ਵਿਚ ਦੱਬਣ ਤੇ ਨਿਰਪਰ ਕਰਦਾ ਹੈ। ਸਭ ਕੁਝ ਨਿਯੰਤਰਿਤ ਦੇਖ-ਰੇਖ ਸਿਰਕ ਹੁਕਮ ਦੀ ਪਾਲਣਾ ਪਰੰਤੂ ਅਜੇ ਹੀ ਦੇਖ-ਰੇਖ ਅਜਿਹਾ ਅਨੁਸ਼ਾਸਨ ਜਿਸ ਨੂੰ ਬਾਰੂ ਲਾਗੂ ਥੋਪਿਆ ਕੀਤਾ ਗਿਆ ਹੋਵੇ ਕੀ ਅਸੀਂ ਆਪਣੇ ਵਿਦਿਆਰਥੀਆਂ ਲਈ ਅਜੇ ਅਨੁਸ਼ਾਸਨ ਦੀ ਉਮੀਦ ਰੱਖ ਸਕਦੇ ਹਾਂ ਮਸ਼ੀਨਾਂ ਤਾਂ ਖੜੋਤ ਚਹਨ ਸਵੇਦਨ ਸਵੇਦਨਹੀਨ ਹਨ ਵਿਵੇਕਹੀਨ ਹਨ ਇਓ ਅਨੁਸ਼ਾਸਿਤ ਵਿਅਕਤੀ ਦੀ ਜੜ ਹੀ ਰਹੇਗਾ ਸੰਸਾਰ ਦੇ ਸਮੁੱਚੇ ਚਿੰਤਕ ਸਿੱਖਿਆ ਸ਼ਾਸਤਰੀ ਇਸ ਮਸਲੇ ਤੇ ਇੱਕਮਤ ਹਨ ਕਿ ਸੱਚਾ ਅਨੁਸ਼ਾਸਨ ਉਹੀ ਹੈ ਜਿਸ ਦਾ ਸੰਬੰਧ ਬਹਰੂਨੀ ਨਾ ਹੋ ਕੇ ਅੰਦਰੂਨੀ ਹੋਵੇ ਦੂਜੇ ਸ਼ਬਦਾਂ ਵਿੱਚ ਅਨੁਸ਼ਾਸਨ ਬਾਹਰੀ ਮਾਹੌਲ ਨਾਲ ਥੋਪਿਆ ਨਾ ਜਾਵੇ ਸਗੋਂ ਆਪਣੀ ਜ਼ਮੀਰ ਚੋਂ ਪੈਦਾ ਹੋਵੇ ਸਿੱਖਿਆ ਦਾ ਉਦੇਸ਼ ਮਨੁੱਖ ਨੂੰ ਆਜ਼ਾਦ ਬਣਾਉਣਾ ਹੈ ਗੁਲਾਮ ਬਣਾਉਣਾ ਨਹੀਂ ਬਾਹਰ ਥੋਪਿਆ ਅਨੁਸ਼ਾਸਨ ਬੇ ਬਿਗਾਨਗੀ ਦਾ ਅਹਿਸਾਸ ਹੈ ਇਸ ਲਈ ਸਿੱਖਿਆ ਬਾਹਰੀ ਅਨੁਸ਼ਾਸਨ ਤੋਂ ਆਜ਼ਾਦ ਹੋਣੀ ਚਾਹੀਦੀ ਹੈ ਅਨੁਸ਼ਾਸਨ ਅਜਿਹਾ ਹੋਵੇ ਜਿਸ ਨੂੰ ਕਿਤੇ ਬਾਹਰੋਂ ਨਾਲ ਲਿਆਂਦਾ ਜਾਵੇ ਸਗੋਂ ਜਿਹੜਾ ਸਵੈ ਸਹਿਜ ਅਤੇ ਸਰਲ ਰੂਪ ਵਿੱਚ ਉੱਗਿਆ ਹੋਵੇ ਇਹ ਉਦੋਂ ਹੀ ਸੰਭਵ ਹੈ ਜਦੋਂ ਇਹ ਬਾਹਰੀ ਅਨੁਸ਼ਾਸਨ ਦੀ ਥਾਂ ਵਿਵੇਕ ਸਿਖਾਵੇ ਆਗਿਆ ਪਾਲਨ ਦੀ ਥਾਂ ਵਿਚਾਰਬੋਧ ਕਰਨਾ ਸਿਖਾਈ ਸਵੈਨੁਸ਼ਾਸਨ ਅਤੇ ਵਿਚਾਰ ਸਿਖਿਆਰਥੀ ਚੋਂ ਹੀ ਪੈਦਾ ਹੁੰਦਾ ਹੈ ਸਵੈਨੁਸ਼ਾਸਨ ਅਤੇ ਵਿਚਾਰ ਸਵੈਨੁਸ਼ਾਸਨ ਅਤੇ ਵਿਚਾਰ ਸਿਖਿਆਰਥੀ ਚੋਂ ਹੀ ਪੈਦਾ ਹੁੰਦਾ ਸੋ ਇਹਨੂੰ ਆਪਾਂ ਹੁਣੇ ਦੇ ਜਿਹੜੇ ਕੁਐਸਚਨ ਹੈ ਜੀ ਉਹਨਾਂ ਨੂੰ ਆਪਾਂ ਜਿਹੜਾ ਸੋਲਵ ਹੈ ਉਹ ਕਰ ਲੈਨੇ ਹੁਣ ਸ਼ਾਸਨ ਅਨੁਸ਼ਾਸਿਤ ਵਿਅਕਤੀ ਕਦੋਂ ਖੜੋਤ ਜਾਂ ਚੜ ਹੋ ਸਕਦਾ ਹੈ ਸੋ ਇਹਨਾਂ ਦੀ ਜਿਹੜੀ ਕਰੈਕਟ ਜਿਹੜੀ ਆਪਸ਼ਨ ਹੈਗੀ ਹੈ ਜੀ ਆ ਇਹਨੂੰ ਆਪਾਂ ਇੱਕ ਵਾਰੀ ਦੁਬਾਰਾ ਰੀਡ ਕਰਦੇ ਹਾਂ ਅਨੁਸ਼ਾਸਿਤ ਵਿਅਕਤੀ ਕਦੋਂ ਖੜੋਤ ਜਾਂ ਜੜ ਹੋ ਸਕਦਾ ਹੈ ਸੋ ਇਹਨਾਂ ਦੀ ਜਿਹੜੀ ਆਪਸ਼ਨ ਹੈ ਜੀ 31 ਦੀ ਬੀ ਆਪਸ਼ਨ ਬਿਲਕੁਲ ਕਰੈਕਟ ਹੈ ਜੀ ਜਦੋਂ ਬਾਹਰੀ ਦਬਾਅ ਉਸ ਨੂੰ ਪੈਪਿਟ ਕਰ ਦਿੰਦੇ ਨੇ ਜਦੋਂ ਬਾਹਰੀ ਦਬਾਅ ਉਸ ਨੂੰ ਪੈਪਿਟ ਕਰ ਦਿੰਦੇ ਨੇ ਬਿਲਕੁਲ ਜਿਹੜੀ ਕਰੈਕਟ ਆਪਸ਼ਨ ਹੈ ਨੈਕਸਟ ਕੁਐਸਚਨ ਹੈ ਜੀ ਸਕਰੀਨ ਦੇ ਉੱਪਰ ਇੱਥੇ ਭਵਿੱਖ ਦੇ ਨਾਗਰਿਕਾਂ ਤੋਂ ਕੀ ਭਾਵ ਹੈ ਇੱਥੇ ਭਵਿੱਖ ਦੇ ਨਾਗਰਿਕਾਂ ਤੋਂ ਕੀ ਭਾਵ ਹੈ ਕੁਝ ਜਿਹੜੇ ਕੁਐਸਚਨ ਆ ਕਾਮਨ ਸੈਂਸ ਤੇ ਡਿਪੈਂਡ ਕਰਦੇ ਹੁੰਦੇ ਆ ਕੁਝ ਐਗਜੈਕਟ ਦੀਆਂ ਐਗਜੈਕਟ ਲਾਈਨਸ ਹੀ ਸੇਮ ਟੂ ਸੇਮ ਪੈਰੇ ਦੇ ਵਿੱਚ ਪਈਆਂ ਹੁੰਦੀਆਂ ਨੇ ਉੱਥੋਂ ਵੀ ਤੁਸੀਂ ਆਨਸਰ ਕਰ ਸਕਦੇ ਹੋ ਬਟ ਕੁਝ ਤੁਹਾਡੇ ਜਿਹੜੇ ਤੁਸੀਂ ਆਪਣੇ ਅਕੋਰਡਿੰਗ ਪੈਰੇ ਨੂੰ ਪੜ੍ਹ ਕੇ ਉਸ ਅਨੁਸਾਰ ਆਪਣੇ ਆਨਸਰ ਦੇਣੇ ਹੁੰਦੇ ਆ ਸੋ ਇੱਥੇ ਭਵਿੱਖ ਦੇ ਨਾਗਰਿਕਾਂ ਤੋਂ ਭਾਵ ਹੈ ਡੀ ਆਪਸ਼ਨ ਬਿਲਕੁਲ ਕਰੈਕਟ ਹੈ ਜੀ ਸਾਡੀ ਉਹ ਪੀੜ੍ਹੀ ਜਿਹੜੀ ਭਵਿੱਖ ਵਿੱਚ ਦੇਸ਼ ਦਾ ਭਾਰ ਸੰਭਾਲੇਗੀ ਸੋ ਸਾਡੀ ਉਹ ਪੀੜ੍ਹੀ ਜਿਹੜੀ ਭਵਿੱਖ ਵਿੱਚ ਦੇਸ਼ ਦਾ ਭਾਰ ਸੰਭਾਲੇਗੀ ਨੈਕਸਟ ਹੈਗਾ ਜੀ ਕੁਐਸਚਨ ਹੈ ਦਾ ਸਕਰੀਨ ਦੇ ਉੱਪਰ ਅਖਬਾਰਾਂ ਰਸਾਲਿਆਂ ਅਖਬਾਰਾਂ ਰਸਾਲਿਆਂ ਵਿੱਚ ਵਿਦਿਆਰਥੀਆਂ ਦੀਆਂ ਅਨੁਸ਼ਾਸਨਹੀਣਤਾ ਦੀਆਂ ਕਹਾਣੀਆਂ ਭਰੀਆਂ ਹੁੰਦੀਆਂ ਹਨ ਕਿਉਂਕਿ ਵਿਦਿਆਰਥੀਆਂ ਦੁਆਰਾ ਸੋ ਅਖਬਾਰਾਂ ਰਸਾਲਿਆਂ ਦੇ ਵਿੱਚ ਕੀ ਹੈ ਜੀ ਵਿਦਿਆਰਥੀਆਂ ਦੀਆਂ ਅਨੁਸ਼ਾਸਨਹੀਣਤਾ ਦੀਆਂ ਕਹਾਣੀਆਂ ਭਰੀਆਂ ਹੁੰਦੀਆਂ ਹਨ ਕਿਉਂਕਿ ਵਿਦਿਆਰਥੀਆਂ ਦੁਆਰਾ 33 ਦੀ ਜਿਹੜੀ ਡੀ ਆਪਸ਼ਨ ਬਿਲਕੁਲ ਕਰੈਕਟ ਹੈ ਜੀ ਅਨਸ਼ਾਸਨਹੀਣਤਾ ਨੂੰ ਅਪਣਾਇਆ ਜਾ ਰਿਹਾ ਹੈ ਠੀਕ ਹੈ ਅਖਬਾਰਾਂ ਸਾਲਿਆਂ ਦੇ ਵਿੱਚ ਕੀ ਹੈ ਕਹਾਣੀਆਂ ਅਨਸ਼ਾਸਨਹੀਣਤਾ ਦੀਆਂ ਭਰੀਆਂ ਹੋਈਆਂ ਨੇ ਕਿਉਂਕਿ ਵਿਦਿਆਰਥੀ ਕੀ ਕਰ ਰਹੇ ਨੇ ਅਨਸ਼ਾਸਨਹੀਣਤਾ ਨੂੰ ਅਪਣਾ ਰਹੇ ਨੇ ਨੈਕਸਟ ਹੈਗਾ ਜੀ ਕੁਐਸਚਨ ਸਕਰੀਨ ਦੇ ਉੱਪਰ ਅਨਸ਼ਾਸਨਹੀਣਤਾ ਵਿੱਚ ਪਛੇਤਰ ਹੈ ਸੋ ਅਨਸ਼ਾਸਨਹੀਣਤਾ ਦੇ ਵਿੱਚ ਜਿਹੜਾ ਪਛੇਤਰ ਹੈਗਾ ਜੀ 34 ਦੀ ਗੱਲ ਕਰੀਏ ਤਾਂ ਤਾ ਹੈ ਸੋ ਅਨੁਸ਼ਾਸਨਿੰਤਾ ਦੇ ਵਿੱਚ ਜਿਹੜਾ ਪਛੇਤਰ ਹੈਗਾ ਤਾਂ ਉਹ ਪਛੇਤਰ ਹੈਗਾ ਜੀ ਅਨੁਸ਼ਾਸਨਿੰਤਾ ਦੇ ਵਿੱਚ ਤਾਂ ਨੈਕਸਟ ਆ ਗਿਆ ਜੀ ਸਕਰੀਨ ਦੇ ਉੱਪਰ ਜਿਹੜਾ ਕੁਐਸਚਨ ਹੈ ਇਸ ਵਾਰਤਕ ਦਾ ਸਾਰ ਤਤ ਹੈ ਸੋ ਇਸ ਵਾਰਤਕ ਦਾ ਸਾਰ ਤਤ ਹੈ 35 ਦੀ ਗੱਲ ਕਰੀਏ ਤਾਂ ਸੀ ਆਪਸ਼ਨ ਬਿਲਕੁਲ ਕਰੈਕਟ ਹੈ ਜੀ ਇਸ ਵਾਰਤਕ ਦਾ ਸਾਰ ਤਤ ਹੈ ਆ ਸੀ ਆਪਸ਼ਨ ਜੀ ਅਨੁਸ਼ਾਸਨ ਉਹੀ ਹੈ ਜਿਹੜਾ ਵਵੇਕ ਅਤੇ ਵਿਚਾਰ ਤੇ ਆਧਾਰਿਤ ਹੋਵੇ ਸੋ ਅਨੁਸ਼ਾਸਨ ਉਹ ਹੀ ਹੈ ਜਿਹੜਾ ਵਿਚਾਰ ਅਤੇ ਵਿਵੇਕ ਤੇ ਆਧਾਰਿਤ ਹੋਵੇ। ਨੈਕਸਟ ਕੁਸਚਨ ਹੈ ਜੀ ਸਕਰੀਨ ਦੇ ਉੱਪਰ 36 ਨੰਬਰ ਐਸੀ ਆਪਣੇ ਵਿਦਿਆਰਥੀਆਂ ਲਈ ਅਝਿਆਨ ਅਨੁਸ਼ਾਸਨ ਚਾਹੁੰਦੇ ਹਨ ਜਿਸ ਵਿੱਚ ਐਸੀ ਆਪਣੇ ਵਿਦਿਆਰਥੀਆਂ ਲਈ ਅਝਿਆਨ ਅਨੁਸ਼ਾਸਨ ਚਾਹੁੰਦੇ ਹਨ ਜਿਸ ਵਿੱਚ ਬੀ ਆਪਸ਼ਨ ਬਿਲਕੁਲ ਕਰੈਕਟ ਹੈ ਜੀ ਬਾਰੀ ਦਬਾਅ ਨਾ ਹੋਵੇ। ਸੋ ਐਸੀ ਆਪਣੇ ਵਿਦਿਆਰਥੀਆਂ ਦੇ ਲਈ ਅਝਿਆਨ ਅਨੁਸ਼ਾਸਨ ਚਾਹੁੰਦੇ ਹਨ ਜਿਸ ਵਿੱਚ ਜਿਹੜਾ ਬਾਰੀ ਦਬਾਏ ਉਹ ਨਾ ਹੋਵੇ। ਨੈਕਸਟ ਕੁਸਚਨ ਹੈ ਦੀ ਸਕਰੀਨ ਦੇ ਸਿੱਖਿਆ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਸੋ ਸਿੱਖਿਆ ਦਾ ਮੁੱਖ ਉਦੇਸ਼ ਕੀ ਹੈ ਜੀ ਵਿਦਿਆਰਥੀਆਂ ਨੂੰ ਵਿਵੇਕ ਸਿਖਾਉਣਾ ਠੀਕ ਹੈ ਵਿਵੇਕ ਸਿਖਾਉਣਾ 37 ਦੀ ਗੱਲ ਕਰੀਏ ਤਾਂ ਬੀ ਆਪਸ਼ਨ ਬਿਲਕੁਲ ਕਰੈਕਟ ਹੈ ਜੇਕਰ ਮੈਂ ਪੈਰੇ ਦੇ ਵਿੱਚ ਗੱਲ ਕਰਾਂ ਤਾਂ ਲਾਸਟ ਦੇ ਵਿੱਚ ਜਿਹੜਾ ਪੈਰਾ ਸੀ ਨਾ ਜੀ ਉਥੇ ਪਿਆ ਸੀ ਇਹ ਵਾਲੀ ਗੱਲ ਲਿਖਿਆ ਹੋ ਗਿਆ ਇਹਨਾਂ ਨੇ ਲਾਸਟ ਵਾਲੇ ਨੇ ਆ ਲਿਖਿਆ ਜੀ ਵਿਵੇਕ ਸਿਖਾਉਣਾ ਸਿਖਾਵੇ ਹੈ ਨਾ ਤਾਂ ਕਈ ਵਾਰੀ ਐਗਜੈਕਟ ਦੀਆਂ ਐਗਜੈਕਟ ਜਿਹੜੇ ਵਰਡ ਆ ਉਹ ਵਿੱਚ ਹੀ ਪੈਰੇ ਦੇ ਵਿੱਚ ਪਏ ਹੁੰਦੇ ਨੇ ਕੁਝ ਤੁਸੀਂ ਆ ਪੈਰੇ ਨੂੰ ਪੜ੍ਹ ਕੇ ਅਨਸਰ ਜਿਹੜੇ ਦੇਣੇ ਆ ਉਹ ਹੁੰਦੇ ਸੋ ਠੀਕ ਹੈ ਜੀ ਇਹ ਆਪਣੇ ਹੁਣ ਤੱਕ ਜਿਹੜੇ ਹੋ ਚੁੱਕੇ ਨੇ ਉਹ ਹੋ ਚੁੱਕੇ ਨੇ ਚਾਰ ਪੈਰੇ ਆਪਾਂ ਜਿਹੜੇ ਕਵਰ ਆ ਉਹ ਕਰ ਚੁੱਕੇ ਆ ਨੈਕਸਟ ਜਿਹੜਾ ਆਪਣਾ ਸਕਰੀਨ ਦੇ ਉੱਪਰ ਆ ਗਿਆ ਜੀ ਉਹ ਆ ਗਿਆ ਦਸੰਬਰ 2015 ਵਾਲਾ ਠੀਕ ਹੈ ਇਹ ਹੈਗਾ ਜੀ ਆਪਣਾ ਜਿਹੜਾ ਜੇਕਰ ਆਪਾਂ ਗੱਲ ਕਰੀਏ ਤਾਂ 5 ਨੰਬਰ ਬਣੂਗਾ ਪੈਰਾ ਠੀਕ ਹੈ ਜੀ 5 ਨੰਬਰ ਪੈਰਾ ਜੀ ਦਸੰਬਰ 2015 ਤੇ ਇਹਨੂੰ ਆਪਾਂ ਜਿਹੜਾ ਉਹਨਾਂ ਕਵਰ ਆ ਉਹ ਕਰਾਂਗੇ ਇਹਦੇ ਵਿੱਚ ਜਿਹੜਾ ਪੈਰਾ ਹੈ ਛੋਟਾ ਜਿਹਾ ਆਪਾਂ ਉਹਨੂੰ ਕਵਰ ਕਰ ਲੈਨੇ ਆ ਤੇ ਆ ਉਸਦੁਬਾਰ ਪੰਜ ਆਪਣੇ ਹੋਗੇ ਪੰਜ ਆਪਣੇ ਰਹਿ ਜਾਣਗੇ ਉਹਨੂੰ ਵੀ ਆਪਾਂ ਕਵਰ ਕਰ ਲਵਾਂਗੇ ਸੋ ਸਭ ਤੋਂ ਪਹਿਲਾਂ ਆਪਾਂ ਇਹਨੂੰ ਜਿਹੜਾ ਰੀਡ ਹੈ ਜੀ ਪੈਰੇ ਨੂੰ ਉਹ ਕਰ ਲੈਨੇ ਆ ਸੋ ਹੇਠ ਲਿਖੀ ਵਾਰਤਕ ਟੁਕੜੀ ਨੂੰ ਪੜੋ ਅਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ ਉਹ ਇੰਦੇ ਵਿੱਚ ਜਿਹੜਾ ਕਲਰ ਹੈ ਸਹੀ ਤਰ੍ਹਾਂ ਵਿਜ਼ੀਬਲ ਨਹੀਂ ਹੋ ਰਿਹਾ ਤਾਂ ਇਹਨੂੰ ਆਪਾਂ ਜਿਹੜਾ ਚੇਂਜ ਹੈ ਉਹ ਕਰ ਲੈਨੇ ਸੋ ਹੇਠ ਲਿਖੀ ਆਰਥਿਕ ਟੁਕੜੀ ਨੂੰ ਪੜੋ ਅਤੇ ਹੇਠ ਹੇਠਾਂ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ 31 ਤੋਂ ਲੈ ਕੇ 37 ਸੈਨੂੰ ਪੜਦਿਆਂ ਜੀ ਜਿੱਥੇ ਜ਼ਿੰਦਗੀ ਦੀਆਂ ਕੀਮਤਾਂ ਸ਼ਖਸੀ ਹਨ ਉਥੇ ਹਰ ਕੋਈ ਆਪਣੇ ਸੁੱਖ ਅਤੇ ਨੀਝ ਲਈ ਜੀਵੀ ਜਾਂਦਾ ਹੈ ਇਸ ਲਈ ਹਰ ਕੋਈ ਰਿਸ਼ਵਤਾਂ ਦੇ ਕੇ ਕੰਮ ਕੱਢਣ ਧੋਖੇ ਦੇਣ ਕੱਟ ਬੋ ਤੋਲਣ ਹੋਟਾ ਵੇਚਣ ਚੋਰੀਆਂ ਕਰਨਾ ਤੇ ਬੇਵਫਾ ਹੋਣ ਲਈ ਕਦਮ ਕਦਮ ਉਤੇ ਪ੍ਰੇਰਿਆ ਜਾਂਦਾ ਹੈ ਇਹ ਸਾਰੇ ਕੰਮ ਲਾਭਦਾਇਕ ਹਨ ਇਹਨਾਂ ਤੋਂ ਬਚ ਕੇ ਰਹਿਣਾ ਲਸਾਨੀ ਗੁਣ ਗਿਣਿਆ ਜਾਂਦਾ ਹੈ ਚੋਰੀ ਠੱਗੀ ਬੇਵਫਾਈ ਸਭ ਸਾਡੇ ਧਨ ਵਿੱਚ ਵਾਦਾ ਕਰਦੇ ਹਨ ਤੇ ਧਨ ਨਹਿ ਕਲੰਕ ਮੰਨਿਆ ਜਾਂਦਾ ਹੈ ਪਰ ਇਹਨਾਂ ਕਦਰਾਂ ਦਾ ਸਿੱਟਾ ਇਹ ਹੁੰਦਾ ਹੈ ਕਿ ਜ਼ਿੰਦਗੀ ਦੀਆਂ ਉਹ ਰੁਚੀਆਂ ਜਿਹੜੀਆਂ ਸੱਭਿਆਚਾਰਕ ਸੱਭਿਆਚਾਰ ਦੀਆਂ ਨੀਹਾਂ ਹਨ ਅੰਮਲ ਵਿੱਚ ਨਹੀਂ ਆਉਂਦੀਆਂ ਦੋਸਤੀ ਪਿਆਰ ਸਦਕੇ ਜਾਨ ਦੂਜੇ ਦੀ ਖੁਸ਼ੀ ਦੇ ਖਿਆਲ ਤੋਂ ਮਨੁੱਖੀ ਰੂਹ ਵਾਂਝੀ ਰਹਿੰਦੀ ਹੈ ਤੇ ਉਹਦੇ ਡੂੰਗੇ ਸੋਮੇ ਰਵਾ ਨਹੀਂ ਹੁੰਦੇ ਜ਼ਿੰਦਗੀ ਦਾ ਚਸ਼ਮਾ ਢੱਕੋ ਢੱਕ ਨਹੀਂ ਪਰਦਾ ਇਸ ਕਰਕੇ ਭਰਪੂਰਤਾ ਦੀ ਤਾਂਗ ਮਨੁੱਖੀ ਦੇ ਵਿੱਚ ਸਰਾ ਤੜਫਦੀ ਰਹਿੰਦੀ ਹੈ ਤੇ ਮਨੁੱਖੀ ਅੰਕੀ ਪਲਾਈ ਹੱਥ ਮਾਰਦਾ ਆਪਣੇ ਚੂਲੇ ਉਖੜਿਆ ਰਹਿੰਦਾ ਹੈ ਤੇ ਅਸਮਾਨੀ ਕਾਵਿਨਾ ਦੇ ਨਾਲ ਧੁੱਪ ਤੇ ਪੱਤਾ ਪੱਤਾ ਨਿਖਰਨ ਦੇ ਸਵਾਦ ਲਈ ਬੇਕਰਾਰ ਰਹਿੰਦਾ ਹੈ ਤੇ ਜਦੋਂ ਸ਼ਕਸ਼ੀ ਨਵੀ ਨਵੀ ਕਲਤਾ ਦੀਆਂ ਉਜਾੜਾਂ ਵਿੱਚੋਂ ਲੰਘ ਕੇ ਮਨੁੱਖਤਾ ਮਿਲ ਵਰਤਾਂ ਦੇ ਚਸ਼ਮਾ ਵਿੱਚ ਪੁੱਜ ਜਾਂਦੀ ਹੈ ਉਹਦਾ ਮਨੁੱਖੀ ਰਿਸ਼ਤਿਆਂ ਵਿੱਚ ਵਾਦੇ ਦਾ ਕੋਈ ਅੰਤ ਨਹੀਂ ਰਹਿੰਦਾ ਨਿਤ ਨਵੇਂ ਜੀਵਨ ਸੋਮੇ ਫੁੱਟਦੇ ਹਨ ਜੀਵਨ ਪਾਣੀ ਦੀਆਂ ਤਹਾਂ ਵਿੱਚੋਂ ਮੋਤੀ ਉੱਭਰ ਆਉਂਦੇ ਹਨ ਜ਼ਿੰਦਗੀ ਆਪਣੀਆਂ ਜਾਦੂ ਤੰਦਾਂ ਨੇ ਨਾਲ ਸਾਰੀ ਮਨੁੱਖਤਾ ਨੂੰ ਜੋੜ ਦਿੰਦੀ ਹੈ ਜਿੰਨਾ ਵਿਸ਼ਾਲੇ ਜੋੜ ਮੇਲ ਉਨਾਂ ਹੀ ਡੂੰਗਾ ਲੋਕਾਂ ਦਾ ਆਚਰਣ ਸੋ ਇਸੇਗਾ ਜੀ ਪੈਰਾ ਕਿਕਾ 5 ਨੰਬਰ ਆਪਾਂ ਪੈਰਾ ਕਰ ਲਿਆ ਤੇ ਹੁਣ ਅੰਦੇ ਆਪਾਂ ਜਿਹੜੇ ਕੁਐਸਚਨ ਆ ਸੋਲਵ ਕਰਾਂਗੇ ਜਿੱਥੇ 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 ਜ਼ਿੰਦਗੀ ਦੀਆਂ ਕੀਮਤਾਂ ਸ਼ਖਸੀ ਹਨ ਉਥੇ ਹਰ ਕੋਈ ਕੀ ਕਰਦਾ ਹੈ ਸੋ ਜਿੱਥੇ ਜ਼ਿੰਦਗੀ ਦੀਆਂ ਜਿਹੜੀਆਂ ਜ਼ਿੰਦਗੀ ਦੀਆਂ ਕੀਮਤਾਂ ਸ਼ਖਸੀਆਂ ਨੇ ਉਥੇ ਹਰ ਕੋਈ ਕੀ ਕਰਦਾ ਹੈ ਸੋ 31 ਦੀ ਗੱਲ ਕਰੀਏ ਤਾਂ ਡੀ ਆਪਸ਼ਨ ਹੈ ਜੀ ਉਪਰੋਕਤ ਸਾਰੇ ਹੈ ਰਿਸ਼ਵਾਤ ਦੇ ਕੇ ਕੰਮ ਕਰਦਾ ਹੈ ਧੋਖਾ ਦੇਣਾ ਘੱਟ ਤੋਲਣ ਲਈ ਪ੍ਰੇਰਿਆ ਜਾਂਦਾ ਹੈ ਖੋਟਾ ਵੇਚਣ ਤੇ ਚੋਰੀਆਂ ਕਰਨ ਲਈ ਪ੍ਰੇਰਣਾ ਆ ਪ੍ਰੇਰਨਾ ਲੈਂਦਾ ਹੈ ਜੇਕਰ ਆਪਾਂ ਪੈਰੇ ਦੇ ਵਿੱਚ ਗੱਲ ਕਰੀਏ ਤਾਂ ਤੁਸੀਂ ਦੇਖੋਗੇ ਸਟਾਰਟਿੰਗ ਦੇ ਵਿੱਚ ਹੀ ਜਿਹੜੀਆਂ ਨੇ ਤਿੰਨ ਲੈਣਾ ਪਈਆਂ ਨੇ ਆ ਦੇਖੋ ਜੀ ਇਸ ਲਈ ਹਰ ਕੋਈ ਰਿਸ਼ਵਤਾਂ ਦੇ ਕੇ ਕੰਮ ਕੱਢਣ ਤੋਂ ਖੇ ਦੇਣ ਘੱਟ ਬੋਲਣ ਠੀਕ ਹੈ ਇਹ ਸਾਰੀ ਦੀ ਸਾਰੀ ਜਿਹੜੀ ਸਟੇਟਮੈਂਟ ਹੈ ਉਹ ਉੱਥੇ ਹੀ ਪਈ ਹੋਈ ਹੈ ਠੀਕ ਹੈ ਅ ਪਹਿਲਾ ਰਿਸ਼ਵਤ ਦੀ ਗੱਲ ਹੈ ਰਿਸ਼ਵਤ ਪਿਆਏ ਫਿਰ ਧੋਖੇ ਦੀ ਗੱਲ ਹੈ ਫਿਰ ਖੋਟਾ ਵੇਚਣ ਦੀ ਗੱਲ ਹੈ ਇੱਥੇ ਹੀ ਪਏ ਨੇ ਠੀਕ ਹੈ ਜੀ ਨੈਕਸਟ ਆ ਜਰ ਜੀ ਹੁਣ ਆਪਾਂ ਅਗਲੇ ਕੁਐਸਚਨ ਤੇ ਚੱਲਦੇ ਹਾਂ ਕੁਝ ਤਾਂ ਐਗਜੈਕਟ ਹੀ ਪਏ ਹੁੰਦੇ ਨੇ ਉਹਨਾਂ ਨੂੰ ਆਪਾਂ ਜਾਲਾ ਜਿਹੜਾ ਆ ਆਪਦਾ ਮਾਈਂਡ ਯੂਜ਼ ਕਰਨ ਦੀ ਲੋੜ ਵੀ ਨਹੀਂ ਪੈਂਦੀ ਕਿਉਂਕਿ ਉੱਥੇ ਹੀ ਪਏ ਹੁੰਦੇ ਨੇ ਪੈਰੇ ਦੇ ਵਿੱਚ ਉਪਰੋਕਤ ਪੈਰੇ ਦਾ ਟੁਕਮਾ ਸਰਲੇਖ ਕੀ ਹੈ ਸੋ ਉਪਰੋਕਤ ਪੈਰੇ ਦੀ ਜੇਕਰ ਆਪਾਂ ਇਹਨੂੰ ਪੈਰੇ ਨੂੰ ਸਾਰੇ ਨੂੰ ਪੜ੍ਹਦੇ ਆ ਤਾਂ ਦਾ ਟੁਕਮਾ ਸਰਲੇਖ ਬਣੂਗਾ ਕਿ ਜ਼ਿੰਦਗੀ ਦੀਆਂ ਕੀਮਤਾਂ ਦਾ ਸੱਚ ਸੋ ਇਹ ਸਾਰੇ ਪੈਰੇ ਦਾ ਜਿਹੜਾ ਇੱਕ ਸਰਲੇਖ ਬੰਦਾ ਉਹ ਬੰਦਾ ਜੀ ਜ਼ਿੰਦਗੀ ਦੀਆਂ ਕੀਮਤਾਂ ਦਾ ਸੱਚ 32 ਨੰਬਰ ਉਸ ਤੋਂ ਅੱਗੇ ਆ ਗਿਆ ਜੀ ਕੁਐਸਚਨ ਹੈਗਾ ਜੀ ਸਕਰੀਨ ਦੇ ਉੱਪਰ ਇਸ ਪੈਰੇ ਦੇ ਵਿੱਚ ਦੋਹ ਰੁਕਤੀ ਸਮਾਸ ਕਿਹੜਾ ਹੈ ਇਸ ਪੈਰੇ ਦੇ ਵਿੱਚ ਇਸ ਇਸ ਪੈਰੇ ਦੇ ਵਿੱਚ ਕੀ ਹੈ ਦੋ ਰੁਕਤੀ ਸਮਾਸ ਕਿਹੜਾ ਹੈ ਇਸ ਪੈਰੇ ਦੇ ਵਿੱਚ ਦੋ ਰੁਕਤੀ ਸਮਾਸ ਕਿਹੜਾ ਹੈ ਜੀ ਉਹ ਹੈਗਾ ਮਤਲਬ ਕਿ ਦੂਰੀ ਵਾਰ ਜਿਹੜਾ ਆਇਆ ਹੈ ਤਪਤਾ ਪੱਤਾ ਜੀ ਪੱਤਾ ਇਹ ਕਾਮਨ ਸੈਂਸ ਤੇ ਡਿਪੈਂਡ ਕਰਦਾ ਸੀਗਾ ਜੀ ਪੱਤਾ ਪੱਤਾ ਠੀਕ ਹੈ 33 ਨੈਕਸਟ ਆਪਾਂ ਗੱਲ ਕਰੀਏ 34 ਨੰਬਰ ਹੈ ਜੀ ਸਕਰੀਨ ਦੇ ਉੱਪਰ ਕੁਐਸਚਨ ਹੇਠ ਦਿੱਤੇ ਸ਼ਬਦਾਂ ਵਿੱਚੋਂ ਕਿਹੜਾ ਸ਼ਬਦ ਉਰਦੂ ਭਾਸ਼ਾ ਦਾ ਨਹੀਂ ਹੈ ਸੋ ਹੇਠ ਦਿੱਤੇ ਸ਼ਬਦਾਂ ਦੇ ਵਿੱਚੋਂ ਹੇਠ ਦਿੱਤੇ ਸ਼ਬਦਾਂ ਦੇ ਵਿੱਚੋਂ ਕਿਹੜਾ ਸ਼ਬਦ ਉਰਦੂ ਭਾਸ਼ਾ ਦਾ ਨਹੀਂ ਹੈ ਸੋ 34 ਦੀ ਆਪਾਂ ਗੱਲ ਕਰੀ ਹੈ ਜੀ অপਸ਼ਨ ਬਿਲਕੁਲ கரੈਕਟ ਹੈ ਜੀ ਭਰਪੂਰਤਾ ਭਰਪੂਰਤਾ ਹੇਠ ਦਿੱਤੇ ਸ਼ਬਦਾਂ ਦੇ ਵਿੱਚੋਂ ਕਿਹੜਾ ਸ਼ਬਦ ਉਰਦੂ ਭਾਸ਼ਾ ਦਾ ਨਹੀਂ ਹੈ ਲਛਾਮਨੀ ਉਰਦੂ ਭਾਸ਼ਾ ਦਾ ਸ਼ਬਦ ਹੈ ਚਸ਼ਮਾ ਉਰਦੂ ਭਾਸ਼ਾ ਦਾ ਸ਼ਬਦ ਹੈ ਸ਼ਖਸੀ ਉਰਦੂ ਭਾਸ਼ਾ ਦਾ ਸ਼ਬਦ ਹੈ ਤੇ ਜਿਹੜਾ ਨਹੀਂ ਹੈਗਾ ਜੀ ਉਹ ਹੈਗਾ ਭਰਪੂਰਤਾ ਠੀਕ ਹੈ ਇਹ ਨਹੀਂ ਹੈਗਾ ਡੀ অপਸ਼ਨ ਬਿਲਕੁਲ ਜਿਹੜੀ கரੈਕਟ ਹੈ ਨੈਕਸਟ ਜਿਹੜਾ ਕੁਐਸਚਨ ਹੈ ਜੀ ਉਹ ਸਕਰੀਨ ਦੇ ਉੱਪਰ ਹੈ ਮਿਲਵਰਤਨ ਸ਼ਬਦ ਦਾ ਪਛੇਤਰ ਕਿਹੜਾ ਹੈ ਸੋ ਮਿਲਵਰਤਨ ਸ਼ਬਦ ਦਾ ਪਛੇਤਰ ਹੈ ਉਹ ਕਿਹੜਾ ਹੈ ਤਾਂ ਜੇਕਰ ਮਿਲਵਰਤਨ ਸ਼ਬਦ ਦੀ ਆਪਾਂ ਗੱਲ ਕਰੀ ਤਾਂ ਇਹਦਾ ਜਿਹੜਾ ਪਛੇਤਰ ਹੈ ਜੀ ਉਹ ਨਾਣਾ ਹੈ ਮਿਲਵਰਤਨ ਸ਼ਬਦ ਦਾ ਅਪਸ਼ੇਤਰ ਕਿਹੜਾ ਹੈ ਨਾਣਾ ਨਾਣਾ ਨੈਕਸਟ ਆ ਗਿਆ ਜੀ ਸਕਰੀਨ ਦੇ ਉੱਪਰ ਕੁਐਸਚਨ ਹੈ ਮਨੁੱਖੀ ਰਿਸ਼ਤਿਆਂ ਵਿੱਚ ਵਾਅਦੇ ਦਾ ਕੋਈ ਅੰਤ ਨਹੀਂ ਰਹਿੰਦਾ ਮਨੁੱਖੀ ਰਿਸ਼ਤਿਆਂ ਦੇ ਵਿੱਚ ਕੀ ਹੈ ਮਨੁੱਖੀ ਰਿਸ਼ਤਿਆਂ ਵਿੱਚ ਵਾਅਦੇ ਦਾ ਕੋਈ ਅੰਤ ਨਹੀਂ ਰਹਿੰਦਾ ਜਦੋਂ 36th ਦੀ ਗੱਲ ਕਰੀਏ ਤਾਂ ਬੀ ਆਪਸ਼ਨ ਬਿਲਕੁਲ ਕਰੈਕਟ ਹੈ ਮਨੁੱਖਤਾ ਮਿਲਵਰਤਨ ਦੇ ਚਮਣਾ ਵਿੱਚ ਪੁੱਜ ਜਾਂਦੀ ਹੈ ਸੋ ਮਨੁੱਖੀ ਰਿਸ਼ਤਿਆਂ ਦੇ ਵਿੱਚ ਵਾਅਦੇ ਦਾ ਕੋਈ ਮਨੁੱਖੀ ਰਿਸ਼ਤਿਆਂ ਵਿੱਚ ਵਾਦੇ ਦਾ ਕੋਈ ਅੰਤ ਨਹੀਂ ਰਹਿੰਦਾ ਜਦੋਂ ਮਨੁੱਖਤਾ ਮਿਲਵਰਤਨ ਦੇ ਚਮਣਾ ਵਿੱਚ ਪਹੁੰਚ ਜਾਂਦੀ ਹੈ ਮਨੁੱਖਤਾ ਕੀ ਹੈ ਜੀ ਮਿਲਵਰਤਨ ਦੇ ਚਮਣਾ ਵਿੱਚ ਪਹੁੰਚ ਜਾਂਦੀ ਹੈ ਸੋ ਮਨੁੱਖੀ ਰਿਸ਼ਤਿਆਂ ਵਿੱਚ ਵਾਦੇ ਦਾ ਕੋਈ ਅੰਤ ਨਹੀਂ ਰਹਿੰਦਾ ਜਦੋਂ ਮਨੁੱਖਤਾ ਮਿਲਵਰਤਨ ਦੇ ਚਮਣਾ ਵਿੱਚ ਪਹੁੰਚ ਜਾਂਦੀ ਹੈ ਨੈਕਸਟ ਆਪਾਂ ਗੱਲ ਕਰੀਏ 37 ਦੀ ਲੇਖਕ ਅਨੁਸਾਰ ਲੋਕਾਂ ਦੇ ਆਚਾਰ ਦੀ ਡੁੰਗਾਈ ਕਿਸ ਚੀਜ਼ ਤੇ ਨਿਰਪਰ ਕਰਦੀ ਹੈ ਸੋ ਲੇਖਕ ਅਨੁਸਾਰ ਲੋਕਾਂ ਦੇ ਆਚਾਰ ਦੀ ਦੁੰਗਾਈ ਕਿਸ ਚੀਜ਼ ਤੇ ਨਿਰਭਰ ਕਰਦੀ ਹੈ ਸੋ 30 ਸਮਝ ਦੀ ਗੱਲ ਕਰੀਏ ਤਾਂ ਬੀ ਆਪਸ਼ਨ ਬਿਲਕੁਲ கரੈਕਟ ਹੈ ਜਿਵੇਂ ਮਨੁੱਖੀ ਰਿਸ਼ਤਿਆਂ ਦਾ ਜੋੜ ਮੇਲ ਸੋ ਲੇਖਕ ਅਨੁਸਾਰ ਲੇਖਕ ਅਨੁਸਾਰ ਲੋਕਾਂ ਦੇ ਆਚਾਰ ਦੀ ਦੁੰਗਾਈ ਕਿਸ ਚੀਜ਼ ਤੇ ਨਿਰਭਰ ਕਰਦੀ ਹੈ ਮਨੁੱਖੀ ਰਿਸ਼ਤਿਆਂ ਦਾ ਜੋੜ ਮੇਲ ਸੋ ਇਹਨਾਂ ਦੀ ਜੇਕਰ ਆਪਾਂ ਗੱਲ ਕਰੀਏ ਜਿਹੜੀ ਬੀ ਆਪਸ਼ਨ ਹੈ ਬਿਲਕੁਲ ਹੀ ਪੈਰੇ ਦੇ ਵਿੱਚ ਪਈ ਹੈ ਜਿਵੇਂ ਕਿ ਮੈਂ ਤੁਹਾਨੂੰ ਆਖਿਆ ਸੀ ਕੋਈ ਜੜੀਆਂ ਚੀਜ਼ਾਂ ਨੇ ਉਹ ਸੇਮ ਟੂ ਸੇਮ ਪਈਆਂ ਹੁੰਦੀਆਂ ਨੇ ਸੋ ਜੇਕਰ ਆਪਾਂ ਗੱਲ ਕਰੀਏ ਤਾਂ ਲਾਸਟ ਦੇ ਤੁਸੀਂ ਦੇਖੋਗੇ ਆ ਲਾਸਟ ਦੇਰ ਜੋੜ ਮਿਲ ਠੀਕ ਹੈ ਜੀ ਇੱਥੋਂ ਹੀ ਜੋੜ ਮਿਲ ਲਿਖਿਆ ਨਾ ਮਨੁੱਖੀ ਰਿਸ਼ਤਿਆਂ ਦਾ ਜੋੜ ਮਿਲ ਤਾਂ ਇੱਥੇ ਜੋੜ ਮਿਲ ਪਿਆ ਇਸ ਕਰਕੇ ਜਿਹੜੀ ਕਰੈਕਟ ਆਪਸ਼ਨ ਜਿਹੜੀ 37 ਦੀ ਉਹ ਜੋੜ ਮਿਲ ਵਾਲੀ ਹੀ ਆਪੇਗੀ ਠੀਕ ਹੈ ਬੀ ਆਪਸ਼ਨ ਬਿਲਕੁਲ ਇਹਦੀ ਜਿਹੜੀ ਕਰੈਕਟ ਸੀ 37 ਦੀ ਸੋ 37 ਦੀ ਬੀ ਆਪਸ਼ਨ ਬਿਲਕੁਲ ਕਰੱਚੀ ਮੈਂ ਦੁਬਾਰਾ ਫਿਰ ਇਹਨੂੰ ਹਾਈਲਾਈਟ ਆਉ ਕਰ ਦੇਣੀ ਸੋ ਇੰਦੇ ਨਾਲ ਆਪਣੇ ਜਿਹੜੇ ਪੰਜ ਜਿਹੜੇ ਪੈਰੇ ਆ ਉਹ ਕੰਪਲੀਟ ਹੋ ਗਿਆ ਤੇ ਹੁਣ ਆਪਾਂ ਜੇਕਰ ਗੱਲ ਕਰਾਂ ਸੋ ਪੈਰਾਗ੍ਰਾਫ ਨੰਬਰ 6 ਆਪਾਂ ਸਟਾਰਟ ਕਰਨ ਲੱਗੇ ਆ ਜੀ ਸਤੰਬਰ 2016 ਦੇ ਵਿੱਚ ਜੋ ਐਗਜ਼ਾਮ ਹੋਇਆ ਸੀ ਉਹਦੇ ਵਿੱਚ ਜਿਹੜਾ ਪੰਜਾਬੀ ਦਾ ਜਿਹੜਾ ਪੈਰਾਗ੍ਰਾਫ ਆ ਪੁੱਛਿਆ ਗਿਆ ਸੀ ਉਹਨੂੰ ਆਪਾਂ ਜਿਹੜਾ ਇਹ ਰੀਡ ਆ ਉਹ ਕਰਦੇ ਆ ਸੋ ਫਰਸਟ ਆ ਆ ਗਿਆ ਜੀ ਸਕਰੀਨ ਦੇ ਉੱਪਰ ਤਾ ਇਹਨਾਂ ਪਰੇ ਟ ਕਰਦੇ ਜੀ ਹੇਠਾਂ ਲਿਖੇ ਪੈਰੇ ਨੂੰ ਧਿਆਨ ਦੇ ਨਾਲ ਪੜੋ ਤੇ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ ਪ੍ਰਸ਼ਨ ਨੰਬਰ 38 ਤੋਂ ਲੈ ਕੇ 45 ਤੱਕ ਸੋ ਭੈਣ ਤਰੰਜ ਤਰੰਜਨ ਵਿੱਚ ਬੈਠ ਕੇ ਛਾਪ ਪਾ ਕੇ ਬੜੀ ਰਾਤ ਤਾਈਂ ਜਾਂ ਤਗੜੇ ਸੂਤ ਕੱਤਿਆ ਕਰਦੀ ਸੀ ਉਸ ਨੂੰ ਗੁੱਡੀਆਂ ਪਟੋਲਿਆਂ ਨਾਲ ਖੇਡਣ ਦੀ ਆਦਤ ਨਹੀਂ ਸੀ ਤੇ ਨਾ ਹੀ ਬਾਦੋ ਦੀ ਲੰਬੀ ਔਰ ਸਮੇਂ ਉਹ ਕੁੜੀਆਂ ਨਾਲ ਜਾ ਕੇ ਗੁੱਡੀ ਫੁਕਿਆ ਕਰਦੀ ਸੀ ਬੇਬੇ ਦਾ ਕਹਿਣਾ ਉਹ ਮੰਨਦੀ ਸੀ ਸਮਾਦ ਰੂਪ ਨਿੱਕੀ ਮੱਟੀ ਜੋ ਖੂਹ ਤੇ ਬਣੀ ਸੀ ਚੰਦ ਦੀ 10ਵੀਂ ਵਾਲੇ ਦਿਨ ਆਥਨੇ ਦਿਨ ਸ਼ਿਪਾ ਸਮੇ ਜੋਤਬਾਲ ਦੀ ਭਾਵੇਂ ਉਹ ਮੱਟੀ ਕਿਸੇ ਸ਼ਹਿਰ ਦੀ ਥਾਂ ਆਪਣੇ ਹੀ ਕਿਸੇ ਵਡਾਰੂ ਪਿਓ ਦਾਦੇ ਪਰਦਾਦੇ ਦੀ ਯਾਦ ਵਿੱਚ ਬਣੀ ਹੁੰਦੀ ਸੀ ਜਿਨ੍ਹਾਂ ਨੇ ਖੇਤ ਵਿੱਚ ਦਿਨ ਰਾਤ ਕਰਦੀ ਮਿਹਨਤ ਕੀਤੀ ਸੀ ਚਾਦਰਾਂ ਉੱਤੇ ਉਹ ਰੇਸ਼ਮੀ ਰੰਗ ਦਾ ਲਛੀਆਂ ਨਾਲ ਫੁੱਲ ਵੇਲਾ ਬੂਟੇ ਪਾਉਂਦੀ ਸੀ ਇਸ ਕਲਾ ਨੂੰ ਕਸੀਦਾ ਕੱਟਣਾ ਕੱਢਣਾ ਕਹਿੰਦੇ ਸੀ ਤੇ ਖੱਦਰ ਦੀ ਲਾਲ ਚਾਦਰ ਦੀ ਫੁਲਕਾਰੀ ਨੂੰ ਬਾਗ ਕਹਿੰਦੇ ਸਨ ਮੈਨੂੰ ਕੱਤੇ ਦਾ ਉਹ ਦਿਨ ਅਜੇ ਤਾਈਂ ਚੇਤੇ ਹੈ ਜਦੋਂ ਕਪਾਹ ਖੇੜ ਰਹੀ ਸੀ ਬੇਬੇ ਨਾਲ ਭੈਣ ਖੂਹ ਦੇ ਇੱਕ ਖੇਤ ਦੀ ਕਪਾਹ ਚੁਗਣ ਗਈ ਸੀ ਉਸਨੇ ਕੀੜੀਆਂ ਦੇ ਭੌਣ ਉੱਤੇ ਤਿਲ ਚੌਲ ਕੇਲੇ ਸਨ ਕੋਈ ਕੋਈ ਟਿੰਡਾ ਟਿੜਕ ਰਿਹਾ ਸੀ ਤੇ ਕਪਾਹ ਦੇ ਛੋਟੇ ਕਪਾਹ ਦੇ ਚਿੱਟੇ ਮੋٹے ਫੁੱਲ ਲੰਮਰੇ ਸਨ ਭੈਣ ਬੋਲੀ ਸੀ ਕਪਾਹ ਦਾ ਤਾਰਿਆਂ ਵਾਂ ਖਿੜੀ ਪਈ ਐ ਮੈਨੂੰ ਉਸੇ ਦਿਨ ਤੋਂ ਕਪਾਹ ਨਾਲ ਪਿਆਰ ਹੋ ਗਿਆ ਸੀ ਫਿਰ ਉਸਨੇ ਮੰਝਾਂ ਉਤੇ ਬਿਸ਼ੋਣੀਆਂ ਦੀਆਂ ਦਰੀਆਂ ਬੁਨੀਆਂ ਸ਼ੁਰੂ ਕੀਤੀਆਂ ਮੋਟਾ ਸੂਤ ਉਸਨੇ ਆਪ ਕੱਤੇ ਬਾਪੂਰਖਾਨਾ ਦੇ ਕਾਰਖਾਨੇ ਤੋਂ ਲੱਕੜ ਦੀ ਕੋੜੀ ਬਣਵਾ ਲਿਆ ਮੰਡੀ ਤੋਂ ਪੰਜਾ ਵੀ ਆ ਗਿਆ ਗਿਆ ਬੇਬੇ ਦੇ ਪੁਰਾਣੇ ਸੰਦੂਖ ਨੂੰ ਉਸ ਦਰੀਆਂ ਨਾਲ ਭਰ ਦਿੱਤਾ ਬਚੇ ਉਸੂਤ ਦੇ ਮੋٹے ਧਾਗਿਆਂ ਨਾਲ ਮੈਂ ਗੇਂਦਾ ਬਣਾਈਆਂ ਪੈਣ ਦਾ ਹੱਥ ਚੁੱਲੇ ਦੇ ਵੀ ਕਾਲਾ ਚੱਲਦਾ ਸੀ ਉਹ ਕਹਿੰਦੀ ਸੀ ਕਿ ਮੈਂ ਤੁਰੇ ਜਾਂਦੇ ਸਵਾਰ ਲਈ 5 ਮਿੰਟ ਵਿੱਚ ਰੋਟੀ ਲਾ ਸਕਦੀ ਹਾਂ ਮੇਰਾ ਬਾਬਾ ਉਸਦੇ ਹੱਥਾਂ ਦੀ ਕਿਰਤ ਤੇ ਪ੍ਰਸੰਨ ਸੀ ਉਸਨੇ ਘਰ ਦੀ ਮੁਖਤਿਆਰੀ ਇਸੇ ਨੂੰ ਸੰਭਾਲ ਦਿੱਤੀ ਸੀ ਇੱਕ ਸੰਸਾਰ ਦਾ ਮੁਖੀ ਮੇਰੇ ਬਾਬੇ ਕੋਲ ਅਮਾਨਤ ਵਿੱਚ ਰਕਮਾਂ ਜਮ੍ਹਾਂ ਕਰਵਾਉਂਦਾ ਰਿਹਾ ਤੇ ਬਾਬਾ ਉਹਨਾਂ ਰਕਮਾਂ ਨੂੰ ਆਪਣੀ ਇਸ ਪੋਤੀ ਕੋਲ ਜਮ੍ਹਾਂ ਕਰ ਦਿੰਦਾ ਮੌਰਨ ਵਾਲੇ ਪੂਰੀ ਰਕਮ ਧਾਰੀ ਗਈ ਪਰ ਮੁਖੀ ਬੋਲਿਆ ਕਿ ਤੁਸੀਂ ਮੈਨੂੰ ਵੱਧ ਪੈਸੇ ਦੇ ਦਿੱਤੇ ਹਨ ਪਰ ਜਦੇ ਹਿਸਾਬ ਕੀਤਾ ਪੈਸੇ ਪੂਰੇ ਸਨ ਮੁਖੀ ਖੁਸ਼ ਬਾਬਾ ਖੁਸ਼ ਕੁੜੀ ਦੇਤੇ ਲੇਤੇ ਲੇਦੇ ਸਾਹੂ ਤੇ ਬਾਪੂ ਨੇ ਵੀ ਹਰ ਫਸਲ ਦੇ ਪੈਸੇ ਪੈਣ ਕੋਲ ਹੀ ਜਮਾ ਕਰਵਾਉਣੇ ਸ਼ੁਰੂ ਕਰ ਦਿੱਤੇ ਇਉਂ ਦੋ ਪੀੜੀਆਂ ਕਰਦੀ ਚੌਧਰ ਪੈਣ ਦੇ ਹੱਥ ਦੇ ਵਿੱਚ ਹੀ ਰਹੀ ਤੋ ਇਸ ਜੀ ਗਾਜੀ ਪੈਰਾ ਤੇ ਇਹਨੂੰ ਆਪਾਂ ਜਿਹੜਾ ਗੋਰੀਡ ਆ ਉਹ ਕਰਦੇ ਆ ਜੀ ਕੁਐਸਚਨ ਸੰਸਥਾ ਦਾ ਮੁਖੀ ਬਾਬੇ ਕੋਲ ਕੀ ਰੱਖਦਾ ਸੀ ਸੋ ਸੰਸਥਾ ਦਾ ਮੁਖੀ ਜਿਹੜਾ ਸੀ ਉਹ ਬਾਬੇ ਦੇ ਕੋਲ ਕੀ ਰੱਖਦਾ ਸੀ ਜੇਕਰ ਆਪਾਂ ਗੱਲ ਕਰੀਏ ਤਾਂ ਇੱਥੇ ਲਿਖਿਆ ਜੀ ਰਕਮ ਠੀਕ ਹੈ ਆ ਇੱਕ ਸੰਸਥਾ ਦਾ ਮੁਖੀ ਮੇਰੇ ਬਾਬੇ ਕੋਲ ਅਮਾਨਤ ਵਿੱਚ ਰਕਮਾਂ ਜਮਾ ਕਰਵਾਉਂਦਾ ਸੀ ਤਾਂ ਇਹ ਅਨਸਰ ਆ ਜੀ ਰਕਮ ਠੀਕ ਹੈ ਤੇ ਇਹਨੂੰ ਹੀ ਆਪਾਂ ਜਿਹੜਾ ਸਿਲੇਕਟ ਹੈ ਜੀ ਉਹ ਕਰ ਦੇਣਾ ਠੀਕ ਹੈ ਜੀ ਤੇ ਰਕਮ ਬਿਲਕੁਲ ਜਿਹੜੀ ਕਰੈਕਟ ਆਪਸ਼ਨ ਹੈ ਆਈ ਹੈ ਜੀ ਸੀ ਸੀ ਬਿਲਕੁਲ ਕੀ ਹੈ ਜੀ கரੈਕਟ অপਸ਼ਨ ਹੈ ਠੀਕ ਹੈ ਨੈਕਸਟ ਆ ਗਿਆ ਜੀ ਸਕਰੀਨ ਦੇ ਉੱਪਰ ਕੁਐਸਚਨ ਘਰ ਦੀ ਮੁਖਤਿਆਰੀ ਕਿਸ ਦੇ ਹੱਥ ਦੇ ਵਿੱਚ ਸੀ ਸੋ ਘਰ ਦੀ ਮੁਖਤਿਆਰੀ ਕਿੰਦੇ ਕੋਲ ਸੀ ਭੈਣ ਦੇ ਹੱਥ ਦੇ ਵਿੱਚ ਸੀਗੀ ਸੋ ਇਹਨੂੰ ਜੇਕਰ ਆਪਾਂ ਗੱਲ ਕਰੀਏ ਤਾਂ ਇਹ ਵੀ ਜੇਕਰ ਆਪਾਂ ਪੈਰੇ ਨੂੰ ਪੜੀਏ ਤਾਂ ਵਿੱਚ ਹੀ ਜਿਹੜਾ ਤੁਹਾਨੂੰ ਜਿਹੜਾ ਪਤਾ ਹੈ ਉਹ ਲੱਗ ਜਾਵੇਗਾ ਕਿ ਸਾਰੇ ਘਰ ਦੀ ਜਿਹੜੀ ਖੁਦ ਮੁਖਤਿਆਰੀ ਸੀ ਉਹ ਭੈਣ ਦੇ ਕੋਲ ਹੀ ਸੀਗੀ ਠੀਕ ਹੈ ਤਾਂ ਸਹੀ ਜਿਹੜੀ অপਸ਼ਨ ਰਹੇਗੀ ਉਹ ਹੈ ਹੈਗੀ ਹੈ ਜੀ ਭੈਣ ਦੇ ਕੀ ਕਰਦੀ ਮੁਕਤਿਆਰੀ ਕਿਸ ਦੇ ਹੱਥ ਦੇ ਵਿੱਚ ਸੀ ਪੈਣ ਦੇ ਨੈਕਸਟ ਕੁਐਸਚਨ ਆਏਗਾ ਜੀ ਸਕਰੀਨ ਦੇ ਉੱਪਰ ਪੈਣ ਤਰੰਜਨ ਵਿੱਚ ਬੈਠ ਕੇ ਕੀ ਕਰਦੀ ਸੀ ਸੋ ਪੈਣ ਤਰੰਜਨ ਦੇ ਵਿੱਚ ਬੈਠ ਕੇ ਕੀ ਕਰਦੀ ਸੀ ਉਹ ਸੂਤ ਕੱਤਦੀ ਸੀ ਸੋ ਪੈਣ ਤਰੰਜਨ ਦੇ ਵਿੱਚ ਬੈਠ ਕੇ ਕੀ ਕਰਦੀ ਸੀ ਸੂਤ ਕੱਤਦੀ ਸੀ ਜੇਕਰ ਆਪਾਂ ਪਹਿਲੇ ਦੀ ਗੱਲ ਕਰੀਏ ਤਾਂ ਫਰਸਟ ਲਾਈਨ ਦੇ ਵਿੱਚ ਹੀ ਲਿਖਿਆ ਹੋਇਆ ਵਾ ਪੈਣ ਤਰੰਜਨ ਵਿੱਚ ਬੈਠ ਕੇ ਸ਼ੌਪ ਆ ਕੇ ਬੜੀ ਰਾਤਾਂ ਜਾਂ ਤਗੜੇ ਸੂਤ ਜਿਹੜਾ ਉਹ ਕੱਤਿਆ ਕਰਦੀ ਸੀ ਸੂਤ ਕੱਤਿਆ ਕਰਦੀ ਸੀ ਠੀਕ ਹੈ ਜੀ ਸੋ ਸੂਤ ਕੱਤਿਆ ਕਰਦੀ ਸੀ ਇਹ ਹੋ ਚੁੱਕਿਆ ਨੈਕਸਟ ਆ ਗਿਆ ਜੀ ਕੁਐਸਚਨ ਸਕ੍ਰੀਨ ਦੇ ਉੱਤੇ ਭੈਣ ਸਮਾਤ ਦੇ ਜੋਤ ਕਦ ਬਾਲਦੀ ਸੀ ਸੋ ਇਹ ਵੀ ਜਿਹੜਾ ਲਿਖਿਆ ਹੋਇਆ ਹੈ ਆ ਭੈਣ ਸਮਾਤ ਦੇ ਜੋਤ ਜੋਤ ਆ ਜਿਹੜੀ ਉਹ ਕਦ ਬਾਲਦੀ ਸੀਗੀ ਸੋ ਜੇਕਰ ਆਪਾਂ ਗੱਲ ਕਰੀਏ ਤਾਂ ਇਹ ਵੀ ਪੈਰੇ ਦੇ ਵਿੱਚ ਆਪਾਂ ਨੂੰ ਮਿਲ ਜਾਂਦਾ ਕਿ ਭੈਣ ਜਿਹੜੀ ਜੋਤ ਆ ਉਹ ਬਾਲਦੀ ਸੀਗੀ ਜੀ 10ਵੀਂ ਵਾਲੇ ਦਿਨ ਠੀਕ ਹੈ 10ਵੀਂ ਵਾਲੇ ਦਿਨ ਵੀ ਜਿਹੜਾ ਵਿੱਚ ਲਿਖਿਆ ਹੈ ਪਹਿਲੇ ਦੇ ਵਿੱਚ ਆਉਂਦਾ ਹੈ ਜੇਕਰ ਤੁਸੀਂ ਦੇਖੋਗੇ ਪਹਿਰੇ ਨੂੰ ਧਿਆਨ ਦੇ ਨਾਲ ਤਾਂ 10ਵੀਂ ਲਿਖਿਆ ਤੁਹਾਨੂੰ ਜਿਹੜਾ ਉਹ ਮਿਲ ਜਾਵੇਗਾ ਨੈਕਸਟ ਆਜੋ ਜੀ ਆ ਭੈਣ ਦੇ ਕੀੜੀਆਂ ਦੇ ਭੌਣ ਉੱਤੇ ਭੌਣ ਤੇ ਕੀ ਸੁੱਟਿਆ ਸੀ ਸੋ ਇਹ ਵੀ ਜਿਹੜਾ ਲਿਖਿਆ ਉਹ ਮਿਲਦਾ ਹੈ ਜਿਗਰ ਅਪ ਗੱਲ ਕਰੀਏ ਤੇਲ ਤੇਲ ਤੇ ਚੌਲ ਤੇਲ ਤੇ ਚੌਲ ਪੈਣੇ ਕੀੜੀਆਂ ਦੇ ਭੌਣ ਦੇ ਉੱਪਰ ਕੀ ਸਟਿਆ ਸੀ ਤੇਲ ਤੇ ਚੌਲ ਸੱਤੇ ਸੀਗੇ ਸੋ ਇਹ ਵੀ ਜੇਕਰ ਆਪਾਂ ਗੱਲ ਕਰੀਏ ਤਾਂ ਪੈਰੇ ਦੇ ਵਿੱਚ ਜਿਹੜੇ ਤੇਲ ਦੇ ਜਿਹੜੇ ਚੌਲ ਆ ਉਹ ਮਿਲਦੇ ਨੇ ਠੀਕ ਹੈ ਜੀ ਤੇਲ ਤੇ ਚੌਲ ਤੇਲ ਤੇ ਚੌਲ ਜੇਕਰ ਆਪਾਂ ਗੱਲ ਕਰੀਏ ਤਾਂ ਇਹ ਲਿਖਿਆ ਹੋਇਆ ਜੀ ਤੇਲ ਤੇ ਚੌਲ ਕਿਰੇ ਸੰ ਉਸੀਆਂ ਕੀੜੀਆਂ ਦੇ ਭੌਣ ਉਤੇ ਤੇਲ ਚੌਲ ਕਿਰੇ ਸੰ ਠੀਕ ਹੈ ਜੀ ਨੈਕਸਟ ਜੇਕਰ ਆਪਾਂ ਗੱਲ ਕਰੀਏ ਤੇਲ ਤੇਲ ਚੌਲ ਤੋਂ ਬਾਅਦ ਕੋਸਨ ਹੈ ਜੈਸ ਸਕਰੀਨ ਦੇ ਫੁੱਲ ਬੇਲਾਂ ਬੂਟੇ ਕਿੱਥੇ ਪਾਏ ਜਾਂਦੇ ਸੋ ਫੁੱਲ ਬੇਲਾਂ ਬੂਟੇ ਜਿਹੜੇ ਉਹ ਕਿੱਥੇ ਪਾਏ ਜਾਂਦੇ ਆ ਜੇਕਰ ਇਹਨੂੰ ਆਪਾਂ ਗੱਲ ਕਰੀਏ ਤਾਂ 43 ਨੰਬਰ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਚਾਦਰਾਂ ਵਿੱਚ ਪਾਏ ਜਾਂਦੇ ਨੇ ਫੁੱਲ ਬੇਲਾਂ ਬੂਟੇ ਕਿੱਥੇ ਪਾਏ ਜਾਂਦੇ ਨੇ ਚਾਦਰਾਂ ਦੇ ਵਿੱਚ ਪਾਏ ਜਾਂਦੇ ਨੇ ਫੁੱਲ ਬੇਲਾਂ ਬੂਟੇ ਸੋ ਇਹਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਤਾਂ ਫਰਸਟ ਪੈਰੇ ਦੇ ਵਿੱਚ ਜੇਕਰ ਤੁਸੀਂ ਗੱਲ ਕਰੋਗੇ ਤਾਂ ਚਾਦਰਾਂ ਆਗੀਆਂ ਨੇ ਚਾਦਰਾਂ ਠੀਕ ਹੈ ਚਾਦਰਾਂ ਉੱਤੇ ਰੇਸ਼ਮੀ ਰੰਗ ਦਾ ਲਛਿਆਨਾ ਫੁੱਲ ਵੇਲਾਂ ਬੂਟੇ ਪਾਉਂਦੀ ਸੀ ਸੋ ਨੈਕਸਟ ਆ ਗਿਆ ਜੀ ਕੁਐਸਚਨ ਜਿਹੜਾ ਸਕਰੀਨ ਦੇ ਉੱਪਰ ਹੈ 44 ਦੀ ਆਪਾਂ ਗੱਲ ਕਰੀਏ ਬੇਬੇ ਦੇ ਪੁਰਾਣੇ ਸੰਦੂਕ ਨੂੰ ਕਿਸ ਨਾਲ ਭਰਿਆ ਗਿਆ ਸੋ ਬੇਬੇ ਦੇ ਪੁਰਾਣੇ ਸੰਦੂਕ ਨੂੰ ਕਿਸ ਦੇ ਨਾਲ ਭਰਿਆ ਗਿਆ ਸੋ ਦਰੀਆਂ ਦੇ ਨਾਲ ਭਰਿਆ ਸੋ ਦਰੀਆਂ ਆਵੇਗਾ ਤੇ ਸੈਕਿੰਡ ਬੇਬੇ ਦੇ ਪੁਰਾਣੇ ਸੰਦੂਖ ਨੂੰ ਕਿਸ ਨਾਲ ਭਰਿਆ ਗਿਆ ਦਰੀਆਂ ਦੇ ਨਾਲ ਭਰਿਆ ਗਿਆ ਤੇ ਇਹਨੂੰ ਵੀ ਜੇਕਰ ਆਪਾਂ ਗੱਲ ਕਰੀਏ ਤਾਂ ਸੈਕਿੰਡ ਨੰਬਰ ਦੀ ਅ ਇੱਥੇ ਵੀ ਜੇਕਰ ਆਪਾਂ ਗੱਲ ਕਰੀਏ ਤਾਂ ਦਰੀਆਂ ਹਨ ਠੀਕ ਹੈ ਬੇਬੇ ਦੇ ਪੁਰਾਣੇ ਸੰਦੂਖ ਨੂੰ ਦੇਖੋ ਪੂਰੀ ਦੀ ਪੂਰੀ ਸਟੇਟਮੈਂਟ ਹੀ ਪਈ ਹੈ ਬੇਬੇ ਦੇ ਪੁਰਾਣੇ ਸੰਦੂਖ ਨੂੰ ਉਸ ਦਰੀਆਂ ਦੇ ਨਾਲ ਜਿਹੜਾ ਉਹ ਭਰ ਦਿੱਤਾ ਸੀਗਾ ਅ ਠੀਕ ਹੈ ਜੀ ਨੈਕਸਟ ਆਜੋ ਜੀ ਕਵੈਸਚਨ ਆ ਗਿਆ ਜੀ ਸਕਰੀਨ ਦੇ ਉੱਪਰ ਲਾਸਟ ਜਿਹੜਾ ਕੁਐਸਚਨ ਆ ਗਿਆ ਜੀ ਇਹਦਾ ਪੈਣ ਕਿੰਨੇ ਮਿੰਟ ਦੇ ਵਿੱਚ ਰੋਟੀ ਲਾ ਸਕਦੀ ਸੀ ਸੋ ਇਹ ਵੀ ਜਿਹੜਾ ਕੁਐਸਚਨ ਆ ਕੰਪਲੀਟ ਦਾ ਕੰਪਲੀਟ ਹੀ ਵਿੱਚ ਪਿਆ ਸੈਕਿੰਡ ਪੈਰੇ ਦੇ ਵਿੱਚ ਤਾਂ 5 ਮਿੰਟ ਦੇ ਵਿੱਚ ਜਿਹੜੀ ਰੋਟੀ ਆ ਪੈਣ ਆ ਉਹ ਲਾ ਸਕਦੀ ਸੀ 5 ਮਿੰਟ ਦੇ ਵਿੱਚ ਇਹ ਵੀ ਤਾਂ ਨੋਪੈਰੇ ਦੇ ਵਿੱਚ ਇਦਾਂ ਹੀ ਲਿਖਿਆ ਹੋਇਆ ਉਹ ਮਿਲੇਗਾ ਸੈਕਿੰਡ ਨੰਬਰ ਜਿਹੜਾ ਪੈਰਾ ਹੈ ਉਹਦੇ ਵਿੱਚ ਲਿਖਿਆ ਹੋਇਆ ਮਿਲੇਗਾ ਸੈਕਿੰਡ ਨੰਬਰ ਵਾਲਾ ਪੈਰਾ ਆ 5 ਮਿੰਟ ਠੀਕ ਹੈ ਜੀ 5 ਮਿੰਟ ਠੀਕ ਹੈ ਜੀ ਉਹ ਕਹਿੰਦੀ ਸੀ ਕਿ ਮੈਂ ਤੁਰੇ ਜਾਂਦੇ ਸਵਾਰ ਲਈ 5 ਮਿੰਟ ਦੇ ਵਿੱਚ ਜਿਹੜੀ ਰੋਟੀ ਆ ਉਹ ਲਾ ਸਕਦੀ ਹਾਂ ਠੀਕ ਹੈ 5 ਮਿੰਟ ਦੇ ਵਿੱਚ ਰੋਟੀ ਲਾ ਸਕਦੀ ਹਾਂ ਸੋ ਇਸ ਸੀਗਾ ਜੀ ਆਪਣਾ ਜਿਹੜਾ ਪੈਰਾਸਿਗਰਾਫ ਸੀਗਾ ਜੀ ਸਤੰਬਰ 2016 ਦੇ ਵਾਲਾ ਸਤੰਬਰ 2016 ਦੇ ਵਾਲਾ ਜੀ ਪੈਰਾਗ੍ਰਾਫ ਆਪਣਾ 6 ਨੰਬਰ ਕੰਪਲੀਟ ਹੋ ਗਿਆ ਤੇ ਹੁਣ ਆਪਾਂ ਜਿਹੜਾ ਸਟਾਰਟ ਆ ਉਹ ਕਰਨ ਲੱਗੇ ਆ ਪੈਰਾਗ੍ਰਾਫ ਨੰਬਰ 7 ਹੈ ਜੀ ਪੈਰਾਗ੍ਰਾਫ ਨੰਬਰ 7 ਨੂੰ ਫਰਵਰੀ 2018 ਵਾਲਾ ਇਹਨੂੰ ਆਪਾਂ ਜਿਹੜਾ ਸਟਾਰਟ ਹੈ ਜੀ ਉਹ ਕਰਦੇ ਆ ਫਰਵਰੀ 2018 ਤੇ ਇਸ ਤੋਂ ਇਲਾਵਾ ਆਪਣੇ ਜਿਹੜੇ بس 4 ਹੀ ਹੁਣ ਜਿਹੜੇ ਪੈਂਡਿੰਗ ਐ 7 8 9 10 ਇਹਨੂੰ ਆਪਾਂ ਜਿਹੜਾ ਰੀਡ ਆ ਪਹਿਰੇ ਨੂੰ ਸਭ ਤੋਂ ਪਹਿਲਾਂ ਕਰਦੇ ਹਾਂ ਉਸ ਤੋਂ ਬਾਅਦ ਆਪਾਂ ਇਹਦੇ ਕੁਐਸਚਨ ਸੋਲਵ ਕਰਾਂਗੇ ਹੇਠ ਲਿਖੇ ਪੈਰੇ ਨੂੰ ਧਿਆਨ ਦੇ ਨਾਲ ਪੜੋ ਅਤੇ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ 53 ਤੋਂ ਲੈ ਕੇ 60 ਲੰਡਨ ਦਾ ਅੰਮ੍ਰਿਤ ਵੇਲਾ ਕੋਈ ਨਹੀਂ ਲੰਡਨ ਦਾ ਅੰਮ੍ਰਿਤ ਵੇਲਾ ਕੋਈ ਨਹੀਂ ਪੂਰਬ ਅਤੇ ਪੱਛਮ ਦੇ ਆਚਰਣ ਦਾ ਇਸ ਗੱਲ ਵਿੱਚ ਬੜਾ ਫਰਕ ਹੈ ਕਿ ਪੂਰਬ ਵਾਲਾ ਸਵੇਰ ਦਾ ਸਮਾਂ ਬੜਾ ਉੱਦਮ ਤੇ ਦੇਵੀ ਸਮਝ ਕੇ ਉਸ ਨੂੰ ਆਪਣੇ ਆਪਣੇ ਨਿਸ਼ਚੇ ਅਨਸਾਰ ਪਰਮੇਸ਼ਰ ਦੀ ਪੂਜਾ ਤੇ ਆਤਮ ਸ਼ਕਤੀ ਦੜਾਉਣ ਵਿੱਚ ਲਗਾਉਂਦੇ ਹਨ ਪਰ ਪੱਛਮ ਵਿੱਚ ਇਹ ਗੱਲ ਉੱਕੀ ਹੀ ਅਲੋਪ ਜਾਪਦੀ ਹੈ ਹਿੰਦੁਸਤਾਨ ਦੇ ਸ਼ਹਿਰਾਂ ਤੇ ਪਿੰਡਾਂ ਵਿੱਚ ਅਜਿਹਾ ਨਿਜਾ ਸਥਾਉ ਨਹੀਂ ਹੋਵੇਗਾ ਜਿੱਥੋਂ ਵਸੋ ਅਨਸਾਰ ਬਾਲੇ ਜਾਂ ਥੋੜੇ ਬੰਦੇ ਨਹੀਂ ਹੋਣਗੇ ਜੋ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ ਤੇ ਪੂਜਾ ਪਾਠ ਪੂਜਾ ਪਾਠ ਵਿੱਚ ਕੋਈ ਸਮਾਂ ਨਾ ਬਿਤਾਉਣ ਹਿੰਦਿਆਂ ਦੀ ਰੋਜ਼ ਦੀ ਜ਼ਿੰਦਗੀ ਦਾ ਦਾ ਇਹ ਇੱਕ ਵਿਸ਼ੇਸ਼ ਚਿੰਨ ਹੈ ਕਿ ਛੋਟੇ ਪਿੰਡ ਵਿੱਚ ਵੀ ਦੋ ਚਾਰ ਬੰਦੇ ਅਜੇ ਹੋਣਗੇ ਜੋ ਸੂਰਜ ਚੜ੍ਹਨ ਤੋਂ ਪਹਿਲਾਂ ਨੀਂਦਰਾ ਤਿਆ ਕੇ ਸੋਚੋ ਕਿ ਰੱਬ ਦੀ ਉਪਾਸਨਾ ਕਰਦੇ ਹਨ ਪਰ ਜਿੱਥੋਂ ਤੱਕ ਮੈਨੂੰ ਦੱਸਿਆ ਹੈ ਲੰਡਨ ਵਿੱਚ ਇਹ ਗੱਲ ਉੱਕੀ ਹੀ ਨਹੀਂ ਹੈ ਇੱਕ ਤਾਂ ਸਵੇਰੇ ਉੱਠਣਾ ਇਨਾਂ ਵਾਸਤੇ ਬੜਾ ਔਖਾ ਹੈ ਕਿਉਂਕਿ ਰਾਤ ਨੂੰ ਸ਼ੇਤੀ ਨਹੀਂ ਸੌਂਦੇ ਦੂਜੇ ਅੰਮ੍ਰਿਤ ਵੇਲੇ ਦੇ ਅਸ਼্নান ਦਾ ਉਹ ਆਤਮਿਕਾ ਆਰਬ ਅਰਥ ਇਹਨਾਂ ਨੂੰ ਨਹੀਂ ਪਾਸਿਆ ਜੋ ਸਾਨੂੰ ਹੈ ਤੇ ਨਾ ਹੀ ਉਸ ਸਮੇਂ ਨੂੰ ਨਾਮ ਜਪਣ ਜਾਂ ਧਿਆਨ ਕਰਨ ਲਈ ਵਰਤਣਾ ਇੰਨਾ ਪਾਣੀ ਜ਼ਰੂਰੀ ਹੈ ਜੋ ਲੋਕ ਉੱਠਦੇ ਵੀ ਹਨ ਕੇਵਲ ਜਾਂ ਤਾਂ ਧੰਧਿਆ ਕਰਕੇ ਜਾਂ ਆਰੋਗਤਾ ਦੇ ਨਿਯਮਾਂ ਦੀ ਪਾਲਣਾ ਲਈ ਸਵੇਰੇ ਸਾਰ ਸਰੀਰ ਕਸਰਤ ਕਰਕੇ ਜਾਂ ਆਰੋਗਤਾ ਦੇ ਨਿਯਮਾਂ ਦੀ ਪਾਲਣਾ ਲਈ ਸਵੇਰੇ ਸਾਰ ਸਰੀਰ ਕਸਰਤ ਕਰਨ ਲਈ ਤੇ ਉਹ ਵੀ ਸੂਰਜ ਚੜ੍ਹਨ ਤੋਂ ਪਹਿਲਾਂ ਤਾਂ ਉੱਕਾ ਹੀ ਨਹੀਂ ਉੱਠਦੇ ਸਾਡੇ ਛੋਟੇ ਛੋਟੇ ਸ਼ਹਿਰਾਂ ਵਿੱਚ ਵੀ ਅੰਮ੍ਰਿਤ ਵੇਲੇ ਖੂਹਾਂ ਉੱਤੇ ਢੋਲਾਂ ਦਾ ਖੜਕਣਾ ਬਾਣੀ ਦੇ ਪਾਠ ਦੀ ਆਵਾਜ਼ ਮੰਦਰਾ ਵਿੱਚ ਫੁੱਲਾਂ ਦਾ ਚੜਾਉਣਾ ਮੁਲਾ ਮੁਲਾਨੀਆਂ ਦੀ ਬਾਗ ਸੁਨੰਦੀ ਹੈ ਅਤੇ ਖਾਸਾ ਖੜਕਾ ਦੜਕਾ ਹੁੰਦਾ ਹੈ ਪਰ ਲੰਧਨ ਜਿਹੜੇ ਸ਼ਹਿਰ ਵਿੱਚ ਸੂਰਜ ਚੜਨ ਤੋਂ ਇੱਕ ਘੰਟਾ ਪਿੱਛੇ ਤੱਕ ਵੀ ਇੱਕ ਅਜਬ ਤੇ ਸ਼ਮ ਸ਼ਾਨ ਭੂਮੀ ਵਾਲੀ ਚੁੱਪ ਵਰਤ ਰਹੀ ਹੁੰਦੀ ਹੈ ਪੱਲੇ ਪੱਲੀ ਵਿੱਚ ਸਭਨੀ ਪਾਸੇ ਕੂਕ ਸੁਣਨ ਲੱਗ ਪੈਂਦੀ ਹੈ ਕਿਉਂਕਿ ਗੱਡੀਆਂ ਬੱਸਾਂ ਆਪਣੇ ਵਕਤ ਅਨੁਸਾਰ ਅੱਡਿਆਂ ਤੋਂ ਤੁਰ ਪੈਂਦੀਆਂ ਹਨ ਅਤੇ ਲੋਕ ਵੀ ਨਿਕਲ ਪੈਂਦੇ ਹਨ ਸਭ ਤੋਂ ਸਵੇਰੇ ਉੱਠਣ ਵਾਲਿਆਂ ਵਿੱਚ ਉਹ ਨਿੱਕੇ ਨਿੱਕੇ ਸ਼ੋਰ ਹਨ ਜੋ ਖ਼ਬਾਰਾਂ ਦੇ ਥੱਬੇ ਲੈ ਕੇ ਘਰ-ਘਰ ਦਰਵਾਜ਼ੇ ਦੀ ਵਿਰਲ ਵਿੱਚ ਦੀ ਗਾਕਾਂ ਦੇ ਅੰਦਰ ਛੁੱਟ ਜਾਂਦੇ ਹਨ ਅਸੀਂ ਤਾਂ ਧਿਆਨ ਵਿੱਚ ਸਵਲ ਦਾ ਹਾਸਲ ਕਰਨ ਲਈ ਰੱਬ ਅਗੇ ਪ੍ਰਾਰਥਨਾ ਕਰਨ ਨੂੰ ਇੱਕ ਜ਼ਰੂਰੀ ਅੰਗ ਸਮਝਦੇ ਹਾਂ ਪਰ ਇਹ ਲੋਕ ਆਪਣੇ ਬਾਲਤ ਤੇ ਸ਼ਕਤੀ ਨਾਲ ਸਵਲ ਦਾ ਹਾਸਲ ਕਰਨ ਦਾ ਵਿਸ਼ਵਾਸ ਰੱਖਦੇ ਹਨ ਸੋ ਇਹਨਾਂ ਦੇ ਹੁਣ ਆਪਾਂ ਜਿਹੜੇ ਕੁਐਸਚਨ ਆ ਸੋਲਵ ਕਰਾਂਗੇ ਲੰਡਨ ਦਾ ਅੰਮ੍ਰਿਤ ਵੇਲਾ ਕਿਹੜਾ ਹੈ ਸੋ ਲੰਡਨ ਦਾ ਅੰਮ੍ਰਿਤ ਵੇਲਾ ਕਿਹੜਾ ਹੈ ਜੇਕਰ ਆਪਾਂ ਪਹਿਲੇ ਨੂੰ ਪੜ੍ਹੀਏ ਤਾਂ ਕੋਈ ਨਹੀਂ ਠੀਕ ਹੈ ਜੀ ਲੰਡਨ ਦਾ ਅੰਮ੍ਰਿਤ ਵੇਲਾ ਕਿਹੜਾ ਹੈ ਕੋਈ ਨਹੀਂ ਜੇਕਰ ਆਪਾਂ ਪਹਿਲੇ ਦੀ ਗੱਲ ਕਰੀਏ ਤਾਂ ਫਰਸਟ ਲਾਈਨ ਲਾਈਨ ਦੇ ਵਿੱਚ ਜਿਹੜੀ ਇਹ ਗੱਲ ਪਈ ਹੈ ਲੰਡਨ ਦਾ ਅੰਮ੍ਰਿਤ ਵੇਲਾ ਜਿਹੜਾ ਉਹ ਕੋਈ ਨਹੀਂ ਠੀਕ ਹੈ ਜੀ ਲੰਡਨ ਦਾ ਅੰਮ੍ਰਿਤ ਵੇਲਾ ਕੋਈ ਹੀ ਨਹੀਂ ਠੀਕ ਹੈ ਜੀ ਸੀ ਆਪਸ਼ਨ ਬਿਲਕੁਲ ਕਰੈਕਟ ਹੈ ਨੈਕਸਟ ਸਟੈਪ ਕਰੀਏ ਲੰਡਨ ਦੇ ਲੋਕ ਕਿਸ ਕਿਸ ਕਰਕੇ ਸਵੇਰੇ ਉੱਠਦੇ ਨੇ ਸੋ ਲੰਡਨ ਦੇ ਲੋਕ ਕਿਸ ਕਰਕੇ ਸਵੇਰੇ ਉੱਠਦੇ ਨੇ ਜੇਕਰ ਆਪਾਂ ਗੱਲ ਕਰੀਏ ਤਾਂ ਤਾਂ ਉਹ ਕੰਮ ਕਰਨ ਦੇ ਲਈ ਉੱਠਦੇ ਨੇ ਠੀਕ ਆ ਪੂਜਾ ਕਰਨ ਦੇ ਲਈ ਨਹੀਂ ਉੱਠਦੇ ਲੰਡਨ ਦੇ ਜਿਹੜੇ ਲੋਕ ਨੇ ਸਿਰਫ ਤੇ ਸਿਰਫ ਜਿਹੜਾ ਪੂਜਾ ਕਰਨ ਦੇ ਲਈ ਜਿਹੜੇ ਸਵੇਰੇ ਆ ਉਹ ਉੱਠਦੇ ਨੇ ਨੈਕਸਟ ਜੇਕਰ ਆਪਾਂ ਗੱਲ ਕਰੀਏ ਤਾਂ ਸਕਰੀਨ ਦੇ ਉੱਪਰ ਹੈ ਹਿੰਦਿਆਾਂ ਦੀ ਜ਼ਿੰਦਗੀ ਦਾ ਵਿਸ਼ੇਸ਼ ਚਿੰਨ ਕਿਹੜਾ ਹੈ ਸੋ ਹਿੰਦਿਆਾਂ ਦੀ ਜ਼ਿੰਦਗੀ ਦਾ ਵਿਸ਼ੇਸ਼ ਚਿੰਨ ਹੈ ਉਹ ਕਿਹੜਾ ਹੈ ਸੋ so, 55 ਦੀ ਆਪਾਂ ਗੱਲ ਕਰੀਏ ਤਾਂ ਬਿਲਕੁਲ ਜਿਹੜੀ ਕਰੈਕਟ ਆਪਸ਼ਨ ਹੈ ਉਹ ਏ ਹੈ ਨਿੰਦਰਾ ਤਿਆ ਕੇ ਰੱਬ ਦਾ ਨਾਮ ਜਪਣਾ ਨਿੰਦਰਾ ਤਿਆ ਕੇ ਰੱਬ ਦਾ ਨਾਮ ਜਪਣਾ ਹਿੰਦਿਆਨੀ ਜ਼ਿੰਦਗੀ ਦਾ ਵਿਸ਼ੇਸ਼ ਚਿੰਨ੍ਹ ਕਿਹੜਾ ਹੈ ਨਿੰਦਰਾ ਤਿਆ ਕੇ ਰੱਬ ਦਾ ਨਾਮ ਜਪਣਾ ਸੋ 55 ਦੀ ਗੱਲ ਕਰੀਏ ਤਾਂ ਇਹ ਆਜੰਦਾ ਦੀ ਸੈਕਿੰਡ ਨੰਬਰ ਜਿਹੜਾ ਪੈਰਾ ਹੈ ਇਹਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਤਾਂ 3rd ਲਾਈਨ ਹੈ ਜੀ ਲਿਖੀ ਹੋਈ ਹੈ ਨਿੰਦਰਾ ਤਿਆ ਕੇ ਕੇ ਸੋਚੋ ਕਿ ਰੱਬ ਦੀ ਉਪਾਸਨਾ ਕਰਦੇ ਹਨ ਠੀਕ ਹੈ ਜੀ ਸੂਰਜ ਚੜਨ ਤੋਂ ਪਹਿਲਾਂ ਕੀ ਕਹਿੰਦੇ ਨੇ ਇੰਦਰਾ ਤੇ ਆ ਕੇ ਰੱਬ ਦਾ ਨਾਮ ਜਪਣਾ ਨੈਕਸਟ ਆ ਗਿਆ 255 ਨੰਬਰ ਸਕਰੀਨ ਦੇ ਉੱਪਰ ਆ ਲੰਡਨ ਵਿੱਚ ਸੂਰਜ ਚੜਨ ਤੋਂ ਬਾਅਦ ਕੋਈ ਸਮਾਂ ਕਹੋ ਜਿਆ ਮਹੌਲ ਰਹਿੰਦਾ ਹੈ ਲੰਡਨ ਵਿੱਚ ਲੰਡਨ ਲੰਡਨ ਵਿੱਚ ਸੂਰਜ ਚੜਨ ਤੋਂ ਬਾਅਦ ਕੋਈ ਸਮਾਂ ਕਹੋ ਜਿਆ ਲੰਡਨ ਵਿੱਚ ਸੂਰਜ ਚੜਨ ਤੋਂ ਬਾਅਦ ਕੋਈ ਸਮਾਂ ਕਹੋ ਜਿਆ ਮਹੌਲਾ ਹੋ ਰਿਹਾ ਹੈ ਸੂਚ 55 ਦੀ ਗੱਲ ਕਰੀਏ ਤਾਂ ਬੀ ਆਪਸ਼ਨ ਬਿਲਕੁਲ ਕਰੈਕਟ ਹੈ ਜੀ ਸ਼ਮਸ਼ਾਨ ਭੂਮੀ ਵਾਲੀ ਚੋਪ ਵਰਤ ਜਾਂਦੀ ਹੈ ਠੀਕ ਹੈ ਜੀ ਲੰਡਨ ਵਿੱਚ ਸੂਰਜ ਚੜਨ ਤੋਂ ਬਾਅਦ ਕੋ ਸਮਾ ਕੋਹਾ ਜਮ ਮੌਲ ਰਹਿੰਦਾ ਹੈ ਤਾਂ ਕੀ ਹੈ ਜੀ ਸ਼ਮਸ਼ਾਨ ਭੂਮੀ ਵਾਲੀ ਜਿਹੜੀ ਚੋਪ ਹੈ ਜੀ ਉਹ ਜਿਹੜੀ ਹੈ ਵਰਤ ਹੈ ਉਹ ਜਾਂਦੀ ਹੈ ਸੋ 56 56 ਇਹਦੀ ਇੰਨਾ ਜੇਕਰ ਆਪਾਂ ਗੱਲ ਕਰੀਏ ਸੈਕਿੰਡ ਪੈਰੇ ਦੇ ਵਿੱਚ ਹੀ ਲਾਸਟ ਤੇ ਜਿਹੜਾ ਲਿਖਿਆ ਹੋਇਆ ਹੈ ਇਦਾਂ ਹੀ ਤੁਸੀਂ ਜਦੋਂ ਵੀ ਐਗਜ਼ਾਮ ਕਰਨਾ ਤਾਂ ਇੱਥੋਂ ਹੀ ਤੁਸੀਂ ਜਿਹੜਾ ਵਿੱਚੋਂ ਹੀ ਲੱਭ ਲੈਣਾ ਕੁਝ ਕਾਮਨ ਸੈਂਸ ਤੇ ਵੀ ਡਿਪੈਂਡ ਕਰਕੇ ਸ਼ਮਸ਼ਾਨ ਭੂਮੀ ਵਾਲੀ ਜਿਹੜੀ ਚੁੱਪ ਆ ਉਹ ਵਰਤ ਰਹੀ ਹੁੰਦੀ ਹੈ ਠੀਕ ਹੈ ਪੈਰੇ ਦੇ ਵਿੱਚੋਂ ਹੀ ਤੁਹਾਨੂੰ ਸਾਰਾ ਕੁਝ ਜਿਹੜਾ ਉਹ ਮਿਲ ਜਾਵੇਗਾ ਉਸ ਤੋਂ ਬਾਅਦ ਆ ਗਿਆ ਜੀ 57 ਨੰਬਰ ਸਕਰੀਨ ਦੇ ਉੱਪਰ ਜਿਹੜਾ ਸ਼ੋਅ ਹੈ ਉਹ ਹੋ ਰਿਹਾ ਘਰ ਵਿੱਚ ਅਖਬਾਰਾਂ ਕੌਣ ਸੁੱਟ ਕੇ ਜਾਂਦੇ ਹਨ ਸੋ ਘਰ ਦੇ ਵਿੱਚ ਅਖਬਾਰਾਂ ਕੌਣ ਸੁੱਟ ਕੇ ਜਾਂਦੇ ਨੇ ਨਿੱਕੇ ਨਿੱਕੇ ਮੁੰਡੇ ਘਰ ਦੇ ਵਿੱਚ ਅਖਬਾਰਾਂ ਕੌਣ ਸੁੱਟ ਕੇ ਜਾਂਦੇ ਨੇ ਨਿੱਕੇ ਨਿੱਕੇ ਮੁੰਡੇ ਜੇਕਰ ਇਹ ਵੀ ਤੁਸੀਂ ਗੱਲ ਕਰੋਗੇ 57 ਨੰਬਰ ਦੀ ਤਾਂ ਇਹ ਬਿਲਕੁਲ ਹੀ ਜਿਹੜਾ ਉੱਪਰ ਜਾ ਕੇ ਅਵੇਗਾ ਜੀ ਨਿੱਕੇ ਨਿੱਕੇ ਸ਼ੋਰ ਸ਼ੋਰ ਠੀਕ ਹੈ ਜੀ ਨਿੱਕੇ ਨਿੱਕੇ ਸ਼ੋਰ ਸ਼ੋਰ ਦਾ ਮਤਲਬ ਨਿੱਕੇ ਨਿੱਕੇ ਮੁੰਡੇ ਠੀਕ ਹੈ ਜੀ ਅ ਨੈਕਸਟ ਆ ਗਿਆ ਜੀ 58 ਨੰਬਰ ਸਕਰੀਨ ਦੇ ਉੱਪਰ ਹੈ ਸੋ ਇਹ ਵੀ ਹੋ ਚੁੱਕਿਆ ਵਾ ਜਿੱਕੇ ਟਿੱਕੇ ਮੁੰਡੇ ਦੇ ਬਾਰੇ ਲੇਖਕ ਕੀ ਕਹਿਣਾ ਚਾਹੁੰਦਾ ਹੈ ਸੋ ਲੇਖਕ ਕੀ ਕਹਿਣਾ ਚਾਹੁੰਦਾ ਹੈ 58 ਦੀ ਆਪਾਂ ਗੱਲ ਕਰੀਏ ਲੇਖਕਾ ਉਹ ਕੀ ਕਹਿਣਾ ਚਾਹੁੰਦਾ ਹੈ ਤਾਂ ਬੀ ਆਪਸ਼ਨ ਹੈ ਲੇਖਕ ਇਹ ਕਹਿਣਾ ਚਾਹੁੰਦਾ ਜੀ ਕੰਮ ਨੂੰ ਪੂਜਾ ਪੂਜਾ ਸਮਝ ਲੈ ਸੋ ਲੇਖਕ ਕੀ ਕਹਿਣਾ ਚਾਹੁੰਦਾ ਹੈ ਕੰਮ ਨੂੰ ਪੂਜਾ ਸਮਝ ਲੈ ਕੰਮ ਨੂੰ ਪੂਜਾ ਸਮਝ ਲੈ ਹਿਨਕਸਾ ਗਏ ਸਕਰੀਨ ਦੇ ਉੱਪਰ ਅਸੀਂ ਸਫਲਤਾ ਹਾਸਲ ਕਰਨ ਲਈ ਅਸੀਂ ਅਸੀਂ ਸਫਲਤਾ ਹਾਸਲ ਕਰਨ ਲਈ ਕਿਸ ਵਿੱਚ ਵਿਸ਼ਵਾਸ ਰੱਖਦੇ ਹਾਂ ਅਸੀਂ ਸਫਲਤਾ ਹਾਸਲ ਕਰਨ ਲਈ ਕਿਸ ਵਿੱਚ ਜਿਹੜਾ ਵਿਸ਼ਵਾਸ ਹੈ ਉਹ ਰੱਖਦੇ ਹਾਂ 59 ਦੀ ਗੱਲ ਕਰੀਏ ਦਾ ਰੱਬ ਅੱਗੇ ਪ੍ਰਾਰਥਨਾ ਠੀਕ ਹੈ ਜੀ ਅਸੀਂ ਸਫਲਤਾ ਹਾਸਲ ਕਰਨ ਲਈ ਕਿਸ ਵਿੱਚ ਵਿਸ਼ਵਾਸ ਰੱਖਦੇ ਹਾਂ ਰੱਬ ਅੱਗੇ ਪ੍ਰਾਰਥਨਾ ਸੋ ਇਹ ਵੀ ਜੇਕਰ ਆਪਾਂ ਗੱਲ ਕਰੀਏ 59 ਦੀ ਤਾਂ 59 ਦੀ ਗੱਲ ਕਰੀਏ ਤਾਂ ਜਿਹੜਾ ਸੈਕਿੰਡ ਨੰਬਰ ਪੈਰਾ ਉਹਦੇ ਵਿੱਚ ਤੁਸੀਂ ਲਾਸਟ ਤੇ ਉੱਪਰ ਦੇਖੋਗੇ ਜੀ ਉਹਦੇ ਵਿੱਚੋ ਹੀ ਆ ਜਾਣਾ ਜੀ ਆ ਰੱਬ ਅੱਗੇ ਪ੍ਰਾਰਥਨਾ ਠੀਕ ਹੈ ਰੱਬ ਅੱਗੇ ਪ੍ਰਾਰਥਨਾ ਕਰਨ ਵਿੱਚ ਜਿਹੜਾ ਵਿਸ਼ਵਾਸ ਹੈ ਉਹ ਰੱਖਦੇ ਹਾਂ ਨੈਕਸਟ ਆ ਗਿਆ ਜੀ ਆ ਕੁਐਸਚਨ ਆ ਸਕਰੀਨ ਦੇ ਉੱਪਰ ਲੰਡਨ ਦੇ ਲੋਕ ਸਫਲਤਾ ਹਾਸਲ ਕਰਨ ਲਈ ਕਿਸ ਵਿੱਚ ਵਿਸ਼ਵਾਸ ਰੱਖਦੇ ਹਨ ਸੋ ਲੰਡਨ ਦੇ ਲੋਕ ਸਫਲਤਾ ਹਾਸਲ ਕਰਨ ਲਈ ਕਿਸ ਵਿੱਚ ਵਿਸ਼ਵਾਸ ਰੱਖਦੇ ਹਨ ਬਲ ਅਤੇ ਸ਼ਕਤੀ ਲੰਡਨ ਦੇ ਲੋਕ ਲੰਡਨ ਦੇ ਲੋਕ ਸਫਲਤਾ ਹਾਸਲ ਕਰਨ ਲਈ ਕਿਸ ਵਿੱਚ ਜਿਹੜਾ ਵਿਸ਼ਵਾਸ ਹੈ ਉਹ ਰੱਖਦੇ ਹਨ ਸੋ ਲੰਡਨ ਦੇ ਲੋਕ ਸਫਲਤਾ ਹਾਸਲ ਕਰਨ ਲਈ ਕਿਸ ਵਿੱਚ ਵਿਸ਼ਵਾਸ ਰੱਖਦੇ ਹਨ ਬਲ ਅਤੇ ਸ਼ਕਤੀ ਡੀ ਬਲ ਅਤੇ ਸ਼ਕਤੀ ਸੱਤ ਠੀਕ ਹੈ 60 ਨੰਬਰ ਇਹਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਤਾਂ ਲਾਸਟ ਤੇ ਜਿਹੜਾ ਪੈਰਾ ਹੈ ਠੀਕ ਹੈ ਇਹਦੇ ਵਿੱਚ ਹੀ ਲਾਸਟ ਵਾਲੀ ਲਾਈਨ ਲਾਈਨ ਜੇਕਰ ਤੁਸੀਂ ਰੀਡਗਾ ਉਹ ਕਰੋਗੇ ਪਰ ਇਹ ਲੋਕ ਆਪਣੇ ਬਾਲ ਅਤੇ ਸ਼ਕਤੀ ਦੇ ਨਾਲ ਜਿਹੜੀ ਸਫਲਤਾ ਹਾਸਲ ਕਰਨ ਵਿੱਚ ਜਿਹੜਾ ਵਿਸ਼ਵਾਸ ਹੈ ਉਹ ਰੱਖਦੇ ਨੇ ਬਾਲ ਅਤੇ ਸ਼ਕਤੀ ਠੀਕ ਹੈ ਜੀ ਸੋ ਇਹ ਹੈਗਾ ਜੀ ਪੈਰਾਗ੍ਰਾਫ ਨੰਬਰ 7 ਇਹ ਵੀ ਕੰਪਲੀਟ ਹੋ ਗਿਆ ਕਿ ਹੁਣ ਆਪਾਂ ਜਿਹੜਾ ਸਟਾਰਟ ਹੈ ਜੀ ਉਹ ਕਰਨ ਚੱਲਨੇ ਆ ਉਹ ਕਰਨ ਲੱਗਿਆ ਜੀ ਪੈਰਾਗ੍ਰਾਫ ਨੰਬਰ 8 ਪੈਰਾਗ੍ਰਾਫ ਨੰਬਰ 8 ਜਨਵਰੀ 2020 ਦਾ ਠੀਕ ਹੈ ਇਹਨੂੰ ਆ ਜਿਹੜਾ ਸਟਾਰਟ ਹੈ ਉਹ ਕਰਨ ਜਾ ਰਹੇ ਆ ਜਨਵਰੀ 2020 ਦਾ ਪੈਰਾਗ੍ਰਾਫ ਨੰਬਰ 8 ਤੇ ਇੰਡੀਆ ਆਪਾਂ ਜਿਹੜਾ ਹੈ ਪੈਰਾ ਇਹਨੂੰ ਰੀਡ ਕਰਦੇ ਆ ਤੇ ਇੰਡੀਆ ਆਪਾਂ ਜਿਹੜੇ ਕੁਐਸਚਨ ਹੈ ਉਹ ਆਪਾਂ ਰੀਡ ਉਹ ਕਰਦੇ ਆ ਸੋ ਮੁੱਖ ਤੌਰ ਤੇ ਲੋਕ ਤਿੰਨ ਪ੍ਰਕਾਰ ਦੇ ਹੁੰਦੇ ਨੇ ਮੁੱਖ ਤੌਰ ਤੇ ਜੇਕਰ ਆਪ ਗੱਲ ਕਰੀਏ ਤਾਂ ਲੋਕ ਆ ਜਿਹੜੇ ਤਿੰਨ ਪ੍ਰਕਾਰ ਦੇ ਹੁੰਦੇ ਨੇ ਪਹਿਲੀ ਕਿਸਮ ਦੇ ਸੁਪਨ ਸਾਜ ਹੁੰਦੇ ਨੇ ਇਹ ਵੱਡੀਆਂ ਵੱਡੀਆਂ ਗੱਲਾਂ ਕਰਦੇ ਨੇ ਇਹ ਹਰ ਕੰਮ ਦਾ ਆਰੰਭ ਜੋਸ਼ ਨਾਲ ਬੈਂਡ ਵਾਜੇ ਦੇ ਨਾਲ ਕਰਦੇ ਹਨ ਜਿਵੇਂ সামনে ਕੁਝ ਕਦਮਾਂ ਤੇ ਹੀ ਪਹੁੰਚਣਾ ਹੋਵੇ ਬੈਂਡਵਾਜਾ ਚੌਪ ਹੁੰਦਿਆਂ ਹੀ ਇਹ ਢੇੜੀ ਟਾ ਪੈਂਦੇ ਹਨ ਇਹਨਾਂ ਵਿੱਚ ਸਖਤ ਮਿਹਨਤ ਕਰਨ ਦੀ ਆਦਤ ਨਹੀਂ ਹੁੰਦੀ ਇਹ ਮਲਾਈ ਖਾਣ ਦੇ ਚਾਹਵਾਨ ਹੁੰਦੇ ਨੇ ਇਹ ਭਾਵੁਕ ਹੁੰਦੇ ਨੇ ਕਿਸੇ ਨਵੀਂ ਚੀਜ਼ ਵੱਲ ਧਿਆਨ ਚਾਹੁੰਦੇ ਹੈ ਇਹਨਾਂ ਦਾ ਪੁਰਾਣੀ ਚੀਜ਼ੇ ਵਿੱਚ ਦਿਲਚਸਪੀ ਮੁੱਕ ਜਾਂਦੀ ਹੈ ਇਹ ਆਰੰਭ ਬਹੁਤ ਕੁਝ ਕਰਦੇ ਆ ਨੇ ਪਰ ਮੁਕੰਮਲ ਕੁਝ ਨਹੀਂ ਕਰਦੇ ਦੂਜੀ ਕਿਸਮ ਦੂਜੀ ਕਿਸਮ ਦੇ ਜੋ ਆਰੰਭ ਦੇ ਹਨ ਉਹਨਾਂ ਨੂੰ ਅਕਸਰ ਮਸਕਰਾਉਂਦੇ ਹਨ ਦੂਜੀ ਕਿਸਮ ਦੇ ਜੋ ਆਰੰਭ ਦੇ ਹਨ ਉਹਨਾਂ ਨੂੰ ਉਸ ਨੂੰ ਅਕਸਰ ਮਸਕਰਾਉਂਦੇ ਹਨ ਇਹਨਾਂ ਵਿੱਚ ਕੰਮ ਕੌਣ ਦੀ ਕਾਰ ਹੁੰਦੀ ਹੈ ਇਸ ਕਾਰਨ ਇਹਨਾਂ ਦੇ ਕੰਮ ਦਾ ਅੰਤਲਾ ਪਵ ਸੰਦੋਖ ਚੰਕ ਨਹੀਂ ਹੁੰਦਾ ਇਹ ਕੋਈ ਯਾਦਗਾਰੀ ਅਤੇ ਪ੍ਰਸੰਸਾਯੋਗ ਨਹੀਂ ਕਰਦੇ ਇਹ ਗੁਜ਼ਾਰਾ ਹੀ ਕਰਦੇ ਹਨ ਇਹਨਾਂ ਵਿੱਚ ਵਿਅਤਨ ਦੀ ਯੋਗਤਾ ਨਹੀਂ ਹੁੰਦੀ ਤੀਜੀ ਕਿਸਮ ਦੇ ਲੋਕ ਵਿਅਤਨ ਬਣਾ ਕੇ ਸਮੇਂ ਤੇ ਸਰਮਾਇਦਾਨ ਮਾਲਕਾ ਕੇ ਕੰਮ ਕਰਦੇ ਹਨ ਮੁਸ਼ਕਲਾਂ ਦਾ ਪੂਰਵ ਅਨੁਮਾਨ ਲਗਾਉਂਦੇ ਹਨ ਹੋਰਾਂ ਨੂੰ ਮਤਵਪੂਰਨ ਸਮਝਦਿਆਨ ਉਨ੍ਹਾਂ ਨੂੰ ਸੰਜੋਗ ਲੈਂਦੇ ਹਨ ਇਹ ਕੰਮ ਕੰਮਲ ਵੀ ਕਰਦੇ ਹਨ ਤੇ ਕੰਮ ਦੇ ਅੰਤਲੇ ਭਾਗ ਨੂੰ ਚੰਗੀ ਤਰ੍ਹਾਂ ਸੰਪੰਨ ਕਰਦੇ ਹਨ ਇਹ ਸਹੋਜ ਅਤੇ ਸਲੀਖੇ ਦਾ ਧਿਆਨ ਰੱਖਦੇ ਹਨ ਇਹ ਹੰਡਨਸਾ ਚੀਜ਼ਾਂ ਦਾ ਨਿਰਮਾਣ ਕਰਦੇ ਹਨ ਇਹ ਚੰਗੇਰਾ ਉਪਜੋਗੀ ਜੀਵਨ ਜਿਉਂਦੇ ਹਨ ਸੋ ਇਹ ਹੈਗਾ ਜੀ 37 ਤੋਂ ਲੈ ਕੇ ਜਿਹੜਾ 43 ਹੈ ਜੀ ਪੈਰਾਗ੍ਰਾਫ ਨੰਬਰ 8 ਠੀਕ ਹੈ ਇੱਥੇ ਆ ਗਿਆ ਜੀ ਕੁਐਸਚਨ ਉਪਰੋਕਤ ਪੈਰਾ ਕਿਸ ਲੇਖਕ ਦੀ ਰਚਨਾ ਹੈ ਸੋ ਉਪਰੋਕਤ ਪੈਰਾ ਕਿਸ ਲੇਖਕ ਦੀ ਜਿਹੜੀ ਰਚਨਾ ਹੈ ਤਾਂ ਇਹ ਹੈਗਾ ਜੀ ਨਰਿੰਦਰ ਸਿੰਘ ਕਪੂਰ ਸੋ ਉਪਰੋਕਤ ਪੈਰਾ ਕਿਸ ਉਪਰੋਕਤ ਜਿਹੜਾ ਪੈਰਾ ਹੈ ਜੀ ਇਹ ਕਿਸ ਲੇਖਕ ਦੀ ਜਿਹੜੀ ਰਚਨਾ ਜੀ ਉਪਰੋਕਤ ਪੈਰਾ ਕਿਸ ਲੇਖਕ ਦੀ ਰਚਨਾ ਹੈ ਤਾਂ ਇਹ ਹੈਗੀ ਹੈ ਜੀ ਨਰਿੰਦਰ ਸਿੰਘ ਕਪੂਰ ਦੀ ਨੈਕਸਟ ਆ ਗਿਆ ਜੀ ਸਕਰੀਨ ਦੇ ਉੱਪਰ ਉਪਰੋਕਤ ਪੈਰੇ ਦਾ ਟੁਕਮਾ ਸਰ ਲੇਖ ਚੁਨੋ ਉਪਰੋਕਤ ਪੈਰੇ ਦਾ ਟੁਕਮਾ ਸਰ ਲੇਖ ਚੁਨੋ ਤਾਂ B ਹੈ ਜੀ ਮਨੁੱਖੀ ਸੁਭਾਅ ਦੀਆਂ ਵਣਗਣੀਆਂ ਸੋ ਉਪਰੋਕਤ ਪੈਰੇ ਦਾ ਟੁਕਮਾਸਰ ਲੇਖ ਉਪਰੋਕਤ ਪੈਰੇ ਦਾ ਟੁਕਮਾਸਰ ਲੇਖ ਚ ਨੂੰ ਤਾਂ ਬੀ ਆਪਸ਼ਨ ਬਿਲਕੁਲ ਕਰੈਕਟ ਹੈ ਜੀ ਮਨੁੱਖੀ ਸੁਭਾਅ ਦੀਆਂ ਬਣਕੀਆਂ ਨੈਕਸਟ ਆ ਗਿਆ ਜੀ ਸਕਰੀਨ ਦੇ ਉੱਪਰ ਹੈ ਇਹ ਹਰ ਕੰਮ ਦਾ ਆਰੰਭ ਹਰ ਕੰਮ ਦਾ ਆਰੰਭ ਜੋਸ਼ ਨਾਲ ਬੈਂਡ ਵਾਜੇ ਦੇ ਨਾਲ ਕਰਦਿਆਂ ਨਵਾਕ ਵਿੱਚ ਬੈਂਡ ਵਾਜੇ ਸ਼ਬਦ ਦੀ ਵਰਤੋਂ ਕਿਸ ਪਰਫੇਕ ਦੇ ਵਿੱਚ ਹੋਈ ਹੈ ਸੋ 39 ਦੀ ਗੱਲ ਕਰੀਏ ਤਾਂ ਸੀ ਆਪਸ਼ਨ ਬਿਲਕੁਲ ਕਰੈਕਟ ਹੈ ਜੀ ਹੋਮੋਹਮਾਕੇ ਕਰਦੇ ਜੋ ਇਹ ਹਰ ਕੰਮ ਦਾ ਰਾਮ ਜੋਸ਼ ਨਾਲ ਬੈਂਡ ਵਾਜੇ ਦੇ ਨਾਲ ਕਰਦੇ ਨੇ ਵਾਕ ਵਿੱਚ ਬੈਂਡ ਵਾਜੇ ਸ਼ਬਦੀ ਵਰਤੋ ਕਿਸ ਪਰ ਫੇਕ ਵੇਖ ਚ ਹੋਈਆ ਹਮ ਹਮਾ ਕੇ ਕਰਦੇ ਨੇ ਸੋ ਨੈਕਸਟ ਆਪਾਂ ਜਿਹੜਾ ਆਪਾਂ ਗੱਲ ਕਰੀਏ ਸਕਰੀਨ ਦੇ ਉੱਪਰ ਹੈ ਇਹ ਇਹ ਆਰੰਭ ਬਹੁਤ ਕੁਝ ਇਹ ਆਰੰਭ ਬਹੁਤ ਕੁਝ ਕਰਦੇ ਨੇ ਪਰ ਮੰਗਮਲ ਕੁਝ ਨਹੀਂ ਕਰਦੇ ਠੀਕ ਹੈ ਇਹ ਆਰੰਭ ਬਹੁਤ ਕੁਝ ਕਰਦੇ ਨੇ ਪਰ ਮੰਗਮਲ ਕੁਝ ਨਹੀਂ ਕਰਦੇ ਵਾਕ ਵਿੱਚ ਪਰ ਸ਼ਬਦ ਵਿਆਕਰਨ ਅਨੁਸਾਰ ਕੀ ਹੈ ਇਹ ਆਮ ਬੋਧ ਕੁਝ ਕਰ ਦੇਣੇ ਪਰ ਮੁਕੰਮਲ ਕੁਝ ਨਹੀਂ ਕਰ ਦੇਵਾਕ ਵਿੱਚ ਪਰ ਸ਼ਬਦ ਵਿਆਕਰਨ ਅਨੁਸਾਰ ਕੀ ਹੈ 45 40 ਦੀ ਗੱਲ ਕਰੀਏ ਤਾਂ ਜੋਜਕ ਹੈ ਜੀ ਠੀਕ ਹੈ ਪਰ ਆਇਆ ਨਾ ਵਿੱਚ ਵਾਕ ਵਿੱਚ ਪਰ ਸ਼ਬਦ ਵਿਆਕਰਨ ਅਨੁਸਾਰ ਕੀ ਹੈ ਤਾਂ ਜੋਜਕ ਹੈ ਕਿਉਂਕਿ ਇਹਨੇ ਜੋੜ ਦਿੱਤਾ ਦੋਨਾਂ ਜਿਹੜੇ ਸੈਂਟੈਂਸ ਨੂੰ ਆਪਸ ਦੇ ਵਿੱਚ ਠੀਕ ਹੈ ਜੀ 40 ਦੀ ਗੱਲ ਕਰੀਏ ਤਾਂ 41 ਉਸ ਤੋਂ ਬਾਅਦ ਸਕਰੀਨ ਦੇ ਉੱਪਰ ਤੁਹਾਨੂੰ ਸ਼ੋ ਹੈ ਉਹ ਹੋ ਰਿਹਾ ਹੈ ਕਿਹੜੀ ਕਿਸਮ ਦੇ ਕਿਹੜੀ ਕਿਹੜੀ ਕਿਸਮ ਦੇ ਲੋਕਾਂ ਦੇ ਕੰਮ ਦਾ ਅੰਤਲਾ ਪੂਰ ਸੰਤੋਖਜਨਕ ਹੁੰਦਾ ਹੈ ਤੇ ਜੇਕਰ ਆਪਾਂ ਪਹਿਲੇ ਨੂੰ ਪੜੀਏ ਤਾਂ ਤੀਜੀ ਕਿਸਮ ਦੇ ਜਿਹੜੇ ਲੋਕ ਹੁੰਦੇ ਨੇ ਉਹਨਾਂ ਦਾ ਕੰਮ ਜਿਹੜਾ ਸੰਤੋਖਜਨਕ ਹੈ ਉਹ ਹੁੰਦਾ ਹੈ ਠੀਕ ਹੈ ਜੀ ਪਹਿਰੇ ਨੂੰ ਧਿਆਨ ਆ ਪੜੋਗੇ ਤੇ ਵਿੱਚ ਹੀ ਆਪਣੇ ਆਪ ਹੀ ਸਟੇਟਮੈਂਟ ਤੁਹਾਨੂੰ ਮਿਲ ਜਾਣੀਆਂ ਨੇ ਟੀਰੀਟਾ ਬੈਨ ਦਾ ਸਮਾਨਾਰਥਕ ਨਹੀਂ ਹੈ ਸੋ ਟੀਰੀਟਾ ਬੈਨ ਦਾ ਸਮਾਨਾਰਥਕ ਨਹੀਂ ਹੈ ਸੋ 43 ਦੀ ਗੱਲ ਕਰੀਏ ਅਹਾਂਸਲਾ ਹਾਰ ਜਾਣਾ ਦਿਲ ਛੱਡ ਜਾਣਾ ਹਾਰ ਮੰਨ ਲੈਣਾ ਇਹ ਤਾਂ ਟਹਿ ਢੇੜੀ ਦੇ ਸਮਾਨਾਰਥਕ ਹੈ ਕਿਹੜਾ ਨਹੀਂ ਹੈ ਉਹਨਾਂ ਨੇ ਨੈਗੇਟਿਵ ਪੁੱਛਿਆ ਤਾਂ ਉਹ ડી ਹੈ ਜੀ ਫਤਿਹ ਕਰ ਲੈਣਾ ਸੋ ਢੇੜੀ ਟਾ ਦੇਣਾ ਦਾ ਸਮਾਨਾਰਥਕ ਨਹੀਂ ਹੈ ਤਾਂ ਉਹ ਹੈਗਾ ਜੀ ਫਤਿਹ ਕਰ ਲੈਣਾ ਠੀਕ ਹੈ ਜੀ ਨੈਕਸਟ ਆ ਗਿਆ ਜੀ ਸਕਰੀਨ ਦੇ ਉੱਪਰ ਆਪਣਾ ਨੈਕਸਟ ਜਿਹੜਾ ਪੈਰਾਗ੍ਰਾਫ ਹੈ ਪੈਰਾਗ੍ਰਾਫ ਨੰਬਰ 9 ਦਸੰਬਰ 2021 ਦੇ ਵਾਲਾ ਇਹਨੂੰ ਆਪਾਂ ਇਸ ਪੈਰੇ ਨੂੰ ਆਪਾਂ ਰੀਡ ਆ ਉਹ ਕਰਦੇ ਹਾਂ ਫਿਰ ਆਪਾਂ ਨਾਲ ਜਿਹਨੇ ਇਹਦੇ ਕੁਐਸਚਨ ਆ ਉਹ ਕਰਾਂਗੇ ਸੋ ਲਿਖਿਆ ਜੀ ਇਹਨਾਂ ਨੇ ਹੇਠਾਂ ਲਿਖੀ ਵਾਰਤਕ ਟੁਕੜੀ ਨੂੰ ਪੜੋ ਅਤੇ ਹੇਠਾਂ ਦਿੱਤੇ ਗਏ ਪ੍ਰਸ਼ਨਾਂ ਦੇ ਜਿਹੜੇ ਉੱਤਰ ਹੈ ਉਹ ਦਿਓ ਸੋ ਇਹਨੂੰ ਆਪਾਂ ਜਿਹੜਾ ਰੀਡ ਹੈ ਜੀ ਉਹ ਕਰਦੇ ਆ ਸੋ ਮੇਰੀ ਨਜ਼ਰ ਵਿੱਚ ਕਵਿਤਾ ਇੱਕ ਚੱਲ ਹੈ ਐਕਚੁਅਲੀ ਇਹ ਜਿਹੜਾ ਥੋੜੇ ਜਿਹੀ ਕਵਿਤਾ ਦੀ ਚੈਂਸ ਦੇ ਵਿੱਚ ਜਿਹੜਾ ਲਿਖਿਆ ਹੋਇਆ ਬਟ ਆਪਾਂ ਇਹਨੂੰ ਇਹ ਜਿਹੜਾ ਜ਼ਰੂਰ ਹੈ ਜਿਹੜਾ ਰੀਡ ਹੈ ਉਹ ਆਪਾਂ ਕਰਦੇ ਆਂ ਮੇਰੀ ਨਜ਼ਰ ਵਿੱਚ ਕਵਿਤਾ ਇੱਕ ਝਲ ਹੈ ਜਾਂ ਇਹ ਕਹਿ ਲਓ ਕਿ ਜਿਉਣ ਦਾ ਵੱਲ ਹੈ mohabbat ਦਾ جنੂਨ ਹੈ vasal ਦਾ ਸਕੂਨ ਹੈ ਵਿਛੋੜੇ ਦੀ ਕਸਕ ਹੈ ਤੇ ਵੈਣਾ ਦੀ वेदना ਹੈ ਕਵਿਤਾ ਪੰਜਾਬੀਆਂ ਦੀ ਚਹਿਚਹਾਟ ਤੋਤੇਆਂ ਦੀ ਟੁਕਣੀ ਤੇ ਡਾਰਾਂ ਦੀ ਉਡਾਨੀ ਵੀ ਕਵਿਤਾ ਹੈ ਚੀਲਾ ਚਰਨਿਆਂ ਦੇ ਝਲਾਰਾਂ ਦਾ ਜਲਨਾਦ ਵੀ ਕਵਿਤਾ ਹੀ ਹੈ ਟਿਊ ਵੈਲਾਂ ਦੀ ਟੂ ਟੂ ਹਲਟਾਂ ਦੀ ਟਿਕ ਟਿਕ ਤੇ ਟਿੱਕੀ ਰਾਤ ਵਿੱਚ ਦੂਰੋਂ ਖੇਤਾਂ 'ਚੋਂ ਆਉਂਦੀ ਟ੍ਰੈਕਟਰਾਂ ਦੀ ਆਵਾਜ਼ ਵਿੱਚ ਕਵਿਤਾ ਗੂੰਜਦੀ ਹੈ ਜਵਾਨੀ ਦੇ ਜੂਸਿਆਂ ਦੀ ਫੁਰਤੀ ਚ ਕਵਿਤਾ ਨੱਚਦੀ ਹੈ ਬੁੜਾਪੇ ਦੀਆਂ ਝੁੱਡੀਆਂ ਤੇ ਗਰੀਬਾਂ ਦੇ ਚੀਰਿਆਂ ਦੀ ਈ ਬਾਰਤ ਵੀ ਇੱਕ ਕਵਿਤਾ ਦਾ ਹੀ ਰੂਪ ਹੈ ਡਾਰੇ ਝੁੱਗੀਆਂ ਤੇ ਖੰਡਰਾਂ ਦੀ ਵੀ ਦੀ ਵੀ ਇੱਕ ਕਵਿਤਾ ਹੈ ਫਸਲਾਂ ਅਰੋਖ ਜੰਗਲ ਪਹਾੜ ਮਾਲਥਲ ਮੈਦਾਨ ਪੌਣ ਪਾਣੀ ਚੰਨ ਤਾਰੇ ਸੂਰਜ ਜੀਵ ਬਨਸਪਤੀ ਧਰਤ ਆਕਾਸ਼ ਕੋਲ ਕਾਇਨਾਤ ਇੱਕ ਕਵਿਤਾ ਹੈ ਕਵਿਤਾ ਦਾ ਦਾੜਾ ਇਸ ਤੋਂ ਵੀ ਵਿਸ਼ਾਲ ਅਤੇ ਦੀਰਘ ਹੈ ਇਹ ਅਕੱਥ ਅਤੇ ਅਕੈ ਹੈ ਦਰਸਲ ਇਹ ਇੱਕ ਮਹੀਨ ਨਜ਼ਰੀਆ ਹੈ ਜਿਸ ਦਾ ਸਾਰ ਅਤੇ ਪਰਮਨੁਖੀ ਸੂਜੀ ਤੋਂ ਅਜੇ ਵੀ ਅਸ਼ੂਤਾ ਹੈ ਸੋ ਇਹ ਪੈਰੇ ਦੇ ਹੁਣ ਆਪਾਂ ਇਹਦੇ ਕੁਐਸਚਨ ਕਰਾਂਗੇ ਪੈਰੇ ਦਾ ਟੁਕਮਾ ਜਿਹੜਾ ਸਰਲੇਖ ਹੈ ਉਹ ਕੀ ਹੈ ਸੋ ਪੈਰੇ ਦਾ ਜਿਹੜਾ ਟੁਕਮਾ ਸਰਲੇਖ ਹੈਗਾ ਜੀ ਉਹ ਹੈਗਾ ਕਵਿਤਾ ਦਾ ਦਾਇਰਾ ਸੋ ਪੈਰੇ ਦਾ ਟੁਕਮਾ ਸਰਲੇਖ ਕੀ ਹੈ ਪੈਰੇ ਦਾ ਟੁਕਮਾ ਸਰਲੇਖ ਕੀ ਹੈ ਕਵਿਤਾ ਦਾ ਦਾਇਰਾ ਸੋ ਨੈਕਸਟ ਕੁਐਸਚਨ ਹੈਗਾ ਜੀ ਸਕਰੀਨ ਦੇ ਉੱਪਰ ਪੈਰੇ ਵਿੱਚ ਵਰਤਿਆ ਗਿਆ ਸ਼ਬਦ ਦੀर्घ 대ਸ਼ ਹੈ ਸੋ ਪੈਰੇ ਦੇ ਵਿੱਚ ਵਰਤਿਆ ਗਿਆ ਸ਼ਬਦ ਦੀर्घ ਹੈਗਾ ਜੀ ਤਤਸਮ ਪੈਰੇ ਦੇ ਵਿੱਚ ਵਰਤਿਆ ਗਿਆ ਸ਼ਬਦ ਦੀर्घ ਹੈ ਜੀ ਤਤਸਮ ਠੀਕ ਹੈ ਨੈਕਸਟ ਕੁਐਸਚਨ ਹੈਗਾ ਜੀ ਸਕਰੀਨ ਦੇ ਉੱਪਰ ਸਾਰ ਅਤੇ ਪਾਰ ਤੋਂ ਕੀ ਭਾਵ ਹੈ ਸੋ ਸਾਰ ਅਤੇ ਪਾਰ ਤੋਂ ਕੀ ਭਾਵ ਹੈ ਸੋ ਇੰਦੀ ਆਪਾਂ ਗੱਲ ਕਰੀਏ ਸਾਰ ਅਤੇ ਪਾਰ ਤੋਂ ਕੀ ਭਾਵ ਹੈ ਤਉ ਉਹ ਹੈ ਗਦੀਸੀ ਆ ਦੀ ਪੂਰਤ ਗਿਆ ਸਾਰ ਅਤੇ ਪਾਰ ਤੋਂ ਕੀ ਭਾਵ ਹੈ ਪੂਰਨ ਗਿਆਨ ਸਾਰ ਅਤੇ ਪਾਰ ਤੋਂ ਕੀ ਭਾਵ ਹੈ ਪੂਰ ਪੂਰਨ ਗਿਆਨ ਨੈਕਸਟ ਆ ਗਿਆ ਜੀ ਸਕਰੀਨ ਦੇ ਉੱਪਰ ਹੈ 49 ਵੈਣ ਸ਼ਬਦ ਕਿਸ ਅਵਸਥਾ ਦੇ ਨਾਲ ਸੰਬੰਧਿਤ ਹੈ ਸੋ ਵੈਣ ਸ਼ਬਦ ਕਿਸ ਵੈਣ ਸ਼ਬਦ ਕਿਸ ਅਵਸਥਾ ਦੇ ਨਾਲ ਸੰਬੰਧਿਤ ਹੈ ਦੁਖਾਂਤਕ ਸੋ ਵੈਣ ਸ਼ਬਦ ਹੈ ਜੀ ਵੈਣ ਸ਼ਬਦ ਵਿਆਨ ਸ਼ਬਦ ਕਿਸ ਅਵਸਥਾ ਦੇ ਨਾਲ ਸੰਬੰਧਿਤ ਹੈ ਤਾਂ ਇਹ ਜਿਹੜਾ ਸ਼ਬਦ ਜਿਹੜਾ ਸੰਬੰਧਿਤ ਹੈਗਾ ਜੀ ਇਹ ਹੈਗਾ ਦੁਖਾਂਤਕ ਦੇ ਨਾਲ ਦੁਖਾਂਤਕ ਨੈਕਸਟ ਆ ਗਿਆ ਜੀ ਸਕਰੀਨ ਦੇ ਉੱਪਰ ਕੁਐਸਚਨ 50 ਉਪਰੋਕਤ ਪੈਰੇ ਦੇ ਵਿੱਚ ਆਏ ਸ਼ਬਦ ਕਸਕ ਦਾ ਕੀ ਅਰਥ ਹੈ ਸੋ ਉਪਰੋਕਤ ਪੈਰੇ ਵਿੱਚ ਆਏ ਸ਼ਬਦ ਦਾ ਉਪਰੋਕਤ ਪੈਰੇ ਵਿੱਚ ਆਏ ਸ਼ਬਦ ਕਸਕ ਦਾ ਕੀ ਅਰਥ ਹੈ ਸੋ ਪੰਜਾਬ ਦੀ ਗੱਲ ਕਰੀਏ ਤਾਂ ਚੋਬ ਹੈ ਚੋਬ ਉਪਰੋਕਤ ਪੈਰੇ ਵਿੱਚ ਆਇ ਸ਼ਬਦ ਕਸਕਦਾ ਕੀ ਅਰਥ ਹੈ ਚੋਬ ਹੈ ਚੋਬ ਨੈਕਸਟ ਆਗਦੀ ਸਕਰੀਨ ਦੇ ਉੱਪਰ ਹੈ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਉਰਦੂ ਭਾਸ਼ਾ ਦਾ ਨਹੀਂ ਹੈ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਹੈ ਜਿਹੜਾ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਉਰਦੂ ਭਾਸ਼ਾ ਦਾ ਨਹੀਂ ਹੈ ਸੋ 50 ਗੱਲ ਦੀ ਗੱਲ ਕਰੀਏ ਤਾਂ ਡਾਰਾ ਹੈ ਜੀ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਹੈ ਜਿਹੜਾ ਉਰਦੂ ਭਾਸ਼ਾ ਦਾ ਨਹੀਂ ਹੈ ਤਾਂ ਉਹ ਹੈਗਾ ਜੀ ਡਾਰਾ ਡਾਰਾ ਨੈਕਸਟ ਜੇਕਰ ਆਪਾਂ ਗੱਲ ਕਰੀਏ ਤਾਂ 52nd ਨੰਬਰ ਸਕਰੀਨ ਦੇ ਉੱਪਰ ਹੈ ਝਲਾਰ ਕੀ ਹੈ ਸੋ ਕੀ ਹੈ ਝਲਾਰ 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 ਕੀ ਹੈ ਸੋ 52 ਦੀ ਗੱਲ ਕਰੀਏ ਝਲਾਰ ਕੀ ਹੈ ਸੀ ਹੈ ਜੀ ਸਿੰਚਾਈ ਸਹਾਇਕ ਸਾਧਨ ਹੈ ਝਲਾਰ ਕੀ ਹੈ ਸਿੰਚਾਈ ਸਹਾਇਕ ਸਾਧਨ ਹੈ ਝਲਾਰ ਨੈਕਸਟ ਕੁਐਸਚਨ ਹੈ ਜੀ ਸਕਰੀਨ ਦੇ ਉੱਪਰ ਉਪਰੋਕਤ ਪੈਰਾ ਕਿਸ ਪੁਸਤਕ ਦੇ ਵਿੱਚੋਂ ਲਿਆ ਗਿਆ ਹੈ ਸੋ ਉਪਰੋਕਤ ਪੈਰਾ ਕਿਸ ਪੁਸਤਕ ਦੇ ਵਿੱਚੋਂ ਲਿਆ ਗਿਆ ਹੈ ਜਿੰਦ ਪੱਠੀ ਦੇ ਦਾਣੇ ਜਿੰਦ ਪੱਠੀ ਦੇ ਦਾਣੇ ਸਤਵਿੰਦਰ ਸਿੰਘ ਤਨੂਆ ਜਿੰਦ ਪੱਠੀ ਦੇ ਦਾਣੇ ਸਤਵਿੰਦਰ ਸਿੰਘ ਜਿਹੜਾ ਪੈਰਾ ਲਿਆ ਗਿਆ ਏ ਇਹ ਕਿਹੜੀ ਪੁਸਤਕ ਦੇ ਵਿੱਚੋਂ ਲਿਆ ਗਿਆ ਤਾਂ ਸਤਵਿੰਦਰ ਸਿੰਘ ਤਨੂਆ ਦੀ ਪੁਸਤਕ ਸੀ ਜਿੰਦ ਪੱਠੀ ਦੇ ਦਾਣੇ ਉਹਨਾਂ ਦੇ ਵਿੱਚੋਂ ਲਿਆ ਗਿਆ ਸੋ ਨੈਕਸਟ ਆਪਾਂ ਜਿਹੜੀ ਗੱਲ ਆ ਉਹ ਕਰਦੇ ਹਾਂ ਪੈਰਾਗ੍ਰਾਫ ਨੰਬਰ 10 ਪੜ੍ਹਾਂਗੇ April 2023 ਦੇ ਵਿੱਚ ਜੋ ਲਾਸਟ ਟਾਈਮ ਦੇ ਵਿੱਚ ਪੀਐਸ ਟੈਟ ਹੋਇਆ ਸੀ ਉਹ ਵਾਲਾ ਪੈਰਾ ਪਰੀਡ ਕਰਨ ਜਾ ਰਹੇ ਹਾਂ ਤੇ ਸਕਰੀਨ ਦੇ ਉੱਪਰ ਹੈ ਜੀ ਕਾਫੀ ਵੱਡਾ ਪੈਰਾ ਸੀਗਾ ਇਹਨੂੰ ਆਪਾਂ ਪੜ ਲੈਂਦੇ ਹਾਂ ਦੇ ਵੱਡੇ ਕਿਸੇ ਰਾਜੇ ਨਵਾਬ ਦੇ ਨੌਕਰ ਰਾਈ ਸਜਾ ਬਖਤਾਵਰ ਨਹੀਂ ਸਨ ਨਾ ਹੀ ਉਹ ਅਧਿਆਪਕ ਖੇਤਰ ਵਿੱਚ ਕੋਈ ਦਰਜਾ ਰੱਖਦੇ ਸੀ ਤੇ ਵਿਦਵਾਨ ਹੋਣਾ ਤਾਂ ਉਹਨਾਂ ਲਈ ਇੱਕਦਮ ਨਹੀਂ ਹੀ ਅਜਨਬੀ ਹੋਇਆ ਉਹ ਕੇਵਲ ਆਪਣੇ ਜ਼ਮਾਨੇ ਦੇ ਮਨੁੱਖ ਸਨ ਮੇਰੇ ਵੱਡੇ-ਵੱਡੇ ਕੀ ਕਿਸੇ ਰਾਜੇ ਨਵਾਬ ਦੇ ਮੁਲਾਜ਼ਮ ਹੁੰਦੇ ਤਾਂ ਅਸੀਂ ਵੀ ਕਿਸੇ ਦਫਤਰ ਦੇ ਕਲਰਕ ਹੋਗੇ 90ਾਂ ਦੇ ਲੇਖੇ ਵਿੱਚ ਪਏ ਹੋਣਾ ਸੀ ਜਾਕੀ ਤੇ ਫੌਜੀ ਅਫਸਰੀ ਛਾਂਦੇ ਹੁੰਦੇ ਜੇ ਉਹ ਸੇਵੇਦਾਰ ਤੇ ਜ਼ਗੀਰਦਾਰ ਹੁੰਦੇ ਤਾਂ ਅਸੀਂ ਗਿਆਨੀ ਆਉਂਦੀ ਤਾਂ ਸ਼ਿਕਾਰੀ ਹੁੰਦੇ ਕੁੱਤਿਆਂ ਦੇ ਬੰਦੂਕਾਂ ਦੇ ਦਲਾਂ ਵਿੱਚ ਦਲ ਪੰਜਨੀ ਸ਼ਸਤਰ ਦੇ ਤੇ ਸਮੀਆਂ ਲੈ ਕੇ ਰੋਈਆਂ ਕੱਢਦੇ ਫਿਰਦੇ ਜੇ ਉਹ ਅਧਿਆਤਮਿਕ ਭਾਵ ਵਾਲੇ ਪੂਜਨੀਕ ਹੁੰਦੇ ਤਾਂ ਅਸੀਂ ਕਿਸੇ ਡੇਰੇ ਦੀ ਮਹੰਤੀ ਸੰਭਾਲੀ ਹੁੰਦੀ ਜਿਨ੍ਹਾਂ ਦੇ ਮਹੰਤਾਰਾ ਕੰਮ ਅੱਜਕੱਲ ਕਥਾ ਕੀਰਤਨ ਦੀ ਥਾਂ ਸਵੇਰੇ ਆਪਣੇ ਹਾਲਿਆਂ ਵਾਲਿਆਂ ਨੂੰ ਧੰਦੇ ਲਗਾਉਣਾ ਟਿਊਬਲਾਂ ਤੇ ਟਵਿੱਟਰ ਚਲਾਉਣਾ ਰਹਿ ਗਿਆ ਸੀ ਸਾਡੇ ਵੱਡੇ-ਵਡੇਰੇ ਜੋ ਵੀ ਸਨ ਠੀਕ ਹੀ ਸਨ ਆਪਣੇ ਵੱਡੇ-ਵਡੇਰਿਆਂ ਦਾ ਵਰਣਨ ਮੈਂ ਪਿਧਰਮ ਸੁਲਤਾਨ ਬੂਦ ਦਾ ਅਰੋਪ ਜਮ在线 ਨਹੀਂ ਇਸ ਲਈ ਕਰਨਾ ਜ਼ਰੂਰੀ ਸਮਝਦਾ ਕਿ ਮੇਰੇ ਪਿੰਡ ਦੇ ਆਪਣੇ ਵੇਲੇ ਦੇ ਜਾਂ ਇਹੋ ਕਹੋ ਕਿ ਉਹ ਪੁਰਾਣੇ ਪੰਜਾਬ ਦੇ ਇੱਕ ਨਮੂਨੇ ਦੇ ਬੁਰਕੇ ਸਨ ਮੈਂ ਆਪਣੇ ਦਾਦੇ ਪਰਦਾਦੇ ਦਾਦੇ ਬਾਬੇ ਅੱਖੀ ਨਹੀਂ ਦੇਖੇ ਉਹਨਾਂ ਦੀਆਂ ਕਹਾਣੀਆਂ ਹੀ ਕੰਨੀ ਸੁਨੀਆਂ ਨੇ ਤੇ ਉਹ ਕਥਾਵਾਂ ਹੁਣ ਵੀ ਪਿੰਡ ਦੇ ਕਿਸੇ ਪੁਰਾਣੇ ਆਦਮੀ ਤੋਂ ਸੁਨੀਆਂ ਜਾ ਸਕਦੀਆਂ ਹਨ ਜਦੋਂ ਮੈਂ ਪਿੰਡ ਰਹਿੰਦਾ ਹੁੰਦਾ ਸੀ ਮੇਰੀਆਂ ਪਾਈਆਂ ਕੋ ਹੱਡੀਆਂ ਦੇ ਕੈਰੇ ਕਰਿੰਗੇ ਵਾਲਾ ਜੁੱਸਾ ਦੇਖ ਕੇ ਪਿੰਡ ਦੇ ਪੁਰਾਣੇ ਲੋਕ ਕਿਹਾ ਕਰਦੇ ਸਨ ਵੇਖਾਂਗੇ ਕਾਗਜੀ ਪਹਿਲਵਾਨ ਕਿਵੇਂ ਕੋਲ ਨੂੰ ਲੀਕ ਲਾਉਣ ਵਾਲਾ ਇਹ ਬਾਬਿਆਂ ਦੇ ਘਰ ਜੰਮ ਪਿਆ ਹੈ ਜੀ ਅੱਜ ਇਸ ਦੇ ਦਾਦੇ ਬਾਬੇ ਆ ਕੇ ਦੇਖਣ ਵਹੀ ਸਾਡੀ ਔਲਾਦ ਵਿੱਚ ਇਹ ਵੀ ਇੱਕ ਚੰਨ ਚਿਰਾਗ ਹੈ ਤੇ ਦੋ hathੜੀ ਪਾਈ ਪਿੱਟਣ ਕਿੱਥੇ ਉਹ ਦਉ ਦਿਆਂ ਉਹ ਜਿਹੜੇ ਵੱਡੇ ਕੱਦ ਕਾਠ ਵਾਲੇ ਬੰਦੇ ਕਿੱਥੇ ਇਹ ਬਲੁੰਗੜਾ ਪਹਿਲਵਾਨ ਮੇਰੇ ਵੱਡੇ ਵਡੇਰਿਆਂ ਦੀਆਂ ਕਈ ਮਜ਼ੇਦਾਰ ਕਹਾਣੀਆਂ ਹਨ ਜਿਨ੍ਹਾਂ ਨੂੰ ਪਿੰਡ ਦੇ ਸਿਆਣੇ ਤੇ ਗੱਲੜੀ ਚੱਠਖਾਰੇ ਲਾਲਾ ਸੁਣਾਇਆ ਕਰਦੇ ਸਨ ਮੇਰੇ ਦਾਦੇ ਚਾਰ ਭਰਾ ਸਨ ਦਾਸ ਪੰਨੂ ਰਾਮ ਦਿੱਤਾ ਤੇ ਸਾਈਬ ਸਿੰਘ ਚਾਰੇ ਭਰਾ ਕੱਦ ਵੱਲੋਂ ਇੰਨੇ ਰੋਏ ਤੇ ਵੱਡੇ ਰੱਜ ਕੇ ਖਾਣ ਤੇ ਦੱਬ ਕੇ ਵਹਣ ਵਾਲੇ ਉਹ ਜੇ ਕਿ ਆਸ-ਪਾਸ ਦੇ ਪਿੰਡਾਂ ਵਿੱਚ ਹੋਆ ਬਣੇ ਹੋਏ ਸਨ ਲੋਕ ਆਖਦੇ ਲੋਕ ਆਖਦੇ ਹੁੰਦੇ ਸਨ ਕਿ ਜਿਸ ਖੇਤ ਦੇ ਵਿੱਚੋਂ ਦੀ ਇਹ ਚਾਰੇ ਬਾਬੇ ਲੰਗ ਜਾਂ ਉਸ ਖੇਤ ਵਿੱਚ ਡੰਡੀ ਆਪੇ ਪੈ ਜਾਂਦੀ ਹੈ ਸਾਡੇ ਵੱਡਿਆਂ ਦਾ ਨੇੜੇ ਦੇ ਪਿੰਡ ਛਾਪੇ ਖੂਨ ਦਾ ਰਿਸ਼ਤਾ ਹੋਣ ਕਰਕੇ ਵਰਤ ਵਰਤਾਰਾ ਸੀ ਉਹਨਾਂ ਨੇ ਇੱਕ ਵਿਆਹ ਸਮੇਂ ਮੇਰੇ ਦਾਦੀਆਂ ਨੂੰ ਰੋਟੀ ਉੱਤੇ ਸੱਧਿਆ ਉਹ ਉਸ ਦਿਨ ਰੋਹੀ ਵੱਲ ਅ ਰੋਹੀ ਵਿੱਚ ਹਲ ਵਾਉਂਦੇ ਸਨ ਉਦੋਂ ਹੀ ਬਲਦ ਪਿੰਡ ਨੂੰ ਤੋੜ ਕੇ ਸਿੱਧੇ ਦੁਪਹਿਰੇ ਰੋਟੀ ਲੈ ਰੋਟੀ ਵੇਲੇ ਨੂੰ ਪਿੰਡ ਛਾਪੇ ਜਾ ਪੁੱਜੇ ਅੱਗੋਂ ਵਿਆਹ ਵਾਲਿਆਂ ਨੇ ਮੇਲ ਗੇਲੀ ਇੱਕ ਕੜਹਾ ਗੋੜ ਦੇ ਪ੍ਰਸ਼ਾਦ ਦਾ ਕੱਢਿਆ ਹੋਇਆ ਸੀ। ਅਗਲਿਆਂ ਨੇ ਕਿਹਾ ਪਹਿਲਾਂ ਸ਼ਰੀਕੇ ਨੂੰ ਖਵਾ ਲਈਏ। ਸਾਡੇ ਬਾਬੇ ਕੜਾ ਖਾਣ ਲਈ ਬੈ ਪਹਿਲਾਂ ਹੀ ਬੈਠ ਗਏ। ਚਾਹੇ ਭਾਈ ਜੋ ਨੀਵੀਂ ਪਾ ਕੇ ਖਾਣ ਲੱਗੇ ਪ੍ਰਸ਼ਾਦ ਦਾ ਸਾਰਾ ਕੜਾ ਐ ਸਮੀਰ ਛੱਡਿਆ। ਉਹਨਾਂ ਦੇ ਵਰਤਾਰਿਆਂ ਨੇ ਬਥੇਰਾ ਇਦਦਰਾ ਦੇਖਿਆ ਵਈ ਕਿਦੜੇ ਕੜਾ ਪ੍ਰਸ਼ਾਦ ਕਿਸੇ ਚੀਜ਼ ਵਿੱਚ ਛੁੱਟੀ ਤਾਂ ਨਹੀਂ ਜਾ ਰਹੇ ਨੇ। ਪਰ ਨਾਲੇ ਕੱਢ ਕਾਟ ਤੇ ਖਰਾਕ ਹੀ ਇੰਨੀ ਸੀ ਕਿ ਜੇ ਕਕੜਾ ਹੋਰ ਬਣਿਆ ਹੁੰਦਾ ਅਧਪਤਾ ਜੋ ਸੂਚੋਂ ਕਿਹੜਾ ਨਾ ਚਰ ਜਾਂਦੇ ਸੋ ਇਹ ਸੀਗੇ ਜੀ ਆਪਣਾ ਪੈਰ ਆ ਥਿੰਦੇ ਹੁਣ ਆਪਾਂ ਜਿਹੜੇ ਕੁਐਸਚਨ ਆ ਉਹ ਰੀਡ ਕਰਦੇ ਆ ਗੱਲੜੀ ਸ਼ਬਦ ਦਾ ਕੀ ਅਰਥ ਹੈ ਸੋ ਗੱਲੜੀ ਸ਼ਬਦ ਦਾ ਕੀ ਅਰਥ ਹੈ ਬਹੁਤੀਆਂ ਗੱਲਾਂ ਕਰਨ ਵਾਲਾ ਸੋ ਗੱਲੜੀ ਸ਼ਬਦ ਦਾ ਕੀ ਅਰਥ ਹੈ ਜੀ ਬਹੁਤੀਆਂ ਗੱਲਾਂ ਕਰਨ ਵਾਲਾ ਨੈਕਸਟ ਹੈ ਜੀ ਕੁਐਸਚਨ ਆ ਸਕਰੀਨ ਦੇ ਉੱਪਰ ਅ ਲੇਖਕ ਦੇ ਵੱਡੇ ਵਡੇਰਿਆਂ ਦਾ ਕਿਹੜੇ ਪਿੰਡ ਵਿੱਚ ਖੂਨ ਦਾ ਰਿਸ਼ਤਾ ਸੀ ਸੋ ਇਹ ਸੀ ਆਪਸ਼ਨ ਬਿਲਕੁਲ ਕਰੈਕਟ ਹੈ ਜੀ ਲੇਖਕ ਦੇ ਵੱਡੇ ਵਡੇਰਿਆਂ ਦਾ ਲੇਖਕ ਦੇ ਵੱਡੇ ਵਡੇਰਿਆਂ ਦਾ ਕਿਹੜੇ ਪਿੰਡ ਦੇ ਵਿੱਚ ਖੂਨ ਦਾ ਰਿਸ਼ਤਾ ਸੀ ਪਿੰਡ ਛਾਪੇ ਦੇ ਵਿੱਚ ਖੂਨ ਦਾ ਰਿਸ਼ਤਾ ਸੀ ਜੇਕਰ ਆਪਾਂ ਗੱਲ ਕਰੀਏ ਤਾਂ 32 ਨੰਬਰ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਤਾਂ ਇੱਥੇ ਵੀ ਜਿਹੜਾ ਸਕਰੀਨ ਦੇ ਉੱਪਰ ਆ ਜਾਂਦਾ ਜੀ ਦੇਖੋਗੇ ਤੁਸੀਂ ਪਿੰਡ ਛਾਪੇ ਠੀਕ ਹੈ ਜੀ ਪਿੰਡ ਛਾਪੇ ਜਿਹੜਾ ਖੂਨ ਦਾ ਜਿਹੜਾ ਰਿਸ਼ਤਾ ਸੀ ਕਿਹੜੀ ਵਿੱਚ ਹੀ ਜਿਹੜੇ ਕੁਐਸਚਨ ਆ ਉਹ ਪਏ ਹੁੰਦੇ ਨੇ ਹਨਾ ਉਸ ਦਿਵਾਰ ਹੈਗਾ 33 ਲੇਖਕ ਦੇ ਬਾਬਿਆਂ ਨੇ ਕਾਂਦਾ ਕੜਾਹਾ ਸਮੇਟ ਛੱਡਿਆ ਸੋ ਲੇਖਕ ਦੇ ਬਾਬਿਆਂ ਨੇ ਕਾਂਦਾ ਕੜਾਹਾ ਸਮੀਰ ਛੱਡਿਆ ਸੀਗਾ ਸੋ ਇਹਨਾਂ ਨੇ ਜਿਹੜਾ ਗੋੜ ਦਾ ਜਿਹੜਾ ਕੜਾਹੇ ਉਹ ਸਮੀਰ ਛੱਡਿਆ ਸੀ ਲੇਖਕ ਦੇ ਬਾਬਿਆਂ ਨੇ ਕਾਂਦਾ ਕੜਾਹਾ ਸਮੀਰ ਛੱਡਿਆ ਸੀ ਗੋੜ ਦਾ ਕੜਾਹਾ ਸਮੀਰ ਛੱਡਿਆ ਸੀ ਜੇਕਰ ਇਹ ਵੀ ਆਪਾਂ ਗੱਲ ਕਰੀਏ ਤਾਂ 33 ਨੰਬਰ ਸੋ ਇਹ ਨਹੀਂ ਹੈਗਾ ਠੀਕ ਹੈ ਗੋੜ ਦਾ ਕੜਾਹਾ ਸਮੇਟ ਛੱਡਿਆ ਸੀ ਨੈਕਸਟ ਆ ਗਿਆ ਜੀ ਸਕਰੀਨ ਦੇ ਉੱਪਰ ਕੁਐਸਚਨ ਹੈ ਲੇਖਕ ਦੇ ਚਾਰੇ ਬਾਬੇ ਜਿਸ ਖੇਤ ਵਿੱਚੋਂ ਲੰਘ ਜਾਂਦੇ ਉਥੇ ਸੋ ਲੇਖਕ ਦੇ ਚਾਰੇ ਬਾਬੇ ਸੀ ਜਿਹੜੇ ਲੇਖਕ ਦੇ ਚਾਰੇ ਬਾਬੇ ਜਿਸ ਖੇਤ ਵਿੱਚੋਂ ਲੱਕ ਜਾਂਦੇ ਉਥੇ ਕੀ ਪੈ ਜਾਂਦੀ ਸੀ 34 ਦੀ ਗੱਲ ਕਰੀਏ ਤਾਂ ਇਹ ਹੈ ਜੀ ਡੰਡੀ ਪੈ ਜਾਂਦੀ ਸੀ ਸੋ ਲੇਖਕ ਦੇ ਚਾਰੇ ਬਾਬੇ ਜਿਸ ਖੇਤ ਵਿੱਚੋਂ ਲੰਘ ਜਾਂਦੇ ਉਥੇ ਕੀ ਸੀ ਡੰਡੀ ਪੈ ਜਾਂਦੀ ਸੀ ਸੋ so, 34 ਦੀ ਗੱਲ ਕਰੀਏ ਤਾਂ ਇਹ ਜਿਹੜਾ ਸੈਕੰਡ ਨੰਬਰ ਪੈਰਾ ਹੈ ਜੇਕਰ ਤੁਸੀਂ ਇਹਨੂੰ ਰੀਡ ਕਰੋਗੇ ਤਾਂ ਇੱਥੇ ਲਿਖਿਆ ਹੋਇਆ ਹੈ ਉਸ ਖੇਤ ਵਿੱਚ ਡੰਡੀ ਆਪੇ ਪੈ ਜਾਂਦੀ ਸੀ ਹੈਨਾ ਤਾਂ ਇਦਾਂ ਹੀ ਜਿਹੜੇ ਕੁਐਸਚਨ ਹੈ ਉਹ ਨਿਕਲਣਗੇ ਠੀਕ ਹੈ ਡੰਡੀ ਪੈ ਜਾਂਦੀ ਸੀ ਠੀਕ ਹੈ 34 ਉਸ ਤੋਂ ਬਾਅਦ ਆਪਾਂ ਗੱਲ ਕਰੀਏ ਤਾਂ 35 ਨੰਬਰ ਕੁਐਸਚਨ ਹੈਗਾ ਜੀ ਸਕਰੀਨ ਦੇ ਉੱਪਰ ਆ ਲੇਖਕ ਦੇ ਦਾਦੇ ਜੋ ਚਾਰਪਰਾ ਸਨ ਆਸਪਾਰ ਦੇ ਪਿੰਡਾਂ ਦੇ ਵਿੱਚ ਕੀ ਬਣੇ ਹੋਏ ਸਨ ਤਾ ਡੀ ਆਪਸ਼ਨ ਬਿਲਕੁਲ ਕਰੈਕਟ ਹੈ ਜੀ ਹਉਆ ਬਣੇ ਹੋਏ ਸਨ 35 ਦੀ ਗੱਲ ਕਰੀਏ ਤਾਂ ਹਉਆ ਹੈ ਜੀ 35 ਦਾ ਅਨਸਰ ਹਉਆ ਠੀਕ ਹੈ ਜੀ ਜੋ ਲੇਖਕ ਦੇ ਦਾਦੇ ਲੇਖਕ ਲੇਖਕ ਦੇ ਦਾਦੇ ਜੋ ਚਾਰਪਰਾ ਸਨ ਆਸ-ਪਾਸ ਦੇ ਪਿੰਡਾਂ ਦੇ ਵਿੱਚ ਕੀ ਬਣੇ ਹੋਏ ਸਨ ਹਉਆ ਬਣੇ ਹੋਏ ਸਨ ਨੈਕਸਟ ਕੁਐਸਚਨ ਹੈਗਾ ਜੀ ਸਕਰੀਨ ਦੇ ਉੱਪਰ ਪਿੰਡ ਦੇ ਪੁਰਾਣੇ ਲੋਕ ਪਿੰਡ ਪਿੰਡ ਦੇ ਪੁਰਾਣੇ ਲੋਕ ਲੇਖਕ ਨੂੰ ਕੀ ਕਹਿੰਦੇ ਸਨ ਪਿੰਡ ਦੇ ਪੁਰਾਣੇ ਲੋਕ ਲੇਖਕ ਨੂੰ ਕੀ ਕਹਿੰਦੇ ਸਨ ਸੋ ਪਿੰਡ ਦੇ ਪ੍ਰਾਣੇ ਲੋਕ ਲੇਖਕ ਨੂੰ ਕੀ ਕਹਿੰਦੇ ਸਨ ਏ ਆਪਸ਼ਨ ਬਿਲਕੁਲ ਕਰੈਕਟ ਹੈ ਜੀ ਕਾਗਜੀ ਪਲਵਾਨ ਕਾਗਜੀ ਪਲਵਾਨ ਸੋ ਪਿੰਡ ਦੇ ਪ੍ਰਾਣੇ ਲੋਕ ਪਿੰਡ ਦੇ ਪ੍ਰਾਣੇ ਲੋਕ ਲੇਖਕ ਨੂੰ ਕੀ ਕਹਿੰਦੇ ਸਨ ਕਾਗਜੀ ਪਲਵਾਨ ਕਹਿੰਦੇ ਸਨ ਸੋ 36 ਦੀ ਜੇਕਰ ਆਪਾਂ ਗੱਲ ਕਰੀਏ ਤਾਂ ਦੇਖੋਗੇ ਤੁਸੀਂ ਇੱਥੇ ਆਪਸ਼ਨ ਆ ਜਾਂਦੀ ਹੈ ਸੋ ਪਿੰਡ ਦੇ ਪ੍ਰਾਣੇ ਲੋਕ ਜਿਹੜੇ ਬਣੇ ਹੋਏ ਸਨ ਤਾਂ ਉਹ ਕੀ ਕਹਿੰਦੇ ਸਨ ਕਾਗਜੀ ਪਲਵਾਨ ਕਹਿੰਦੇ ਸਨ ਠੀਕ ਹੈ ਕਾਗਜੀ ਪਲਵਾਨ ਠੀਕ ਹੈ ਜੀ ਪਿੰਡ ਦੇ ਪ੍ਰਾਣੀ ਲੋਕ ਲੇਖਕ ਨੂੰ ਕੀ ਕਹਿੰਦੇ ਸਨ ਤਾਂ ਕਾਗਜੀ ਪਹਿਲਵਾਨ ਕਹਿੰਦੇ ਸਨ 36 ਦਾ ਠੀਕ ਹੈ ਜੀ ਕਾਗਜੀ ਪਹਿਲਵਾਨ ਨੈਕਸਟ ਆਗਿਆ ਆ ਗਿਆ ਜੀ ਪਿੰਡ ਦੇ ਪੁਰਾਣੇ ਲੋਕ ਇਸ ਨੂੰ ਬਲੂੰਗੜਾ ਪਹਿਲਵਾਨ ਕਹਿੰਦੇ ਸਨ ਇਹ ਵੀ ਆਪਾਂ ਪੜਿਆ ਸੀ ਬਲੂੰਗੜਾ ਪਹਿਲਵਾਨ ਤਾਂ ਇਹ ਕਿਹਨੂੰ ਕਹਿੰਦੇ ਸੀ 37 ਦੀ ਆਪਾਂ ਗੱਲ ਕਰੀਏ ਤਾਂ ਬੀ ਆਪਸ਼ਨ ਬਿਲਕੁਲ ਕਰੈਕਟ ਹੈ ਜੀ 37 ਦੀ ਬੀ ਆਪਸ਼ਨ ਲੇਖਕ ਨੂੰ ਸੋ ਪਿੰਡ ਦੇ ਪੁਰਾਣੇ ਲੋਕ ਇਸ ਨੂੰ ਬਲੂੰਗੜਾ ਪਹਿਲਵਾਨ ਕਹਿੰਦੇ ਸਨ ਲੇਖਕ ਨੂੰ ਕਹਿੰਦੇ ਸਨ ਨੈਕਸਟ ਕੁਐਸਚਨ ਹੈਗਾ ਜੀ ਸਕਰੀਨ ਦੇ ਉੱਪਰ ਆ ਲੇਖਕ ਦੇ ਦਾਦੇ ਦੇ ਚਾਰ ਭਰਾਵਾਂ ਦੇ ਕੀ ਨਾਮ ਸਨ ਸੋ ਲੇਖਕ ਦੇ ਦਾਦੇ ਦੇ ਸੋ ਲੇਖਕ ਦੇ ਦਾਦੇ ਦੇ ਚਾਰ ਭਰਾਵਾਂ ਦੇ ਕੀ ਨਾਮ ਸਨ ਸੋ ਲੇਖਕ ਦੇ ਦਾਦੇ ਦੇ ਚਾਰ ਭਰਾਵਾਂ ਦੇ ਕੀ ਨਾਮ ਸਨ ਉਹ ਸੀ ਆਪਸ਼ਨ ਬਿਲਕੁਲ ਕਰੈਕਟ ਹੈ ਜੀ ਦਾਸ ਪੁੰਨੂ ਰਾਮ ਦਿੱਤਾ ਤੇ ਸाहिब ਸਿੰਘ ਸੋ ਲੇਖਕ ਦੇ ਦਾਦੇ ਦੇ ਚਾਰ ਭਰਾਵਾਂ ਦੇ ਲੇਖਕ ਦੇ ਦਾਦੇ ਦੇ ਚਾਰ ਭਰਾਵਾਂ ਦੇ ਕੀ ਨਾਮ ਸਨ ਲੇਖਕ ਦੇ ਦਾਦੇ ਦੇ ਚਾਰ ਭਰਾਵਾਂ ਦੇ ਕੀ ਨਾਮ ਸਨ ਸੋ ਲੇਖਕ ਦੇ ਦਾਦੇ ਦੇ ਚਾਰ ਭਰਾਵਾਂ ਦੇ ਕੀ ਨਾਮ ਸਨ ਦਾਸ ਸੀ ਦਾਸ ਦਾਸ ਪੁੰਨੂ ਰਾਮ ਦਿੱਤਾ ਤੇ ਸाहिब ਸਿੰਘ ਦਾਸ ਪੁੰਨੂ ਦਾਸ ਪੁੰਨੂ ਦਾਸ ਪੁੰਨੂ ਰਾਮ ਦਿੱਤਾ ਤੇ ਸਾਈਂ ਸਾਹਿਬ ਸਿੰਘ ਸੋ ਇਹ ਕਹਦੇ ਦਾਦੇ ਚਾਰ ਭਰਾਵਾਂ ਦੇ ਕੀ ਨਾਮ ਸਨ ਸੋ ਇਹ ਵਾਲੇ ਨਾਮ ਹੈ ਜੀ ਠੀਕ ਹੈ ਤੇ ਇਹਦੇ ਜੇਕਰ ਆਪਾਂ ਗੱਲ ਕਰੀਏ ਤੇ ਫਰਸਟ ਜਿਹੜਾ ਪਹਿਲੇ ਦੇ ਵਿੱਚ ਹੀ ਜਿਹੜਾ ਇਹ ਲਿਖਿਆ ਤੁਹਾਨੂੰ ਜਿਹੜਾ ਮਿਲੂਗਾ ਦਾਸ ਪੁੰਨੂ ਰਾਮ ਦਿੱਤਾ ਤੇ ਸਾਈਂ ਸਿੰਘ ਠੀਕ ਹੈ ਜੀ ਸੋ ਇਹ ਪਹਿਲੇ ਦੇ ਵਿੱਚ ਹੀ ਹੈ ਜਿਹੜੇ ਕੁਐਸਚਨ ਨੇ ਜਿਹੜੇ ਤੁਸੀਂ ਅਨਸਰ ਕਰ ਸਕਦੇ ਆ ਤੇ ਕੁਝ ਜਿਹੜੇ ਤੁਹਾਡੇ ਕਾਮਨ ਸੈਂਸ ਤੇ ਪਾਣੀ ਕਿ ਕਰਦੇ ਨੇ ਜੋ ਇਸ ਜਿਗਾ ਜੀ ਆਪਣਾ 10 ਨੰਬਰ ਲਾਸਟ ਜਿਹੜਾ ਪੈਰਾ ਸੋ ਸਾਰੇ ਦੇ ਸਾਰੇ ਪੈਰਾਗ੍ਰਾਫ ਕੰਪਲੀਟ ਕਰਨ ਤੋਂ ਬਾਅਦ 10 ਦੇ 10 ਪੈਰਾਗ੍ਰਾਫ 2011 ਤੋਂ ਲੈ ਕੇ ਕੰਪਲੀਟ ਕਰਨ ਤੋਂ ਬਾਅਦ ਆਪਾਂ ਪਹੁੰਚ ਚੁੱਕੇ ਹਾਂ ਜੀ ਲਾਸਟ ਪੇਜ ਤੇ ਤੇ ਇੱਥੇ ਆਪਣੇ ਕੋਲ ਜੀ ਚੈਨਲ ਦੇ ਨਾਲ ਸੰਬੰਧਿਤ ਕੁਝ ਲਿੰਕ ਹੈ ਜਿੱਥੇ ਕਿ ਤੁਸੀਂ ਆਪਣੇ ਜਿੱਥੇ ਵੀ ਤੁਸੀਂ ਫੋਲੋ ਕਰ ਸਕਦੇ ਹੋ ਸੋ ਤਾਂ ਜੋ ਤੁਹਾਨੂੰ ਹਰ ਇੱਕ ਅਪਡੇਟ ਮਿਲਦੀ ਰਹੇ ਇਵੇਂ ਇੰਸਟਾਗ੍ਰam ਦਾ ਆਪਣਾ ਜਿਹੜਾ ਇੱਕ ਪੇਜ ਹੈ ਉਹ ਬਣਿਆ ਹੋਇਆ ਕੋਰਸ ਸਟੱਡੀ ਤੁਸੀਂ ਸਰਚ ਕਰੋਗੇ ਤਾਂ ਸੇਮ ਹੀ ਲੋਗੋ ਲੋਗੋ ਲੱਗਿਆ ਹੋਵੇਗਾ ਤੇ ਤੁਹਾਨੂੰ ਮਿਲ ਜਾਵੇਗਾ ਫੇਸਬੁੱਕ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਇੱਥੇ ਵੀ ਕੋਰਸ ਸਟੱਡੀ ਦੇ ਨਾਮ ਤੇ ਆਪਣਾ ਜਿਹੜਾ ਪੇਜ ਹੈ ਉਹ ਬਣਿਆ ਹੋਇਆ ਜਰੂਰ ਫੋਲੋ ਕਰ ਲਓ ਉਸ ਤੋਂ ਇਲਾਵਾ ਆਪਣੀ Gmail ID ਹੈ ji course studies online @gmail.com ਇੱਥੇ ਵੀ ਤੁਸੀਂ ਮੇਲ ਵਗੈਰਾ ਕਰ ਸਕਦੇ ਹੋ ਜੇਕਰ ਤੁਹਾਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਜਿਹੜੀ ਪ੍ਰੋਬਲਮ ਹੈ ਉਹ ਆ ਰਹੀ ਹੈ PDF ਨੂੰ ਡਾਊਨਲੋਡ ਕਰਨ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਜੇ ਕਿਸੇ ਤਰ੍ਹਾਂ ਦੀ ਵੀ ਪ੍ਰੋਬਲਮ ਆ ਰਹੀ ਹੈ ਤਾਂ ਤੁਹਾਨੂੰ ਜਿਹੜੀ ਹੈ ਇੱਥੇ ਤੁਸੀਂ ਮੈਨੂੰ ਮੇਲ ਕਰ ਸਕਦੇ ਹੋ ਇਸ ਤੋਂ ਇਲਾਵਾ ਆਪਣਾ Telegram ਚੈਨਲ ਬਣਿਆ ਹੋਇਆ ਇਹਨੂੰ ਜ਼ਰੂਰ ਜਿਹੜਾ ਫੋਲੋ ਹੈ ਉਹ ਕਰ ਲਓ ਕਿਉਂਕਿ ਇੱਥੇ ਤੁਹਾਨੂੰ ਜਿੰਨੀਆਂ ਵੀ ਮੈਂ ਵੀਡੀਓਜ਼ ਦਾ ਲਿੰਕ ਅਪਲੋਡ ਕਰਦੀ ਹਾਂ ਜਾਂ ਪੀਡੀਐਫ ਕੋਈ ਵੀ ਅਪਲੋਡ ਹੁੰਦੀ ਹੈ ਤਾਂ ਉਹ ਸਾਰੇ ਦੇ ਸਾਰੇ ਤੁਹਾਨੂੰ ਇੱਥੇ ਜਿਹੜੇ ਮਿਲ ਜਾਂਦੇ ਨੇ ਸੋ ਟੈਲੀਗ੍ਰam 'ਮੀ ਕਾ ਸਟੱਡੀਜ਼' ਜੋ ਤੁਸੀਂ ਸਰਚ ਕਰੋਗੇ ਤਾਂ ਇਦਾਂ ਦਾ ਲੋਗੋ ਹੀ ਲੱਗਿਆ ਹੋਇਆ ਤੁਹਾਨੂੰ ਮਿਲੇਗਾ ਇੱਥੇ ਤੁਸੀਂ ਮੈਨੂੰ ਫੋਲੋ ਕਰ ਸਕਦੇ ਹੋ ਸੋ ਮੇਰਾ ਨਾਮ ਜਿਹੜਾ ਮਨਜਿੰਦਰ ਕੌਰ ਹੈ ਸੋ ਇਹ ਮੇਰਾ ਹੀ ਚੈਨਲ ਹੈ ਤੇ ਮੈਂ ਹੀ ਇੱਥੇ ਜਿਹੜਾ ਤੁਹਾਨੂੰ ਕੰਟੈਂਟ ਆ ਉਹ ਪ੍ਰੋਵਾਈਡ ਕਰਵਾ ਰਹੀ ਹਾਂ ਤਾਂ ਜੋ ਤੁਹਾਡੀ ਜਿਹੜੀ ਹੈਲਪ ਆ ਉਹ ਹੋ ਸਕੇ ਇਸ ਤੋਂ ਇਲਾਵਾ ਆਪਣਾ ਇੱਕ WhatsApp ਚੈਨਲ ਵੀ ਹੈ ਠੀਕ ਹੈ ਜੀ ਉਨਦੇ ਵੀ ਤੁਸੀਂ ਐਡ ਹੋ ਸਕਦੇ ਹੋ ਤੇ ਲਿੰਕ ਹੁੰਦਾ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦਿੰਦਾ ਸਾਰੇ ਦੇ ਸਾਰੇ ਜਿੰਨੇ ਵੀ ਆਪਣੇ ਸੋਸ਼ਲ ਮੀਡੀਆ ਦੇ ਜਿੰਨੇ ਵੀ ਲਿੰਕ ਨੇ ਉਹ ਸਾਰੇ ਦੇ ਸਾਰਿਆਂ ਦੇ ਜਿਹੜੇ ਲਿੰਕ ਆ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਿੱਤੇ ਨੇ ਇੱਥੇ ਤੁਸੀਂ ਮੈਨੂੰ ਜਿਹੜਾ ਫੋਲੋ ਆ ਉਹ ਕਰ ਸਕਦੇ ਹੋ ਤੇ ਵੀਡੀਓ ਤੁਹਾਨੂੰ ਵਧੀਆ ਲੱਗਣ ਹੈ ਹਲਪਫੁਲ ਰਹਿਣ ਤਾਂ ਤੁਸੀਂ ਜ਼ਰੂਰ ਜਿਹੜਾ ਏ ਆਪਣੇ ਫਰੈਂਡਸ ਦੇ ਨਾਲ ਸ਼ੇਅਰ ਕਰਨਾ ਹੈ ਲਾਈਕ ਵੀ ਕਰਨਾ ਹੈ ਸ਼ੇਅਰ ਵੀ ਕਰਨਾ ਕਮੈਂਟ ਕਰਕੇ ਮੈਨੂੰ ਦੱਸਣਾ ਤੇ ਸ਼ੇਅਰ ਵੀ ਜ਼ਰੂਰ ਕਰ ਦੇਣਾ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਜਿਹੜਾ ਹੈ ਆ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਜਦੋਂ ਵੀ ਮੈਂ ਨਵੀਆਂ ਵੀਡੀਓਜ਼ ਅਪਲੋਡ ਕਰਾਂ ਤਾਂ ਉਹਨਾਂ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕਣ ਸੋ ਥੈਂਕਸ ਫॉर ਵਾਚਿੰਗ ਜੀ ਮਿਲਦੇ ਆ ਜਲਦੀ ਆਪਾਂ ਐਸਐਸਟੀ ਦੀਆਂ ਵੀਡੀਓਜ਼ ਦੇ ਨਾਲ ਆ ਐਸਐਸਟੀ ਦੀਆਂ ਵੀਡੀਓਜ਼ ਲੈ ਕੇ ਥੈਂਕ ਯੂ so much ਜੀ